ਚਿੱਤ ਤਗੜੇ ਹੋਣੇ ਚਾਹੀਦੇ ਐ ਤੇ ਐਕਸਰਸਾਈਜ਼ ਕਰੋ ਚਿੱਤ ਦਾ ਮੋਣਾ ਜਾਈ ਮੈਂ ਗੱਡੀ ਸੀਗਾ ਇਹ ਬਾਈਕ ਤੇ ਸੀਗਾ ਐਂਡ ਸੱਡਨਲੀ ਸਾਡੀ ਲੁੱਕ ਐਕਸਚੇਂਜ ਹੋ ਗਈ ਮੈਨੂੰ ਮੇਰਾ ਦੋਸਤ ਕਹਿੰਦਾ ਸਲਮਾਨ ਜਾ ਰਿਹਾ ਤੇ ਮੈਂ ਸ਼ੇਕ ਹੈਂਡ ਕੀਤਾ ਕਹਿੰਦਾ ਸ਼ੂਟ ਤੇ ਜਾ ਰਿਹਾ ਨਾ ਅੱਜ ਮਤਲਬ ਉਹਨੂੰ ਯਾਦ ਸੀਗਾ ਕਿ ਅੱਜ ਨਾਲ ਸ਼ੂਟਿੰਗ ਤੇ ਜਾਣਾ ਬੈਸਟ ਹੋਣਾ ਕਹਿੰਦਾ 60 ਸ਼ੂਟ ਨਾਲ ਲਵਾਈਂ ਧਿਆਨ ਨਾਲ ਮੈਨੂੰ ਲੱਗਦਾ ਸੀ ਕਿ ਮੇਰੀ ਇਹ ਕੁਰਸੀ ਸਭ ਤੋਂ ਵੱਡੀ ਹੈ ਪਰ ਭਾਈ ਜੀ ਤੁਸੀਂ ਤਾਂ ਉਹ ਕੁਰਸੀ ਵੀ ਛੋਟੀ ਕਰਤੀ ਉਹ ਗਾਣਾ ਵੀ ਆਇਆ ਸੀ ਨਾ ਸੇਮ ਸਾਈਜ਼ ਹੈ ਨਹੀਂ ਪਤ ਤੈਰੇ ਲੱਕ ਤੇ ਜੱਟ ਦੇ ਡੋਲੇ ਦਾ ਕਿੰਨੇ ਇੰਚ ਰਿਹਾ ਭਾਈ ਬਾਡੀ ਬਿਲਡਿੰਗ ਚ ਪਜੀ ਪਹਿਲਾ ਕੰਪੀਟੀਸ਼ਨ ਯਾਦਾ ਤੁਹਾਨੂੰ ਆਪੂ ਗਾਲਾਂ ਕੱਢਦਾ ਆ ਵਾਸ਼ਰਨ ਜੁੱਤੀਆਂ ਮਾਰਦਾ ਸਾਲਿਓ ਤੁਸੀਂ ਮੇਕਅਪ ਵੀ ਕਰੀ ਜਾਂਦੇ ਹੋ ਇੰਟਰਵਿਊਸ ਤੇ ਪੋਡਕਾਸਟ ਕਿਉਂ ਕੱਟ ਕਰਦੇ ਹੋ ਲੋਕੀ ਵੈਸੇ ਆਪਣੀ ਹਰ ਚੀਜ਼ ਦੀ ਅੱਜਕੱਲ ਮਾਰਕੀਟਿੰਗ ਬਹੁਤ ਜ਼ਿਆਦਾ ਕਰਦੇ ਆ ਕਰਦੇ ਥੋੜਾ ਰੌਲਾ ਜ਼ਿਆਦਾ ਪਾਉਂਦੇ ਆ ਉਦੋਂ ਡਾਈਟ ਕੀ ਖਾਂਦੇ ਸੀ ਬਾਈ ਜੀ ਤੁਸੀਂ ਸਟਾਰਟਿੰਗ ਚ ਕੰਪਲੈਂਟ ਦੇ ਡੱਬੇ ਪੀਨੇ ਬੇਬੀ ਫੂਡ ਜਿਹੜਾ ਖਾ-ਖਾ ਕੇ ਉਹੀ ਖਾ ਕੇ ਅਸੀਂ ਉਸ ਵੇਲੇ ਵਰਕਆਊਟ ਕਰਦੇ ਸੀ ਔਰ ਨੈਸ਼ਨਲ ਤਾਂ ਕਿੱਦਾਂ ਹੀ ਖਿੱਡੇ ਹਿੰਦੁਸਤਾਨ ਦੇ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੇ ਚਲੇ ਫਿਰ ਇੱਥੇ ਹਰ ਘਰ ਵਿੱਚ 올림픽ਸ ਦਾ ਮੈਡਲ ਕਿਉਂ ਨਹੀਂ ਹੈਗਾ ਲੋਕ ਤਾਂ ਦੁੱਧ ਛੜਾਈ ਜਾਂਦੇ ਨੇ ਬਾਈ ਘਿਓ ਛੜਾਈ ਜਾਂਦੇ ਨੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਵੀ ਅਸੀਂ ਹੈਲਥੀ ਰਹੀਏ ਅੱਛਾ ਬਾਈ ਜਿਮ ਚ ਇਹਨੇ ਹਾਰਟ ਅਟੈਕਸ ਕਿਉਂ ਆ ਰਹੇ ਨੇ ਜਵਾਨ ਜਵਾਨ ਮੁੰਡਿਆਂ ਨੂੰ ਕਾਰਪੋਰੇਟ ਵਰਲਡ ਨੇ ਕੰਟਰੋਲ ਕਰ ਲਈ ਸਾਰੀ ਦੁਨੀਆ ਫੂਡ ਨੂੰ ਵੀ ਕੰਟਰੋਲ ਕਰ ਰਿਹਾ ਹੈ ਤੁਸੀਂ ਆਹ ਨਹੀਂ ਖਾਣਾ ਤੁਸੀਂ ਦੁੱਧ ਨਹੀਂ ਖਾਣਾ ਤੁਸੀਂ ਘਿਓ ਨਹੀਂ ਖਾਣਾ ਤੁਸੀਂ ਡਾਇਰੀ ਨਹੀਂ ਖਾਣੀ ਤੁਸੀਂ ਕਦੀ ਬਾਈ ਆਪਣੀ ਬੋਡੀ ਤੇ ਸਟੀਰੋਇਡ ਯੂਜ਼ ਕੀਤੇ 17 17 18 18 ਸਾਲ ਦੇ ਜਿਹੜੇ ਬੱਚੇ ਨੂੰ ਦਿੱਤਾ ਸੀਰੋਇਡ ਤੇ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕੁਚੀਜ਼ ਨੂੰ ਕਿ ਉਹਨ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡੇ ਆਪਣੇ ਏਕੇ ਟਾਕ ਸ਼ੋਅ ਦੇ ਉੱਪਰ ਤੇ ਅੱਜ ਮੇਰੇ ਨਾਲ ਜਿਹੜੇ ਮਹਿਮਾਨ ਨੇ ਉਹ ਮਹਿਮਾਨ ਵੀ ਨੇ ਤੇ ਸਾਡੀ ਚੜ੍ਹਦੀ ਜਵਾਨੀ ਦੇ ਵਿੱਚ ਜਿਹੜੀ ਮੈਂ ਆਪਣੀ ਲਾਈਫ ਚ ਪਹਿਲੀ ਫਿਲਮ ਦੇਖੀ ਸੀ ਕਾਲਜ ਦੇ ਵਿੱਚ ਜਿੱਥੋਂ ਮੈਨੂੰ ਪਤਾ ਲੱਗਿਆ ਕਿ ਬੈਂਕ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਕਾਲਜ ਦੀ ਤਾਂ ਉਹ ਮੈਂ ਜਿਹੜੀ ਫਿਲਮ ਦੇਖੀ ਸੀ ਉਹ ਮੈਂ ਵਰਿੰਦਰ ਸਿੰਘ ਘੁੰਮਣ ਭਾਜੀ ਦੀ ਔਰ ਸਵਾਗਤ ਹੈ ਭਾਜੀ ਥੈਂਕ ਯੂ ਏਕੇ ਟਾਕ ਸ਼ੋਅ ਦੇ ਕਿਵੇਂ ਹੋ ਬਹੁਤ ਵਧੀਆ ਭਾਈ ਮੈਨੂੰ ਲੱਗਦਾ ਸੀ ਕਿ ਮੇਰੀ ਇਹ ਕੁਰਸੀ ਸਭ ਤੋਂ ਵੱਡੀ ਹੈ ਪਰ ਭਾਜੀ ਤੁਸੀਂ ਤਾਂ ਉਹ ਕੁਰਸੀ ਵੀ ਛੋਟੀ ਕਰਤੀ ਸੋ ਬੜਾ ਵਧੀਆ ਲੱਗਾ ਯਾਰ ਪੋਡਕਾਸਟਿੰਗ ਤੁਹਾਡੇ ਸ਼ੋਅ ਨੂੰ ਵੀ ਦੇਖੀ ਦਾ ਥੈਂਕ ਯੂ ਔਰ ਪਰਸਨਲੀ ਜੋ ਤੂੰ ਕਰ ਰਿਹਾ ਹੈ ਸਮਾਜ ਸੇਵਾ ਬੜੀ ਬੜੀ ਡਿਊਟੀ ਪਰਮਾਤਮਾ ਨੇ ਤੇਰੇ ਲਈ ਆ ਥੈਂਕ ਯੂ ਤੇਰਾ ਨਾਮ ਹੀ ਅਨਮੋਲ ਹੈ ਤੇਰੀ ਕੰਮ ਵੀ ਅਨਮੋਲ ਹੈ ਥੈਂਕ ਯੂ ਮੈਨੂੰ ਅੱਜ ਜਿਆਦਾ ਚੰਗਾ ਇਸ ਲਈ ਲੱਗ ਰਿਹਾ ਕਿਉਂਕਿ ਮੈਂ ਆਪਣੇ ਕਾਲਜ ਦੀ ਨਾ ਜਦੋਂ ਨਵਾਂ ਨਵਾਂ ਕਾਲਜ ਜਾਣਾ ਸ਼ੁਰੂ ਕੀਤਾ ਮੈਂ ਕਦੀ ਥੀਏਟਰ ਨਹੀਂ ਗਿਆ ਸੀ ਕਦੀ ਫੈਮਲੀ ਚੋ ਵੀ ਫਿਲਮ ਫਿਲਮਾਂ ਦਾ ਸ਼ੌਂਕ ਨਹੀਂ ਸੀ ਤੇ ਸਕੂਲ ਚ ਕਦੀ ਬੰਕ ਬੰਕ ਮਾਰੇ ਨਹੀਂ ਸ਼ਰੀਫ ਜਿਹਾ ਬੱਚਾ ਸੀ ਮੈਂ ਤੇ ਪਹਿਲੀ ਫਿਲਮ ਕਾਲਜ ਚ ਜਾ ਕੇ ਜਿਹੜੀ ਪਹਿਲੇ ਯਰ ਸੀ ਦੇਖੀਓ ਤੁਹਾਡੀ ਫਿਲਮ ਦੇਖੀ ਸੀ ਬੰਕ ਮਾਰ ਕੇ ਕਾਲਜ ਤੋਂ ਤੇ ਉਹ ਵੀ ਮੰਮਾ ਨੂੰ ਫੋਨ ਕਰਤਾ ਮੈਂ ਕਿਹਾ ਫਿਲਮ ਆਈ ਹੈ ਕਬੱਡੀ ਵਾਂਸ ਅਗੇਨ ਤੇ ਤੁਹਾਡੀ ਉਹ ਫਿਲਮ ਦੇਖੀ ਉੱਥੋਂ ਮੈਂ ਫਿਰ ਤੁਹਾਨੂੰ ਜਦੋਂ ਦੇਖਿਆ ਬੋਡੀ ਬਿਲਡਿੰਗ ਦਾ ਫੈਨ ਮੈਂ ਸ਼ੁਰੂ ਤੋਂ ਸੀ ਤੇ ਬੜਾ ਕੁਝ ਅੱਜ ਪੁੱਛਣ ਨੂੰ ਭਾਜੀ ਦੱਸੋ ਕੀ ਹਾਲ ਚਾਲ ਤੁਸੀਂ ਅੱਜ ਸਟੂਡੀਓ ਆਏ ਹੋ ਜਿੱਥੋਂ ਮਰਜੀ ਤੁਸੀਂ ਸ਼ੁਰੂ ਕਰੋ ਮੈਂ ਕਬੱਡੀ ਤੋਂ ਸ਼ੁਰੂ ਕਰ ਦੇਣਾ ਕਬੱਡੀ ਫਿਲਮ ਮੈਂ ਇਸ ਪਰਸਰਾਮਪੁਰਨ ਜੀ ਖੇਡ ਮੇਲਾ ਹੁੰਦਾ ਸੀਗਾ ਕਬੱਡੀ ਟੂਰਨਾਮੈਂਟ ਅਸੀਂ ਉਸ ਵੇਲੇ ਏਸ਼ੀਅਨ ਚੈਂਪੀਅਨਸ਼ਿਪ ਸਾਡੀ ਟੀਮ ਖੇਡ ਕੇ ਆਈ ਜਿੱਤੇ ਅਸੀਂ ਮੇਰਾ ਸਿਲਵਰ ਮੈ ਔਰ ਸਾਨੂੰ ਉਹਨਾਂ ਬੁਲਾਇਆ ਸਨਮਾਇੰਡ ਕਰਨਾ ਹੈ ਕਿ 2 ਮਿੰਟ ਵਰਿੰਦਰ ਆ ਕੇ ਗੈਸ ਪੋਜ਼ਿੰਗ ਕਰ ਦੇ ਔਰ ਮੈਂ ਗੈਸ ਪੋਜ਼ਿੰਗ ਦੀ ਚਲਾ ਗਿਆ ਡਨ ਕੀਤੀ ਖਤਮ ਕੀਤੀ ਮੈਂ ਘਰ ਆ ਗਿਆ ਐਂਡ ਲੱਕੀਲੀ ਉੱਥੇ ਜਿਹੜੇ ਫਿਲਮ ਦੇ ਡਾਇਰੈਕਟਰ ਸੀਗੇ ਉਹ ਵੀ ਬੈਠੇ ਹੋਏ ਸੀ ਆਡੀਅנס ਦੇ ਵਿੱਚ ਔਨ ਸਟੇਜ ਉਹਨਾਂ ਦਾ ਮੈਨੂੰ ਫੋਨ ਆ ਗਿਆ ਸੁੱਖੀ ਭਾਜੀ ਦਾ ਕਿ ਵਰਿੰਦਰ ਅਸੀਂ ਫਿਲਮ ਬਣਾ ਰਹੇ ਹਾਂ ਕਬੱਡੀ ਵਾਂਸ ਅਗੇਨ ਔਰ ਉਹ ਜਿਹਾ ਸੀ ਹੀਰੋ ਦਾ ਹੋਰ ਕਾਸਟ ਕੀਤਾ ਆ ਮੁੰਡਾ ਕੋ ਸਿੰਗਰ ਹੈ ਮਰ ਤੈਨੂੰ ਦੇਖਣ ਤੋਂ ਬਾਅਦ ਮੇਰਾ ਮਾਈਂਡ ਚੇਂਜ ਹੋ ਗਿਆ ਕਿ ਮੇਰਾ ਹੀਰੋ ਜਿਹੜਾ ਕਬੱਡੀ ਦਾ ਨਾ ਉਹ ਇਦਾਂ ਦਾ ਹੀ ਹੋ ਸਕਦਾ ਤੂੰ ਕਰੇਂਗਾ ਮੈਂ ਕਿਉਂ ਨਹੀਂ ਕਰਾਂਗਾ ਫਿਰ ਉਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਮੈਂ ਫਲਾਣੇ ਹੋਟਲ 'ਚ ਇੱਥੇ ਆ ਜਾ ਤੇਰਾ ਆਡੀਸ਼ਨ ਕਰਨਾ ਉਸ ਤੋਂ ਪਹਿਲਾਂ ਦੋ ਚਾਰ ਗਾਣੇ ਗੁਨੇ ਕੀਤੇ ਹੋਈ ਸੀ ਥੋੜਾ ਕੈਮਰਾ ਗੁੰਮਰਾ ਫੇਸ ਕੀਤਾ ਸੀਗਾ ਜੈਲੀ ਬਾਈ ਦਾ ਇੱਕ Song ਬੜਾ ਟ੍ਰੈਂਡਿੰਗ ਜਦੋਂ ਉਸ ਵੇਲੇ ਚੱਲਿਆ ਸੀ ਡੋਲੇ ਦੀਆਂ ਅੰਝ ਜਾਣ ਓਏ ਹੋਏ ਤੇ ਉਹ ਫਿਰ ਦੋ ਚਾਰ ਲਾਈਨਾਂ ਭਾਜੀ ਨੇ ਦਿੱਤੀਆਂ ਮੈਨੂੰ ਬੋਲਣ ਲਈ ਮੈਨੂੰ ਜਿੰਨਾ ਕੁ ਮੈਂ ਕੀਤਾ ਮੈਂ ਕਰਕੇ ਦਿਖਾਇਆ ਕਹਿੰਦੇ ਬਾਕੀ ਮੈਂ ਕਰਾ ਲੂੰਗਾ ਕੋਈ ਗੱਲ ਨਹੀਂ ਸੋ ਦੈਟਸ ਹਾਊ ਇਟ ਸਟਾਰਟਡ ਛੋਟੇ ਹੁੰਦੇ ਤੋਂ ਜਿਵੇਂ ਹੁੰਦਾ ਨਹੀਂ ਜਵਾਕ ਜਾ ਮੇਰੀ ਨਵੀਂ ਨਵੀਂ ਜਵਾਨੀ ਆਈ ਆਈ ਤੋਂ 8 9 10 ਸਾਲ ਪਹਿਲਾਂ ਹੀ ਆਈ ਸੀ ਨਾ ਫਿਲਮ ਤੁਹਾਡੀ ਮੇਰੇ ਖਿਆਲ ਨਾਲ 2012 8 ਜੂਨ ਨੂੰ ਰਿਲੀਜ਼ ਹੋਈ ਸੀ 2012 ਸਾਲ ਹੋ ਗਏ ਤੇ ਮੈਂ ਉਦੋਂ ਮਤਲਬ ਤੁਹਾਨੂੰ ਦੇਖਿਆ ਸੀ ਅੱਜ ਥੀਏਟਰ ਚ ਦੇਖ ਕੇ ਆਪਣੇ ਕੇ ਟਾਕ ਸ਼ੋ ਚ ਬੜਾ ਚੰਗਾ ਲੱਗ ਰਿਹਾ ਤੁਹਾਡਾ ਸ਼ਰੀਰ ਐਦਾਂ ਦਾ ਸੀਗਾ ਪਰ ਜੀ ਉਹਨਾਂ ਟਾਈਮਾਂ ਚ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਤੁਸੀਂ ਮੇਨਟੇਨ ਕੀਤਾ ਹੋਇਆ ਕਿ ਰੂਹ ਨਹੀਂ ਭਰਦੀ ਹਾਂ ਬਿਲਕੁਲ ਐਕਚੁਅਲੀ ਦੈਟ ਵਾਸ ਮਾਈ ਪੀਕ ਟਾਈਮ ਉਦੋਂ ਮੈਂ ਬੈਕ ਟੂ ਬੈਕ ਬਹੁਤ ਸਾਰੇ ਮੈਡਲਸ ਹਿੱਟ ਕੀਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ 2011 ਚ ਮੈਂ ਪ੍ਰੋਫੈਸ਼ਨਲ ਪ੍ਰੋ ਐਥਲੀਟ ਟਰਨ ਹੋਇਆ ਹਿੰਦੁਸਤਾਨ ਦਾ ਪਹਿਲਾ ਜਿਹੜੀ ਅਜੇ ਤੱਕ ਹਿਸਟਰੀ ਹੈ ਕੋਈ ਇੰਡੀਅਨ ਟੱਚ ਨਹੀਂ ਕਰ ਸਕਿਆ ਉਸ ਚੀਜ਼ ਨੂੰ ਔਰ ਸਪੋਰਟਸ ਕੋਈ ਵੀ ਹੋਵੇ ਦੇਖੋ ਕੰਸਿਸਟੈਂਸੀ ਜਿਹੜੀ ਹੈਗੀ ਨਾ ਕਿਸੇ ਵੀ ਕੰਮ ਦੇ ਵਿੱਚ ਉਹ ਬਹੁਤ ਮੈਟਰ ਕਰਦੀ ਹੈ ਇੱਕ ਚੀਜ਼ ਨੂੰ ਅਚੀਵ ਕਰ ਲੈਣਾ ਦੈਨ ਉਹਨੂੰ ਸਸਟੇਨ ਕਰਨਾ ਮੇਨਟੇਨ ਕਰਨਾ ਅੱਜ ਇਹੀ ਸੁਣਨਾ ਸੀ ਤੁਹਾਡੇ ਕੋਲ ਪੋਡਕਾਸਟ ਉਹ ਜਿਹੜਾ ਸਲੀਪ ਭੇਤ ਹੈ ਨਾ ਤੁਹਾਡੀ ਲਾਈਫ 'ਚ ਮੈਂ ਆਫ ਪੋਡਕਾਸਟ ਵੀ ਗੱਲ ਕਰ ਰਿਹਾ ਸੀ ਆਫ ਕੈਮਰਾ ਤੇ ਕਿ ਭਾਜੀ ਤੁਹਾਡੀ ਕੰਸਿਸਟੈਂਸੀ ਮਤਲਬ ਇੱਕ ਬੰਦੇ ਦਾ ਹੁੰਦਾ ਪੀਕ ਟਾਈਮ ਪਰ ਇੱਕ ਬੰਦਾ ਹੁੰਦਾ ਪੀਕ ਟਾਈਮ ਹੀ ਚੱਲਦਾ ਜਾ ਰਿਹਾ ਤੇ ਰੱਬ ਕਰੇ ਅੱਗੇ ਵੀ ਚੱਲੇ ਇਹਦਾ ਕੀ ਕਾਰਨ ਲੱਗਦਾ ਸ਼ੁਰੂ ਕਿੱਥੋਂ ਹੀ ਸ਼ੁਰੂ ਤੋਂ ਜਰਰੀ ਦੱਸੋ ਬਹੁਤ ਡੂ ਰੀਜਨਸ ਨੇ ਦੇਖੋ ਹਰ ਸਪੋਰਟਸ ਦਾ ਨਾ ਇੱਕ ਕੈਰੀਅਰ ਹੁੰਦਾ ਟਾਈਮਿੰਗ ਹੁੰਦੀ ਹੈ ਜਿਵੇਂ ਤੁਸੀਂ ਬਾਕੀ ਆਪਾਂ ਟਰੈਕ ਐਂਡ ਫੀਲਡ ਕ੍ਰਿਕਟ ਜਾਂ ਜਿੰਨੀਆਂ ਵੀ ਕਬੱਡੀ ਖੇਡਣ ਲੈ ਲੀਏ ਜਿੱਦਾਂ ਅਸੀਂ 35 36 ਸਾਲ ਤੱਕ ਪਹੁੰਚਦੇ ਹਾਂ ਨਾ ਤਾਂ ਸਾਡੀ ਸਪੀਡ ਸਲੋ ਹੋ ਜਾਂਦੀ ਹੈ ਸਾਡੇ ਗਲੈਂਡਸ ਸਲੋ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਖਿਡਾਰੀ ਜਾ ਕੇ ਬਟ ਹਾਂ ਬੋਡੀ ਬਿਲਡਿੰਗ ਇਸ ਥੋੜੀ ਡਿਫਰੈਂਟ ਇਹਦੇ ਚ ਮਸਲ ਬਿਲਡਿੰਗ ਐਨਾਬੋਲਿਜ਼ਮ ਬਾਡੀ ਦੀ ਚੱਲਦੀ ਰਹਿੰਦੀ ਹੈ ਬਟ ਲੋਡ ਹੈ ਤੁਹਾਨੂੰ ਨੋਲੇਜਬਲ ਅਵੇਅਰਨੈਸ ਦੀ ਪ੍ਰੋਪਰ ਇਨਫੋਰਮੇਸ਼ਨ ਚੰਗੀ ਗਾਈਡੈਂਸ ਦੀ ਤੇ ਮਸਲ ਬਿਲਡਿੰਗ ਤੁਸੀਂ 60 60 ਸਾਲ ਤੱਕ ਵੀ ਕੈਰੀਅਰ ਇਨ ਬਣਾ ਸਕਦੇ ਹੋ ਚ ਕੀ ਕਰ ਸਕਦੇ ਹੋ ਬਹੁਤ ਸਾਰੇ ਸਾਡੇ ਦੁਨੀਆ ਵੱਡੇ ਵੱਡੇ ਬਾਡੀ ਬਿਲਡਰਸ ਮਾਸਟਰਸ ਵਿੱਚ ਵੈਟਰਨਸ ਵਿੱਚ ਖੇਡਦੇ ਪਏ ਨੇ ਸੋ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਡਿਸਟਰੈਕਟ ਨਹੀਂ ਹੋਣ ਦਿੱਤਾ ਮੈਂ ਹੋਰ ਚੀਜ਼ਾਂ ਨਹੀਂ ਕੀਤੀਆਂ ਜਿਵੇਂ ਮੈਂ ਜਿਵੇਂ ਮੈਂ ਬਹੁਤ ਸਾਰੀਆਂ ਫਿਲਮਾਂ ਕਰ ਸਕਦਾ ਸੀਗਾ ਬਹੁਤ ਸਾਰੀਆਂ ਹੋਰ ਚੀਜ਼ਾਂ ਕਰ ਸਕਦਾ ਸੀਗਾ ਬਟ ਜਿਹੜਾ ਮੇਰਾ ਅੰਦਰਲਾ ਪੈਸ਼ਨ ਸੀਗਾ ਨਾ ਉਹ ਮੈਨੂੰ ਸਪੋਰਟਸ ਨਾਲ ਇਸ ਫਰਟੀਨਿਟੀ ਨਾਲ ਔਰ ਬਾਡੀ ਬਿਲਡਿੰਗ ਨੇ ਉਹਨੇ ਮੈਨੂੰ ਬਾਈਂਡ ਕਰਕੇ ਰੱਖਿਆ ਸੋ ਇੱਕੋ ਚੀਜ਼ ਕੀਤੀ ਹੈ ਬਟ ਕੰਸਿਸਟੈਂਸ ਕੀਤੀ ਹੈ ਇੰਟਰਵਿਊਸ ਤੇ ਪੋਡਕਾਸਟ ਕਿਉਂ ਕੱਟ ਕਰਦੇ ਹੋ ਬੜਾ ਔਖਾ ਟਾਈਮ ਮਿਲਿਆ ਸਾਨੂੰ ਵੀ ਤੁਹਾਡਾ ਇੱਕ ਸਾਲ ਲੱਗ ਗਿਆ ਹਾਂ ਅਨਮੋਲ ਦਾ ਲਾਸਟ ਈਅਰ 18 ਗਸ ਨੂੰ ਮੈਨੂੰ ਕਾਲ ਆਇਆ ਸੀ ਬਾਈ ਜੀ ਅਸੀਂ ਇੰਟਰਵਿਊ ਕਰਨੀ ਹੈ ਬਸ ਆਪਣੀ ਆਪਣੀ ਨੇਚਰ ਦੀ ਗੱਲ ਹੁੰਦੀ ਹੈ ਮੈਂ ਤੁਹਾਨੂੰ ਕਹਿਣਾ ਜਿੱਦਾਂ ਕਿ ਮੈਂ ਆਪਣੀ એનર્ਜੀ ਨੂੰ ਨਾ ਇੱਕੋ ਜਗ੍ਹਾ ਹੀ ਫੋਕਸ ਕਰਦਾ ਹਾਂ ਔਰ ਮੇਨਸਟ੍ਰੀਮ ਤੋਂ ਮੇਰੀ ਥੋੜੀ ਆਦਤ ਹੈ ਪਿੱਛੇ ਰਹਿਣ ਦੀ ਲੋਕੀ ਵੈਸੇ ਆਪਣੀ ਹਰ ਚੀਜ਼ ਦੇ ਅੱਜਕੱਲ ਮਾਰਕੀਟਿੰਗ ਬਹੁਤ ਜ਼ਿਆਦਾ ਕਰਦੇ ਆ ਕਰਦੇ ਥੋੜਾ ਰੌਲਾ ਜ਼ਿਆਦਾ ਪਾਉਂਦੇ ਆ ਪਰ ਮੇਰਾ ਥੋੜਾ ਸੁਭਾਅ ਰੱਬ ਵੱਲੋਂ ਹੀ ਇਦਾਂ ਦਾ ਹੈ ਅੱਜ ਭਾਜੀ ਰੱਬ ਵੱਲੋਂ ਤੁਹਾਨੂੰ ਹਾਈਟ ਤਾਂ ਮਿਲ ਗਈ ਜਿਵੇਂ ਤੁਸੀਂ ਇੱਕ ਇੰਟਰਵਿਊ 'ਚ ਵੀ ਦੱਸਿਆ ਸੀਗਾ ਕਿ ਪੈਰੈਂਟਸ ਦੇ ਜੀਨਸ ਨੇ ਤੁਹਾਨੂੰ ਹਾਈਟ ਦੇਤੀ ਜੀ ਸਰੀਰ ਕਿੰਨੇ ਦਿੱਤਾ ਭਾਜੀ ਇਹ ਕਿੱਥੋਂ ਸ਼ੁਰੂਆਤ ਹੋਈ ਪਹਿਲਾਂ ਕੀ ਕੀਤਾ ਕਬੱਡੀ ਖੇਡੀ ਬੋਡੀ ਬਿਲਡਿੰਗ ਕੀਤੀ ਕੀ ਸੋਚ ਕੇ ਸ਼ੁਰੂ ਕੀਤੀ ਸੀ ਬੋਡੀ ਬਿਲਡਿੰਗ ਮੈਂ ਕ੍ਰਿਕਟ ਖੇਲੀ ਬਹੁਤ ਜ਼ਿਆਦਾ ਮੈਨ ਔਰ ਮੈਂ ਬਹੁਤ ਫਾਸਟ ਬਾਲ ਕਰਦਾ ਸੀਗਾ ਨਵਾਂ ਬਾਲ ਮੇਰਾ ਨੇਚਰਲੀ ਬਹੁਤ ਰਿਵਰਸ ਸਵਿੰਗ ਹੁੰਦਾ ਸੀਗਾ ਔਰ ਵੱਡੇ ਵੱਡੇ ਜਿਹੜੇ ਕ੍ਰਿਕਟਰ ਸੀਗੇ ਉਸ ਵੇਲੇ ਕਟੋ ਸ਼ੀਲਡ ਰਾਂਜੀ ਚ ਖੇਡਦੇ ਸੀਗੇ ਉਹ ਮੇਰੇ ਨਾਲ ਮੇਰਾ ਬਾਲ ਖੇਡ ਨਹੀਂ ਸਕਦੇ ਸੀਗੇ ਇੱਕ ਵਾਰੀ ਸਾਡੇ ਸਕੂਲ ਟੀਮ ਦਾ ਮੈਚ ਜਿਹੜੇ ਸਾਡੇ ਦਵਿੰਦਰ ਅਰੋੜਾ ਭਜਨ ਸਿੰਘ ਦੀ ਟੀਮ ਦੇ ਕੋਚ ਨੇ ਹਰਭਜਨ ਸਿੰਘ ਜੀ ਦੇ ਉਹਨਾਂ ਦੇ ਕਲੱਬ ਨਾਲ ਪੈ ਗਿਆ ਤੂੰ ਬਲੀਵ ਨਹੀਂ ਕਰੇਗਾ ਕਿ ਮੈਂ ਮੁੰਡਿਆਂ ਦੀ ਐਲਬੋ ਤੱਕ ਤੋੜ ਦਿੱਤੀ ਆ ਬੋਲਾ ਮਾਰ ਮਾਰ ਕੇ ਐਲਬੋ ਬ੍ਰੇਕ ਹੋ ਗਈ ਪਹਿਲੀ ਬੋਲ ਉਹ ਵਾਡੀ ਬਿਲਡਿੰਗ ਸੀ ਕਿ ਸਿਰਫ ਕ੍ਰਿਕਟ ਹਾਈਟ ਸੀ ਸਪੀਡ ਸੀ ਸਟਾਂਸ ਸੀਗਾ ਚੰਗੀ ਹਾਈਟ ਲੈ ਕੇ ਜੰਪ ਕਰਕੇ ਬਾਲ ਕਰਨਾ ਪੈਸ਼ਨ ਸੀਗਾ ਉਸ ਸੀਗਾ ਬਟ ਫੈਮਲੀ ਮਾਹੌਲ ਡੈਡ ਪੁਲਿਤ ਸੀਗੇ ਤੇ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਸੀਗਾ ਕਿ ਮੈਂ ਇਹਨੂੰ ਜੌਬ ਕਰਾਵਾਂਗਾ ਗ੍ਰੈਜੂਏਸ਼ਨ ਕਰ ਲਵੇ ਕੱਲੂ ਏਐਸਆਈ ਸਬ ਇੰਸਪੈਕਟਰ ਥਾਣੇਦਾਰ ਕਿਰਤੀ ਪਰ ਤਿਕਰਾਵਾਂਗੇ ਤੇ ਉਹਨਾਂ ਨੇ ਮੈਨੂੰ ਜ਼ਿਆਦਾ ਕਨਵਿੰਸ ਕਰਨਾ ਸ਼ੁਰੂ ਕਰ ਦਿੱਤਾ ਕਿ ਥੋੜੀ ਫਿਜ਼ੀਕਲੀ ਸਟਰੈਂਥ ਆਪਣੀ ਬਾਡੀ ਦੀ ਕਰ ਇੱਕ ਦਾਦਾ ਜੀ ਕਬੱਡੀ ਖੇਡਦੇ ਸੀਗੇ ਸੋ ਉਹ ਬੜਾ ਅਪਰੋਚ ਕਰਦੇ ਹੁੰਦੇ ਸੀਗੇ ਵੇਟ ਸੂਟਸ ਲੈ ਕੇ ਨਾ ਘਰ ਚ ਰੱਖੇ ਸੀਗੇ ਤੇ ਉਹ ਫਿਰ ਪੁਲਿਸ ਦੇ ਜਾਣ ਦੇ ਚੱਕਰ ਚੱਕਰ ਦੇ ਵਿੱਚ ਉਹਨਾਂ ਨੇ ਮੈਨੂੰ ਟਰੈਕ ਐਂਡ ਫੀਲਡ ਮੈਨੂੰ ਸ਼ਾਰਟ ਪੁੱਟ ਥਰੋ ਚ ਪਾ ਦਿੱਤਾ ਹੂੰ ਵੀ ਤੂੰ ਭਾਦਰਪਾਜੀ ਹੁੰਦੇ ਸੀ ਸਾਡੇ ਏਸ਼ੀਅਨ ਚੈਂਪੀਅਨ ਹਨਾ ਗੋਲਾ ਸੱਟਦੇ ਸੀ ਉਹਨਾਂ ਦੇ ਕੋਚ ਸੀਗੇ ਉਹਨਾਂ ਕੋ ਮੈਨੂੰ ਭੇਜ ਦਿੱਤਾ ਤੇ ਮੈਂ ਥੋੜਾ ਬਹੁਤੀਆਂ ਥਰੋਜ਼ ਕਰਨੀਆਂ ਪਰ ਮੈਂ ਇੰਜੋਏ ਨਹੀਂ ਕਰ ਰਿਹਾ ਸੀ ਉਸ ਚੀਜ਼ ਨੂੰ ਹੂੰ ਮਤਲਬ ਮੈਨੂੰ ਮਜ਼ਾ ਨਹੀਂ ਆ ਰਿਹਾ ਸੀ ਅੰਦਰੋਂ ਜਿੱਦਨ ਥਰੋਜ਼ ਕਰਨੀਆਂ ਉਦੋਂ ਤਾਂ ਮੈਂ ਥੋੜਾ ਜਿਆਦਾ ਉਹਨੂੰ ਇੰਜੋਏ ਨਾ ਕਰਨਾ ਸਕਿੱਪ ਕਰ ਲੈਣਾ ਬਟ ਜਦਨ ਵੇਟ ਟ੍ਰੇਨਿੰਗ ਕਰਨੀ ਹੁੰਦੀ ਸੀ ਉਦਨ ਮੈਂ ਵੇਟਸ ਬੜੇ ਸ਼ੌਂਕ ਨਾਲ ਕਰਨੇ ਔਰ ਸਾਡੇ ਸੀਨੀਅਰਸ ਨੇ ਗਣਾ ਵੀ ਚੱਲ ਘੁੰਮਣ ਕੱਢ ਰੋਡ ਬਾਹਰ ਕੱਢ ਡੰਬਲ ਕੱਢ ਪਲੇਟਾਂ ਕੱਢ ਜਿੱਦਾਂ ਸਮ ਟਾਈਮਸ ਆਪਣੇ ਜੂਨੀਅਰਸ ਨੂੰ ਕਹਿ ਦਿੰਦੇ ਸੀ ਉਹ ਬੜੇ ਮਜ਼ੇ ਨਾਲ ਕਰਨਾ ਔਰ ਫਿਰ ਹੌਲੀ ਹੌਲੀ ਵੇਟ ਟ੍ਰੇਨਿੰਗ ਵੀ ਨਾਲ ਕਰਨੀ ਔਰ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਹਮ ਬਾਡੀ ਬਣ ਲੱਭੀ ਜੈਨੇਟਿਕਸ ਈ ਸੀਗੇ ਇੱਕ ਸਾਡਾ ਡੇਰੀ ਫਾਰਮ ਸੀ ਆਪਣੇ ਘਰ ਦਾ ਪਸ਼ੂ ਬਹੁਤ ਰੱਖੇ ਹੋਏ ਸੀਗੇ ਰਾ ਦੁੱਧ ਦਹੀਂ ਪਨੀਰ ਕਿਉਂ ਕਰਦਾ ਸੀਗਾ ਕੋਈ ਐਦਾਂ ਦਾ ਉਸ ਵੇਲੇ ਡਾਈਟ ਤਾਂ ਦੱਸਣ ਵਾਲਾ ਨਾ ਸਮਝਾਣ ਵਾਲਾ ਜੋ ਮਿਲਦੇ ਸੀ ਖਾਂਦੇ ਸੀ ਇੱਕ ਗਰਥ ਆਉਣੀ ਸ਼ੁਰੂ ਹੋ ਗਈ ਬਾਡੀ ਵਿੱਚ ਐਂਡ ਜਿਹੜਾ ਵੀ ਸਭ ਤੋਂ ਵੱਡੀ ਚੇਂਜ ਆਈ ਇੱਕ ਦਿਨ ਮੇਰੇ ਇਦਾਂ ਫਰੈਂਡ ਸੀਗੇ ਅਸੀਂ ਉਹ ਸਾਡੇ ਘਰ ਦੇ ਲਾਗੇ ਕਿ ਪਹਿਲੇ ਸਿਰ ਡਿਸਟ੍ਰਿਕਟ ਚੈਂਪੀਅਨਸ਼ਿਪ ਹੋ ਰਹੀ ਸੀ ਮਿਸਟਰ ਜਲੰਧਰ ਬੋਡੀ ਬਿਲਡਿੰਗ ਦੀ ਉਹ ਮੈਨੂੰ ਕਹਿਣ ਲੱਗੇ ਚੱਲ ਯਾਰ ਆ ਦੇਖਦੇ ਆ ਇਵੈਂਟ ਦੇਖਦੇ ਐਂਡ 99 ਮਿਸਟਰ ਇੰਡੀਆ ਮਨਜੀਤ ਭਾਜੀ ਬਣੇ ਸੀ ਉਸ ਵੇਲੇ ਐਸ ਵੇਲੇ ਪੰਜਾਬ ਪੁਲਿਸ ਡੀਐਸਪੀ ਨੇ ਤੇ ਉਹਨਾਂ ਨੇ ਉੱਥੇ ਜਰੂ ਜਾ ਕੇ ਆਪਣਾ ਫਲੈਕਸਿੰਗ ਕੀਤੀ ਗੈਸ ਪੋਜ਼ਿੰਗ ਕੀਤੀ ਉਹ ਇੱਕ ਇੱਕ ਸੀਗੀ ਮਤਲਬ ਆਪਣਾ ਕਹੇ ਲਾ ਟਰਨਿੰਗ ਪੁਆਇੰਟ ਜਿੱਦਾਂ ਕਹੇ ਲਾ ਵੀ ਆਰ ਬੋਡੀ ਹੋਏਗੀ ਤੇ ਇਦਾਂ ਦੀ ਨਹੀਂ ਤਾਂ ਨਹੀਂ ਹੋਏਗੀ ਹੂੰ ਸੋ ਉਹ ਤੋਂ ਬਾਅਦ ਫਿਰ ਮੈਂ ਇਮੀਡੀਏਟਲੀ ਜਿਮ ਜੁਆਇਨ ਕਰ ਲਿਆ ਮੈਂ ਗਰਾਊਂਡ ਜਾਣਾ ਛੱਡ ਦਿੱਤਾ ਫੇਰ 2 ਮਹੀਨੇ ਬਾਅਦ ਮਨਜੀਤ ਭਾਜੀ ਕੋਲ ਹੀ ਚਲਾ ਗਿਆ ਮੈਂ ਕਹਿੰਦਾ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਚੇਲਾ ਹੁਣ ਤੁਹਾਡੇ ਨਾਲ ਲਾਣੀ ਐ ਮੈਂ ਤੁਹਾਡੇ ਕੋਲ ਬੋਡੀ ਬਿਲਡਿੰਗ ਦੇ ਸਾਰੇ ਗੁਰ ਸਿੱਖਣੇ ਆ ਜੀ ਸੋ ਦੈਟਸ ਹਾਊ ਇਟ ਸਟਾਰਟਿਡ ਤੇ ਹੁਣ ਤੱਕ ਚੱਲੀ ਜਾਂਦੇ ਆ ਉਦੋਂ ਡਾਈਟ ਕੀ ਖਾਂਦੇ ਸੀ ਭਾਜੀ ਤੁਸੀਂ ਸਟਾਰਟਿੰਗ ਚ ਡਾਈਟ ਬਹੁਤ ਤਰ੍ਹਾਂ ਦੀ ਹੁੰਦੀ ਸੀ ਬਸ ਜਿਆਦਾ ਡੇਰੀ ਤੇ ਬਹੁਤ ਅਸੀਂ ਨਿਰਭਰ ਸੀ ਕਿਉਂਕਿ ਉਦੋਂ ਪ੍ਰੋਟੀਨ ਡੱਬੇ ਕੁਝ ਵੀ ਨਹੀਂ ਹੁੰਦਾ ਸੀ ਨਾ ਹੀ ਜ਼ਿਆਦਾ ਅਵੇਅਰਨੈਸ ਸੀ ਨਾ ਹੀ ਜ਼ਿਆਦਾ ਪਤਾ ਸੀ ਹਾਂ 2003-4 ਦੀ ਗੱਲ ਹੈ ਹੂੰ ਕਿਉਂਕਿ ਉਹ ਉਹ ਨਹੀਂ ਮਾਰਕੀਟਿੰਗ ਨਹੀਂ ਸੀ ਕਾਰਪੋਰੇਟ ਵਰਲਡ ਇਹਨਾਂ ਚੀਜ਼ਾਂ ਨੂੰ ਦਾ ਕੰਟਰੋਲ ਨਹੀਂ ਕਰ ਰਿਆ ਸੀਗਾ ਬਟ ਅਸੀਂ ਕੁਝ ਬੇਸਿਕ ਜਿਹੀਆਂ ਚੀਜ਼ਾਂ ਪਤਾ ਸੀ ਸਾਡੇ ਕੋਚ ਨੇ ਦੱਸ ਦੇਣੀਆਂ ਕਿ ਅਸੀਂ ਸਾਰੀਆਂ ਦਾਲਾਂ ਜੀਆਂ ਮਿਕਸ ਕਰ ਲ ਕੇ ਭਾ ਲੈਣੀ ਆ ਉਹਦੇ ਵਿੱਚ ਸੁੱਕਾ ਦੁੱਧ ਪਾ ਲੈਣਾ ਥੋੜੀ ਖੰਡ ਪਾ ਲੈਣੀ ਮਤਲਬ ਦੇਸੀ ਪ੍ਰੋਟੀਨ ਜਾਂ ਉਹਦਾ ਇੱਕ ਤਾਰਾ ਗਰੋਥ ਐ ਕਹਿੰਦਾ ਹੁੰਦਾ ਸੀ ਬੋਡੀ ਗਰੋ ਕਰਕੇ ਡੱਬੇ ਬਹੁਤ ਪੁਰਾਣੇ ਨਾ ਉਹ ਪੀ ਲੈਣਾ ਕੰਪਲੈਂਟ ਦੇ ਡੱਬੇ ਪੀਨੇ ਸੋ ਉਹ ਬੇਬੀ ਫੂਡ ਜਿਹੜਾ ਖਾ ਖਾ ਕੇ ਉਹੀ ਖਾ ਕੇ ਅਸੀਂ ਉਸ ਵੇਲੇ ਵਰਕਆਊਟ ਕਰਦੇ ਸੀ ਔਰ ਨੈਸ਼ਨਲ ਤਾਂ ਕਿੱਦਾਂ ਹੀ ਖੇਡੇ ਬਾਡੀ ਬਿਲਡਿੰਗ ਚ ਪਜੀ ਪਹਿਲਾ ਕੰਪੀਟੀਸ਼ਨ ਯਾਦ ਆ ਤੁਹਾਨੂੰ ਜੀ ਬਿਲਕੁਲ ਯਾਦ ਆ ਪਹਿਲਾ ਕੰਪੀਟੀਸ਼ਨ ਕਾਫੀ ਲੰਬੀ ਯ ਬੱਡੀ ਯ ਕੰਪਲੀਟ ਹੀ ਨਹੀਂ ਕਰ ਪਾਇਆ ਮੈਂ ਇਦਾਂ ਦੀ ਯਾਦ ਆ ਮੈਂ ਐਕਚੁਅਲੀ ਯੂਨੀਵਰਸਿਟੀ ਜਾਣਾ ਸੀਗਾ ਇੰਟਰ ਕਾਲਜ ਮੇਰੀ ਸਿਲੈਕਸ਼ਨ ਹੋਈ ਟਰਾਈ ਹੋਇਆ ਕਾਲਜ ਔਰ ਯੂਨੀਵਰਸਿਟੀ ਦਾ ਕੰਪੀਟੀਸ਼ਨ ਡੈਡ ਕਹਿੰਦੇ ਮੈਂ ਵੀ ਦੇਖਣਾ ਤੁਹਾਡੇ ਨਾਲ ਜਾ ਕੇ ਜੀ ਇੱਕ ਮੇਰਾ ਦੋਸਤ ਸੀਗਾ ਦੇਸੀ ਅੱਜ ਜਗਾੜੀ ਮੇਰੇ ਨਾਲ ਸਾਡਾ ਪਹਿਲਾ ਇਵੈਂਟ ਸੀਗਾ ਅਸੀਂ ਚਲੇ ਗਏ ਚਲੋ ਤਿਆਰੀ ਚੁਰੀ ਤਾਂ ਵਧੀਆ ਸੀਗੀ ਜੀ ਬਟ ਉਹ ਐਕਸਪੀਰੀਅੰਸ ਨਹੀਂ ਸੀਗਾ ਬੈਕਸਟੇਜ ਹੈ ਨਾ ਕਿ ਇੱਕ ਐਕਸਾਈਟਮੈਂਟ ਵੀ ਸੀਗੀ ਨਰਵਸਨੈਸ ਵੀ ਸੀਗੀ ਅਸੀਂ ਪਹੁੰਚ ਗਏ ਜੀ ਉੱਥੇ ਔਨ ਟਾਈਮ ਅਸੀਂ ਅੰਦਰ ਵਾਸ਼ਰੂਮ ਚਲੇ ਗਏ ਉਹ ਬੋਡੀ ਟੈਨ ਕਲਰ ਜਿਹਾ ਲਗਾਉਂਦੇ ਨੇ ਫਿਰ ਪਾਲਿਸ਼ਿੰਗ ਕਰਦੇ ਆ ਐਂਡ ਅਨਫੋਰਚਨਟਲੀ ਉਰ ਚ ਇੰਟਰ ਕਾਲਜ ਇਹਨੇ ਜਰਾ ਐਥਲੀਟ ਨਹੀਂ ਹੁੰਦੇ ਹਰ ਇੱਕ ਕੈਟੇਗਰੀ ਚ ਨਾ ਦੋ ਦੋ ਚਾਰ ਚਾਰ ਪੰਜ ਪੰਜ ਮੁੰਡੇ ਹੁੰਦੇ ਆ ਔਰ ਜਦ ਤੱਕ ਅਸੀਂ ਕਲਰ ਲਾਉਂਦੇ ਰਹੇ ਗਏ ਉਧਰ ਕੰਪੀਟੀਸ਼ਨ ਕਦੋਂ ਹੋ ਗਿਆ ਵਾਹ ਯਾਰ ਵਾਹ ਇਹ ਜ਼ਬਰਦਸਤ ਯਾਦ ਹੈ ਪੂਗਾਲਾ ਕੱਢਦਾ ਆਇਆ ਵਾਸ਼ਰੂਮ ਜੁੱਤੀਆਂ ਮਾਰਦਾ ਸਾਲਿਓ ਤੁਸੀਂ ਮੇਕਅਪ ਵੀ ਕਰੀ ਜਾਂਦੇ ਹੋ ਕੰਪੀਟੀਸ਼ਨ ਦਾ ਮੁੱਖ ਵੀ ਗਿਆ ਪਹਿਲਾ ਕੰਪੀਟੀਸ਼ਨ ਹੋ ਸੀ ਪਹਿਲਾ ਕੰਪੀਟੀਸ਼ਨ ਹੋ ਸੀ ਫਿਰ ਉਹਦੇ ਪੋਜ਼ਿੰਗ ਦਾ ਵੀ ਟਾਈਮ ਨਹੀਂ ਲੱਗਿਆ ਮੈਂ ਫਿਰ ਗਿਆ ਜਦ ਤੱਕ ਸਟੇਜ ਤੇ ਉਹ ਜੱਜਸ ਕਹਿੰਦੇ ਅਫੀਸ਼ੀਅਲਸ ਹੋ ਗਏ ਹੁਣ ਤਾਂ ਖਤਮ ਹੋ ਗਿਆ ਹੁਣ ਕਾਕਾ ਤੂੰ ਕੀ ਕਰਦਾ ਪਿਆ ਸੋ ਇਦਾਂ ਦਾ ਐਕਸਪੀਰੀਅੰਸ ਹੋਇਆ ਬੜਾ ਫੁੱਲਿਸ਼ ਐਕਸਪੀਰੀਅੰਸ ਸੀਗਾ ਐਂਡ ਫਿਰ ਉਸ ਤੋਂ ਬਾਅਦ ਵਾਪਸੀ ਤੋਂ ਉਹਦੇ ਡੈਡੀ ਨਾਲ ਬੈਠੇ ਹੋਏ ਫਰੈਂਡ ਮੇਰਾ ਨਾਲ ਉਮਰਵਾਲ ਦੇਖੇ ਦੋਨੇ ਚਰਮਿੰਦੇ ਜਿਹੋਏ ਸੀ ਇੱਕ ਯਾਰ ਮੈਨੂੰ ਲੱਗੇ ਸੀ ਕੰਪੀਟ ਹੀ ਨਹੀਂ ਕੀਤਾ ਔਰ ਖੇੜ ਹੀ ਨਹੀਂ ਪਾਈ ਆਪਣੀ ਬਟ ਇਹ ਐਕਚੁਅਲੀ ਚੀਜ਼ਾਂ ਤੁਹਾਨੂੰ ਐਕਸਪੀਰੀਅੰਸ ਦਿੰਦੀਆਂ ਉਸ ਵੇਲੇ ਸੀ ਪਹਿਲਾ ਇਵੈਂਟ ਸੀਗਾ ਇਹਨੇ ਮੈਚੂਰ ਨਹੀਂ ਸੀ ਪਤਾ ਨਹੀਂ ਸੀਗੇ ਬਟ ਲੇਟਰ ਔਨ ਫਿਰ 2006 ਦੇ ਵਿੱਚ ਮੈਂ ਪ੍ਰੋਫੈਸ਼ਨਲੀ ਜਦੋਂ ਦੁਬਾਰਾ ਰੀਸਟਾਰਟ ਹੋਇਆ ਡਿਸਟ੍ਰਿਕਟ ਚੈਂਪੀਅਨਸ਼ਿਪ ਜਿੱਤੀ ਫਿਰ ਪੰਜਾਬ ਜੂਨੀਅਰ ਪੰਜਾਬ ਸੀਨੀਅਰ ਪੰਜਾਬ ਤੇ ਜੂਨੀਅਰ ਏਸ਼ੀਆ ਸੀਨੀਅਰ ਏਸ਼ੀਆ so 121 121 121 121 ਪਰ ਜੇ ਤੁਸੀਂ ਦੁਨੀਆ ਦੇ ਸਭ ਤੋਂ ਬਿਗੇਸਟ ਬਾਡੀ ਬਿਲਡਰ ਹੋ ਵੈਜੀਟੇਰੀਅਨ ਇਹ ਕਿੱਡੀ ਵੱਡੀ ਗੱਲ ਹੈ ਤੁਹਾਨੂੰ ਪਤਾ ਹੈ ਆ ਯਾ ਇਟਸ ਬਿਗ ਥਿੰਗ ਯੂਨੀਕ ਹੈ ਆ ਆਮ ਲੋਕਾਂ ਨਾਲ ਕਿੰਨੇ ਵਰਲਡ ਦੀ ਗੱਲ ਆਦਿ ਨੇ ਕਿ ਯੂ ਆਰ ਦ ਵਰਲਡਸ ਫਰਸਟ ਪਿਓਰ ਵੈਜੀਟੇਰੀਅਨ ਸੱਚ ਅ ਹਿਊਜ ਬਾਡੀ ਬਿਲਡਰ ਮਤਲਬ ਮੈਂ ਆਪਣੇ ਆਪ ਚ ਜਦੋਂ ਇਹ ਸਵਾਲ ਪੁੱਛਣ ਲਈ ਤੁਹਾਨੂੰ ਸੋਚ ਰਿਹਾ ਸੀ ਨਾ ਮੈਂ ਕਿਹਾ ਕਿ ਕਿੱਡੀ ਵੱਡੀ ਗੱਲ ਹੈ ਕਿ ਦੁਨੀਆ 'ਚ ਇਕਲਤਾ ਐਡਾ ਹਿਊਜ ਬਾਡੀ ਬਿਲਡਰ ਉਹ ਵੀ ਪੰਜਾਬੀ ਉਹ ਵੀ ਪੰਜਾਬੀ ਪੰਜਾਬ ਪੰਜਾਬ ਨੂੰ ਵੀ ਇੱਥੇ ਮਾਨ ਫੀਲ ਹੈ ਸਾਰੇ ਲੋਕ ਬੜਾ ਅਪਰੀਸ਼ੀਏਟ ਕਰਦੇ ਨੇ ਮੈਨੂੰ ਵੀ ਹੁੰਦਾ ਬਟ ਇਹਦਾ ਰੀਜ਼ਨ ਇੱਕ ਰਿਲੀਜੀਅਸ ਕੌਜ਼ ਕਿਉਂਕਿ ਅਸੀਂ ਗੁਰਸਿੱਖ ਨਾਮਤਾਰੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਦੀ ਘਰ ਵਿੱਚ ਆਂਡਾ ਮਾਸ ਦੇਖਿਆ ਹੀ ਨਹੀਂ ਸੀਗਾ ਔਰ ਖਾਣ ਨੂੰ ਦਿਲ ਨਹੀਂ ਕਰਦਾ ਸੀਗਾ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਚੀਜ਼ਾਂ ਸੀ ਆਪ ਬ੍ਰਿੰਗਿੰਗ ਆਪਣੇ ਮਾਪੇ ਤੋਂ ਐਡਾਪਟ ਕਰਦੇ ਆ ਸਿੱਖਦੇ ਆ ਹਨਾ ਔਰ ਜਦੋਂ ਮੈਂ ਦੇਖਿਆ ਵੀ ਘਰ ਦੇ ਵਿੱਚ ਪਤਾ ਹੀ ਨਹੀਂ ਸੀਗਾ ਅਸੀਂ ਨੂੰ ਸੀ ਐਕਚੁਅਲੀ ਹੇਟ ਕਰਦੇ ਸੀਗੇ ਉਹ ਬੱਚੇ ਸੀਗੇ ਵੀ ਆਂਡਾ ਖਾਣ ਵਾਲੇ ਲੋਕ ਗੰਦੇ ਹੁੰਦੇ ਆ ਮਾੜੇ ਹੁੰਦੇ ਆ ਹਨਾ ਬਟ ਉਹ ਹੌਲੀ ਹੌਲੀ ਚਲ ਹੁੰਦਾ ਸਾਰੇ ਸੱਜਣ ਮਿੱਤਰ ਯਾਰ ਦੋ ਸਿੱਧਾਂ ਦੇ ਹੈਗੇ ਆ ਬਟ ਹਾਂ ਉਹ ਇੱਕ ਰੀਜ਼ਨ ਸੀਗਾ ਕਿ ਮੈਂ ਕਦੀ ਵੀ ਨਾਨ ਵੇਜ ਨੂੰ ਐਡਮਾਇਰ ਨਹੀਂ ਕੀਤਾ ਨਾ ਮੈਨੂੰ ਖਾਣ ਪਿੱਛੇ ਗਿਆ ਬਟ ਹਾਂ ਮੇਰੇ ਕੋਚਸ ਨੇ ਮੇਰੇ ਬਹੁਤ ਸਾਰੇ ਫਰੈਂਡਸ ਨੇ ਅਪਰੋਚ ਮੈਨੂੰ ਬਹੁਤ ਕੀਤਾ ਯਾਰ ਜੇ ਤੂੰ ਨਹੀਂ ਖਾਏਂਗਾ ਤਾਂ ਯੂ ਕਾਂਟ ਬੀ ਅ ਬੋਡੀ ਬਿਲਡਰ ਤਾਂ ਬਣ ਜਾਏਗਾ ਚੈਂਪੀਅਨ ਨਹੀਂ ਬਣ ਪਾਏਗਾ ਬਟ ਉਹ ਮੇਰੀ ਸੋਲ ਮੈਨੂੰ ਅਲਾਉ ਨਹੀਂ ਕਰਦੀ ਸੀ ਇੱਕ ਦੋ ਵਾਰੀ ਟਰਾਈ ਵੀ ਕੀਤਾ ਮੇਰੇ ਦੋਸਤਾਂ ਨੇ ਲਿਆ ਕੇ ਸਾਹਮਣੇ ਰੱਖ ਦਿੱਤਾ ਖਾ ਮੈਂ ਦੇਖਾ ਉਹ ਮੈਂ ਖਾਵਾ ਕਿਦਾਂ ਇਹਨੂੰ ਕਿ ਲੰਘੂਗਾ ਕਿ ਨਹੀਂ ਮੇਰੇ ਅੰਦਰ ਕਿਉਂਕਿ ਜਦ ਤੱਕ ਇਹ ਇੰਟਰਨਲ ਆਵਾਜ਼ ਨਹੀਂ ਨਾ ਹੁੰਦੀ ਤੁਹਾਡੀ ਰੂਹ ਦੀ ਸੋਲ ਦੀ ਮੇਰਾ ਉਹਦੇ ਨਾਲ ਕਨੈਕਸ਼ਨ ਨਹੀਂ ਹੋ ਪਾਰਿਆ ਸੀਗਾ ਉਹ ਰੂਹ ਫਿਰ ਨਹੀਂ ਹੋਇਆ ਜੈਨੇਟਿਕਲੀ ਆਮ ਗਿਫਟਡ ਮੈਨੂੰ ਪਰਮਾਤਮਾ ਨੇ ਜੀਨਸ ਇਹਦਾ ਦੇ ਦਿੱਤੇ ਸੀ ਕਿ ਮੈਂ ਉਸ ਬੈਲਟ ਤੋ ਆਉਣਾ ਜਿਹੜੀ ਅੰਮ੍ਰਿਤਸਰ ਗੁਰਦਾਸਪੁਰ ਹੈ ਜਿੱਥੇ ਬੜੇ ਬੜੇ ਵੱਡੇ ਪਹਿਲਵਾਨ ਪੈਦਾ ਹੋਏ ਆ ਤੇ ਜੀਨਸ ਬਹੁਤ ਵੱਡਾ ਰੋਲ ਪਲੇ ਕਰਦੇ ਆ ਬਾਕੀ ਜਾਂ ਮਿਹਨਤ ਮੇਰੀ ਆਮ ਲੋਕਾਂ ਨਾਲ ਮੈਨੂੰ ਦੁਗਣੀ ਕਰਨੀ ਪਈ ਜਿਵੇਂ ਨਾਨ ਵੈਜੀਟੇਰੀਅਨ ਹੁੰਦਾ ਸ਼ਾਇਦ ਮੈਨੂੰ ਇਨੀ ਮਿਹਨਤ ਨਾ ਕਰਨੀ ਪੈਂਦੀ ਤੇ ਮੈਂ ਜ਼ਿਆਦਾ ਜਲਦੀ ਜ਼ਿਆਦਾ ਵਧੀਆ ਲੈਵਲ ਅਚੀ ਕਿੰਨੀ ਐ ਜੋਗੀ ਬਈ ਤੁਹਾਡੇ ਅੱਜ ਨਾਮ ਰਨਿੰਗ 41 41 ਮੇਰਾ ਤਾਂ ਇਹ ਵੀ ਕਹਿਣ ਨੂੰ ਤੁਹਾਡੇ ਮੂਰੇ ਦਿਲ ਨਹੀਂ ਕਰ ਰਹਾ ਕਿ ਮੈਂ ਵੀ ਬਾਡੀ ਬਿਲਡਿੰਗ ਚਾਹ ਪਾਈ ਪਿਛਲੇ 10 ਸਾਲਾਂ ਤੋਂ ਮੈਂ ਇਹ ਕਹਿ ਸਕਦਾ ਕਿ ਮੈਂ ਵੀ ਮਾੜਾ ਮੋਟਾ ਜਿਮ ਲਗਾ ਰਿਹਾ ਇਹ ਦੇਖੋ ਜਿਹੜਾ ਇਨਸਾਨ ਆਪਣੀ ਫਿਟਨੈਸ ਲਈ ਅਵੇਅਰ ਹੈ ਜਿਹੜਾ ਜਿਮ ਜਾਂਦਾ ਹੈ ਆਪਣੇ ਸਰੀਰ ਦਾ ਧਿਆਨ ਰੱਖਦਾ ਬਾਡੀ ਬਿਲਡਰ ਹੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਟੀ-ਸ਼ਰਟ ਲਾ ਕੇ ਮਸਲਸ ਫਲੈਕਸ ਕਰਨੇ ਹੈ ਸਟੇਜ ਤੇ ਯੂ देन ਯੂ ਆ ਬਾਡੀ ਬਿਲਡਰ ਜੇ ਤੁਸੀਂ ਆਪਣੀ ਹੈਲਥ ਨੂੰ ਲੈ ਕੇ ਅਵੇਅਰਨੈਸ ਹੋ ਤੁਹਾਨੂੰ ਆਪਣਾ ਸ਼ੌਂਕ ਹੈ ਸਰੀਰ ਨੂੰ ਸੰਭਾਲਣ ਦਾ ਦੈਨ ਯੂਅਰ ਬਾਡੀ ਬਿਲਡਰ ਮੈਂ ਤਾਂ ਭਾਜੀ ਉਹਨੇ ਡੋਲਾ ਦੇਖਿਆ ਮੇ ਤੁਹਾਡੀ ਕਲਾਈ ਤੋਂ ਵੀ ਛੋਟਾ ਹੈ ਉਧਰ ਵਾਲਾ ਦਿਖਾਓ ਭਾਜੀ ਬਹੁਤ ਸੋਹਣਾ ਬਹੁਤ ਸੋਹਣਾ ਉਧਰ ਵਾਲਾ ਉੱਥੇ ਇਧਰ ਵਾਲਾ ਦਿਖਾਓ ਵੀ ਕੈਮਰੇ 'ਚ ਨਜ਼ਰ ਆਏਗਾ ਉਹ ਟੱਟ ਓਏ ਹੋਏ ਮਤਲਬ ਦਿਲ ਕਰਦਾ ਦੇਖੀ ਜਾਈਏ ਭਾਜੀ ਯਾਰ ਯਾ ਦੇਖੋ ਇਹ ਵੀ ਭਾਜੀ ਇਹ ਮੈਨੂੰ ਇਹ ਸਭ ਤੋਂ ਵੱਡੀ ਗੱਲ ਜਿਹੜੇ ਮੇਰੇ ਪਰਸਨਲ ਸਵਾਲ ਨੇ ਕਿਉਂਕਿ ਮੈਂ ਵੀ ਬਾਡੀ ਬਿਲਡਿੰਗ ਦਾ ਮੈਂ ਤਾਂ ਛੋਟੇ ਹੁੰਦੇ ਤੋਂ ਮੈਂ ਆਪਣੇ ਚਾਚੂ ਨਾਲ ਇੰਨੇ ਕੰਪੀਟੀਸ਼ਨ ਦੇਖਣ ਜਾਂਦਾ ਸੀਗਾ ਛੋਟੇ ਹੁੰਦੇ ਤਾਂ ਤੁਹਾਨੂੰ ਵੀ ਵੱਡੇ ਕੰਪੀਟੀਸ਼ਨਾਂ ਦੇ ਦੇਖਿਆ ਤੁਸੀਂ ਚੀਫ ਗੈਸਟ ਆਣਾ ਤੇ ਉਹ ਗਾਣਾ ਲੱਗਣਾ ਐਡੀ ਡੌਲੇਆਂ ਚ ਜਾਣ ਹਨ ਤੇ ਤੁਹਾਨੂੰ ਦੇਖ ਕੇ ਦੂਰੋਂ ਹੀ ਗੈਸਟ ਪੋਜ਼ਿੰਗ ਤੇ ਤੁਸੀਂ ਜਦੋਂ ਡਬਲ ਵਾਈਸਪ ਪੋਜ਼ ਮਾਰਨਾ ਉਹ ਦੂਰੋਂ ਖੁਸ਼ ਹੋਈ ਜਾਣਾ ਹੈ ਤੇ ਉਹਦਾ ਮਿਲਣ ਵਾਲਾ ਸਿਸਟਮ ਸੀਗਾ ਨਹੀਂ ਆਪਣਾ ਇਹਦਾ ਤੇ ਮੇਨਟੇਨ ਕਿਵੇਂ ਕੀਤਾ ਬਾਜੀ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਜਿਹੜਾ 25 ਸਾਲ ਦਾ ਕੈਰੀਅਰ ਕਿਉਂਕਿ ਬੜੇ ਬੋਡੀ ਬਿਲਡਰ ਮੈਂ ਦੇਖੇ ਨੇ ਜਲਦੀ ਆਂਦੇ ਨੇ ਜਲਦੀ ਚਲੇ ਜਾਂਦੇ ਨੇ ਤੁਸੀਂ ਮੇਨਟੇਨ ਕਿਵੇਂ ਕੀਤਾ ਇਹ ਇਹਦਾ ਮੈਨੂੰ ਰਾਜ਼ ਦਿਓ ਨਹੀਂ ਰਾਜ਼ ਇਹਦਾ ਇਹ ਹੈ ਕਿ ਮੈਂ ਵੈਨ ਆਈ ਵਾਸ ਸਟਾਰਟਡ 2006 ਦੇ ਵਿੱਚ ਹੀ ਮੈਂ ਇੰਟਰਨੈਸ਼ਨਲ ਕੰਪੀਟੀਸ਼ਨ ਲਈ ਮੇਰੀ ਸਿਲੈਕਸ਼ਨ ਹੋ ਗਈ ਮੈਂ ਜੂਨੀਅਰ ਏਸ਼ੀਆ ਲਈ ਚਲਾ ਗਿਆ ਵੀਅਤਨਾਮ 2008 ਚ ਫਿਰ ਮੈਂ ਜੂਨੀਅਰ ਵਰਲਡ ਚੈਂਪੀਅਨਸ਼ਿਪ ਲਈ ਸਿਲੈਕਟ ਹੋ ਗਿਆ 2010 ਮੈਂ ਸੀਨੀਅਰ ਵਰਲਡ ਚੈਂਪੀਅਨਸ਼ਿਪ ਦੈਨ ਆਰਨੋਲਡ ਕਲਾਸਿਕਸ ਵਾਸਤੇ ਸਿਲੈਕਸ਼ਨ ਹੋ ਗਈ ਮੇਰੀ ਔਰ ਮੈਨੂੰ ਬੜੀ ਜਲਦੀ ਮੌਕਾ ਮਿਲ ਗਿਆ ਇੰਟਰਨੈਸ਼ਨਲ ਐਕਸਪੋਜ਼ਰ ਲੈਣ ਦਾ ਔਰ ਜਿਹੜੇ ਵੱਡੇ ਵੱਡੇ ਇੰਟਰਨੈਸ਼ਨਲ ਬਾਡੀ ਬਿਲਡਰ ਸੀ ਜਾਂ ਉੱਥੋਂ ਦੇ ਜਿਹੜੇ ਕੋਚਸ ਸੀਗੇ ਨਾ ਉਹਨਾਂ ਨਾਲ ਮੇਰਾ ਰਾਫਤਾ ਕਾਇਮ ਹੋਣਾ ਸ਼ੁਰੂ ਹੋ ਗਿਆ ਔਰ ਮੈਂ ਫਿਰ ਅਡਾਪਟ ਕਰਨਾ ਸ਼ੁਰੂ ਕੀਤਾ ਵੀ ਯਾਰ ਇਹ ਜਿਹੜੇ ਲੋਕ ਨੇ ਇਹ ਸਾਡੇ ਨਾਲੋਂ ਬੈਟਰ ਕਿਉਂ ਨੇ ਕਿ ਇਹਨਾਂ ਦੇ ਜੀਨਸ ਤਾਂ ਐਕਚੁਅਲੀ ਯੂਰੋਪੀਅਨ ਅਮਰੀਕਨ ਲੋਕਾਂ ਦੀ ਖੇਡ ਹੈਗੀ ਐ ਅਸੀਂ ਉਧਰੋਂ ਅਡਾਪਟ ਕੀਤੀ ਐ ਵੱਡੇ ਸਾਡੀ ਆਪਣੀ ਮਿੱਟੀ ਦੀ ਖੇਡ ਨਹੀਂ ਹੈਗੀ ਸਾਡੀਆਂ ਖੇਡਾਂ ਹੋਰ ਨੇ ਬਟ ਕਿਤੇ ਨਾ ਕਿਤੇ ਅਸੀਂ ਸਪੋਰਟਸ ਨਾਲ ਜੁੜੇ ਸੀ ਫਿਰ ਉਹਨਾਂ ਨਾਲ ਕੰਪੀਟ ਕਰਨਾ ਉਹਨਾਂ ਵਰਗਾ ਮਾਈਂਡ ਸੈਟ ਉਹਨਾਂ ਵਰਗੀ ਪ੍ਰੈਪਰੇਸ਼ਨ ਉਹਨਾਂ ਵਰਗਾ ਇਨਫਰਾਸਟ੍ਰਕਚਰ ਭਾਵੇਂ ਸਾਡੇ ਕੋਲ ਨਹੀਂ ਸੀਗਾ ਬਟ ਇਨਸਾਨ ਹਰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਫਿਰ ਉਹਨਾਂ ਦਾ ਲਾਈਫ ਸਟਾਈਲ ਦੇਖਣਾ ਕਿੱਦਾਂ ਦਾ ਖਾਣ ਪੀਣ ਕਿਦਾਂ ਦਾ ਫਿਰ ਮੈਂ ਇਹ ਚੀਜ਼ਾਂ ਦੇਖੀਆਂ ਕਿ ਯਾਰ ਉਹ ਬਾਡੀ ਨੂੰ ਨਾ ਬੜੇ ਕੰਸਿਸਟੈਂਸੀ ਨਾਲ ਕੀ ਕਰਦੇ ਆ ਸਟੈਚਿੰਗ ਬਹੁਤ ਪ੍ਰੋਪਰ ਕਰਦੇ ਆ ਉਹਦਾ ਰੀਹਬ ਬਹੁਤ ਅੱਛੇ ਤਰੀਕੇ ਨਾਲ ਕਰਦੇ ਆ ਮ사ਜ ਥੈਰੇਪੀ ਹੁੰਦੀ ਹੈ ਡੀਪ ਟਿਸ਼ੂ ਹੁੰਦੀ ਹੈ ਇਹ ਚੀਜ਼ਾਂ ਇਹ ਤੋਂ 12 ਸਾਲ ਪਹਿਲਾਂ ਜਦੋਂ ਪਤਾ ਹੀ ਨਹੀਂ ਸੀ ਇੰਡੀਆ ਦੇ ਵਿੱਚ ਤੇ ਮੈਂ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਹੌਲੀ ਹੌਲੀ ਸਿੱਖਣੀਆਂ ਸ਼ੁਰੂ ਕੀਤੀਆਂ ਦੈਨ ਯੂ ਕਾਂਟ ਬਲੀਵ ਕਿ ਮੈਂ ਉਥੋਂ ਸਿੱਖ ਕੇ ਆਉਂਦਾ ਸੀਗਾ ਆਪਣੇ ਨਾਲ ਜਿਹੜਾ ਇੱਕ ਮੁੰਡਾ ਅਸਿਸਟੈਂਟ ਰੱਖਦਾ ਸੀਗਾ ਨਾ ਕੋ ਪਰਮਾਨੈਂਟ ਪੱਕਾ ਉਹਨੂੰ ਮੈਂ ਦੱਸਣਾ ਕਿ ਇਦਾਂ ਮ사ਜ ਕਰਦੇ ਆ ਯਾਰ ਇਦਾਂ ਸਟ੍ਰੈਚਿੰਗ ਕਰਦੇ ਆ ਯਾਰ ਮਸਲ ਨੂੰ ਇਦਾਂ ਰਿਲੀਜ਼ ਕਰਦੇ ਆ ਸੋ ਕਿਉਂਕਿ ਮੈਨੂੰ ਉਸ ਬੰਦੇ ਨੂੰ ਟ੍ਰੇਨ ਕਰਨਾ ਪੈਂਦਾ ਸੀ ਕਿਉਂਕਿ ਮੈਨੂੰ 24/7 ਜਾਂਦਾ ਉੱਥੇ ਜਾ ਕੇ ਮੈਂ ਕਰਾਂ ਉਹ ਪੋਸੀਬਲ ਨਹੀਂ ਸੀਗਾ ਮੈਂ ਸ਼ਾਰਟ ਕੈਂਪਸ ਲਈ ਜਾਂਦਾ ਸੀਗਾ ਮੈਂ ਕੈਨੇਡਾ ਗਿਆ ਮੈਂ ਯੂਐਸ ਗਿਆ ਆਸਟ੍ਰੇਲੀਆ ਗਿਆ ਹਰ ਜਗ੍ਹਾ ਉਹਨਾਂ ਨਾਲ ਬਟ ਫਿਰ ਮੈਂ ਉਹ ਚੀਜ਼ਾਂ ਉੱਥੋਂ ਜਿਹੜੀਆਂ ਸਿੱਖੀਆਂ ਉਹਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਔਰ ਦੂਜਾ এডੂਕੇਸ਼ਨ ਕਿ ਮੈਂ ਗ੍ਰੈਜੂਏਸ਼ਨ ਕਰ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਖਾਲਸਾ ਲੈਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਸੋ ਇੱਕ ਤੁਹਾਡਾ ਕੁਆਲੀਫਾਈਡ ਹੋਣਾ ਇੱਕ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੈ ਸਾਰੇ სპੋਰਟਸਮੈਨ ਨੂੰ ਮੈਂ ਜ਼ਰੂਰ ਕਹਿਣਾ ਹੈ ਕਿ ਆਪਣੇ ਆਪ ਨੂੰ ਐਜੂਕੇਟ ਕਰੋ ਪ੍ਰੋਪਰ ਨੋਲਿਜ ਲਵੋ ਪੜਾਈ ਹੋਵੇਗੀ ਯੂ ਕੈਨ ਟਰਾਂਸਫੋਰਮ ਯੂਰ ਇਨਫੋਰਮੇਸ਼ਨ ਯੂਰ ਨੋਲਿਜ ਤੁਹਾਡੇ ਲੈਂਗੁਏਜ ਬੈਰੀਅਰ ਨਹੀਂ ਹੁੰਦੇ ਹਨ ਤੁਸੀਂ ਚੀਜ਼ਾਂ ਸਿੱਖ ਸਕਦੇ ਹੋ ਤੁਸੀਂ ਪੁੱਛ ਸਕਦੇ ਹੋ ਤੁਸੀਂ ਦੂਜਿਆਂ ਨਾਲ ਗਾਈਡੈਂਸ ਦੇ ਸਕਦੇ ਹੋ ਲੈ ਸਕਦੇ ਹੋ ਸੋ ਇਹ ਚੀਜ਼ ਨੇ ਬਹੁਤ ਹੈਲਪ ਕੀਤੀ ਤੁਸੀਂ ਭਾਜੀ 12 ਮਹੀਨੇ 30 ਦਿਨ ਸ਼ਰੀਰ ਕਿਵੇਂ ਮੇਨਟੇਨ ਕਰਦੇ ਹੋ ਕਿਉਂਕਿ ਮੈਂ ਬੜੇ ਬੋਡੀਬਿਲਡਰਸ ਦੇਖੇ ਨੇ ਪੀਕ ਤੇ ਜਾਂਦੇ ਨੇ ਤੁਸੀਂ ਮੇਨਟੇਨੈਂਸ ਕਿਵੇਂ ਰੱਖਦੇ ਹੋ ਲੋਕੀ ਕਹਦਾ ਕਹਿੰਦੇ ਨੇ ਕਿ ਇਹ ਮੇਨਟੇਨ ਨਹੀਂ ਰਹਿ ਸਕਦਾ ਪਰ ਤੁਸੀਂ ਤਾਂ 12 ਮਹੀਨੇ ਵੀ ਐਬਸ ਕੱਢੇ ਹੋਏ ਨੇ ਕੋਈ ਐਸੀ ਗੱਲ ਨਹੀਂ ਬਿਲਕੁਲ ਮੇਨਟੇਨ ਰਹਿੰਦੇ 12 ਮਹੀਨੇ ਐਬਸ ਰਹਿੰਦੇ ਆ ਗੱਲ ਸਿਰਫ ਸੀਜ਼ਨ ਆਫ ਸੀਜ਼ਨ ਦੀ ਨਹੀਂ ਹੁੰਦੀ ਹਾਂ ਆ ਦੋ ਚੀਜ਼ਾਂ ਨੇ ਕਿ ਜਿਹੜਾ ਇਨਸਾਨ ਇੱਕ ਪ੍ਰੈਪਰੇਸ਼ਨ ਤੁਹਾਡਾ ਇੱਕ ਮਾਈਂਡ ਸੈਟ ਹੈ ਕਿ ਮੈਨੂੰ ਪਤਾ ਮੈਂ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਤਿਆਰੀ ਕਰਨੀ ਹੈ ਕੰਟਰੀ ਨੂੰ ਨੇਸ਼ਨ ਨੂੰ ਪ੍ਰੈਜ਼ੈਂਟ ਕਰਨਾ ਰਿਪਰੈਜ਼ੈਂਟ ਕਰਨਾ ਉੱਥੇ ਮੈਂ ਉਹਨਾਂ ਐਥਲੀਟਸ ਨਾਲ ਖੇਡਣਾ ਜਿਨ੍ਹਾਂ ਕੋਲ ਸਾਡੇ ਨਾਲੋਂ ਹਰ ਚੀਜ਼ ਬੈਟਰ ਹੈ ਉਹਨਾਂ ਦਾ এনवायरमेंट ਉਹਨਾਂ ਦਾ ਫੂਡ ਉਹਨਾਂ ਦੇ ਕੋਚਸ ਉਹਨਾਂ ਦੇ ਜਿੰਮਸ ਉਹਨਾਂ ਦੇ ਟ੍ਰੇਨਰਸ ਆ ਹੁਣ ਜਿਹੜੇ ਜਿੰਮਸ ਅਸੀਂ ਅੱਜ ਜਿੰਨਾਂ ਜਿੰਮਸ ਅਸੀਂ ਹੁਣ ਆਏ ਆ ਕਿ ਸਾਡੇ ਕੋਲ ਹੁਣ ਪਹੁੰਚੇ ਨੇ ਲੇਟੈਸਟ ਟੈਕਨੋਲੋਜੀ ਵਾਲੇ ਹਨਾ ਨਹੀਂ ਤਾਂ ਅਸੀਂ ਕਦੀ ਸ਼ਮਸ਼ਾਨ ਘਾੜ ਚ ਜਾ ਕੇ ਸ਼ਿਵਪੂਰੀ ਟ੍ਰੇਨਿੰਗ ਕਰ ਲੈਣੀ ਕਦੀ ਆਪਣੇ ਦੇਸੀ ਜਿੰਮਾਂ ਚ ਲਾ ਲੈਣੀ ਉਹਨਾਂ ਚੀ ਬਾਡੀ ਬਣੀ ਹੈ 올ਡ ਸਕੂਲ ਮੈਥਡ ਦੇ ਨਾਲ ਬਟ ਮੇਨਟੇਨੈਂਸ ਵਾਸਤੇ ਤਾਂ ਹਾਂ ਤੁਹਾਨੂੰ ਪ੍ਰੋਪਰ ਸਾਰੀਆਂ ਚੀਜ਼ਾਂ ਛੱਡਣੀਆਂ ਪੈਂਦੀਆਂ ਸੈਕਰੀਫਾਈਸ ਬਹੁਤ ਕਰਨਾ ਪੈਂਦਾ ਤੁਸੀਂ ਆਪਣੀਆਂ ਹੌਬੀਜ਼ ਨਹੀਂ ਪੂਰੀਆਂ ਕਰ ਸਕਦੇ ਤੁਹਾਡੀਆਂ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਯਾਰ ਮੈਂ ਫਿਲਮ ਦੇਖਣ ਜਾਵਾਂ ਮੈਂ ਆ ਖਾਵਾਂ ਮੈਂ ਆਊਟਿੰਗ ਕਰਾਂ ਮੈਂ ਗਰਲਫ੍ਰੈਂਡ ਨਾਲ ਗਰਲਫ੍ਰੈਂਡ ਨਾਲ ਬਾਹਰ ਕੇ ਘੁੰਮਣ ਫਿਰ ਜਾਂਵਾਂ ਵਕੇਸ਼ਨ ਤੇ ਜਾਵਾਂ ਉਹ ਚੀਜ਼ਾਂ ਸਾਰੀਆਂ ਸੈਕਰੀਫਾਈਜ਼ ਹੋ ਜਾਂਦੀਆਂ ਜ਼ਿੰਦਗੀ ਚ ਕੋਈ ਫਿਰ ਗੋਲ ਹੁੰਦਾ ਵੀ ਹਾਂ ਹੁਣ ਮੈਂ ਆਪਣੇ ਫਲੈਗ ਨੂੰ ਲੈ ਕੇ ਚੱਲਣਾ ਤੇ ਉਹਦੇ ਵਾਸਤੇ ਫਿਰ ਤੁਹਾਨੂੰ 8-9 ਮੀਲਸ ਸਾਰੇ ਦਿਨ ਦੇ ਵਿੱਚ ਡੈਡੀਕੇਸ਼ਨ ਨਾਲ ਖਾਣਾ ਸੌਣਾ ਉੱਠਣਾ ਰਹਿਣਾ ਉਸ ਤੋਂ ਬਾਅਦ ਤੁਹਾਡੇ ਅਰਾਊਂਡ ਜੋ ਵੀ ਹੋ ਰਿਹਾ ਵੀ ਤੁਸੀਂ ਉਹ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹੋ ਉਹ ਚਾਹੇ ਚੰਗਾ ਚਾਹੇ ਬੁਰਾ ਬਟ ਫਿਰ ਵੀ ਅਸੀਂ ਇਨਸਾਨ ਆ ਫੈਮਿਲੀ ਵਿੱਚ ਕੋਈ ਪ੍ਰੋਬਲਮ ਹੋ ਗਈ ਬੱਚੇ ਬਿਮਾਰ ਹੋ ਗਏ ਪੇਰੈਂਟਸ ਬਿਮਾਰ ਹੋ ਗਏ ਉਹ ਸਾਰਾ ਟਾਈਮ ਜਿਹੜਾ ਨਾ ਬੈਲੈਂਸ ਕਰਨਾ ਇਟਸ ਨੋਟ ਇਜ਼ੀ ਟਾਸਕ ਬਹੁਤ ਔਖਾ ਹੈ ਬਟ ਮੈਨੂੰ ਲੱਗਦਾ ਵੀ ਹਰ ਇਨਸਾਨ ਜਿਹੜਾ ਆਪਣੇ ਆਪਣੇ ਫੀਲਡ ਵਿੱਚ ਸਕਸੈਸਫੁਲ ਹੋਣਾ ਉਹਦੇ ਲਈ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਰ ਜੀ ਸੁਸਾਇਟੀ ਇੱਕ ਬਾਡੀ ਬਿਲਡਰ ਨੂੰ ਸਿਰਫ ਇਹ ਕਿਉਂ ਦੇਖਦੀ ਹੈ ਕਿ ਡੱਬੇ ਖਾ ਕੇ ਬਾਡੀ ਬਣਾ ਲਈ ਜਾਂ ਟੀਕੇ ਲਵਾ ਕੇ ਬਾਡੀ ਬਣਾ ਲਈ ਪਰ ਇੱਕ ਬੀਇੰਗ ਇਨਟੂ ਬਾਡੀ ਬਿਲਡਿੰਗ ਮੈਂ ਇੱਕ ਇੱਕ ਸੈਕਰੀਫਾਈਸ ਸਮਝਦਾ ਹਾਂ ਇੱਕ ਬਾਡੀ ਬਿਲਡਰ ਦਾ ਕਿ ਇੱਕ ਇੰਜਰੀ ਨਾਲ ਵੀ ਬੰਦਾ ਕਿਵੇਂ ਝੇਲਦਾ ਸਾਲ 2 ਸਾਲ ਇਹ ਕਿਉਂ ਮੈਂਟੈਲਿਟੀ ਬਣੀ ਹੋਈ ਹੈ ਕਿ ਡੱਬੇ ਖਾ ਕੇ ਬਾਡੀ ਬਣਾ ਲਈਏ ਟੀਕੇ ਲਾ ਕੇ ਬਾਡੀ ਬਣਾ ਲਈ। ਨਹੀਂ ਇਹ ਬਹੁਤ ਵੱਡਾ ਮੈਥ ਹੈਗਾ। ਟੀਕੇ ਲਾ ਕੇ ਬਾਡੀ ਨਹੀਂ ਬਣਦੀ। ਜੇ ਟੀਕੇ ਲਾ ਕੇ ਬਾਡੀ ਬਣਦੀ ਹੋਵੇ ਨਾ ਹਿੰਦੁਸਤਾਨ ਦੇ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੇ ਚਲੇ ਜਾਓ ਜਿੰਨੇ ਮਰਜ਼ੀ ਸਟੀਰੋਇਡਸ ਅੱਜ ਕੱਲ ਦਾ ਚਿੱਟਾ ਘਰ ਘਰ ਮਿਲਦਾ ਪਿਆ। ਫਿਰ ਇੱਥੇ ਹਰ ਘਰ ਵਿੱਚ 올림픽ਸ ਦਾ ਮੈਡਲ ਕਿਉਂ ਨਹੀਂ ਹੈਗਾ? ਸਾਡਾ ਇੰਡੀਆ 100-150 ਕਰੋੜ ਦੀ ਆਬਾਦੀ ਹੋ ਗਈ ਇੱਕ ਵੀ 올림픽ਸ ਮੈਡਲ ਨਹੀਂ ਆਇਆ ਸਾਡਾ। ਇੱਥੇ ਇੱਕ ਵੀ ਵਰਲਡ ਚੈਂਪੀਅਨ ਨਹੀਂ ਹੈ। ਇੱਥੇ ਇੱਕ ਵੀ ਮਿਸਟਰ 올ੰਪੀਆ ਨਹੀਂ ਹੈ। ਇਹ ਸਦਾ ਮਸਤਾ ਇਹ ਸਾਡੇ ਲੋਕਾਂ ਦੀ ਲੈਕ ਆਫ ਨੋਲਿਜ ਹੈ ਜਦੋਂ ਕੁਝ ਅਸੀਂ ਚੀਜ਼ਾਂ ਆਪ ਨਹੀਂ ਨਾ ਕਰ ਸਕਦੇ ਹੁੰਦੇ ਕਿ ਦੂਜੇ ਨੇ ਕੀਤੀ ਹੁੰਦੀ ਹੈ ਅਸੀਂ ਉੱਤੇ ਕੁਐਸਚਨ ਮਾਰ ਖੜਾ ਕਰਦੇ ਡੱਬਾ ਖਾ ਕੇ ਬੜਿਆ ਯਾਰ ਅਸੀਂ ਤਾਂ ਡੱਬੇ ਦੇਖੇ 10 ਸਾਲ ਬਾਅਦ ਜਦੋਂ ਨੈਸ਼ਨਲ ਚੈਂਪੀਅਨ ਬਣੇ ਆ ਉਸ ਤੋਂ ਬਾਅਦ ਡੱਬੇ ਦੇਖੇ ਫਿਰ ਭਾਜੀ ਤੁਸੀਂ ਪ੍ਰੋਟੀਨ ਸੋਰਸ ਕਿਵੇਂ ਪੂਰਾ ਕਰਦੇ ਸੀ ਉਤੋਂ ਵੇਜ ਅੱਛਾ ਤਾਂ ਕਹਿੰਦੇ ਆ ਜੀ ਨਾਨ ਵੇਜ ਤਾਂ ਖਾਣਾ ਹੀ ਪੈਣਾ ਤੁਸੀਂ ਤਾਂ ਚਲੋ ਨਾਨ ਵੇਜ ਜਲੀ ਵੀ ਮੈਂ ਤੁਹਾਨੂੰ ਦੱਸਿਆ ਨਾ ਜਦੋਂ ਮੇਰੇ ਘਰ 'ਚ ਗੱਲ ਹੋਣੀ ਮੇਰੇ ਚਾਚੂ ਨੇ ਕਹਿਣਾ ਕਿ ਮੈਂ ਕਹਣਾ ਚਾਚੂ ਅੰਡੇ ਤਾਂ ਖਾਣਾ ਹੀ ਪੈਣੇ ਉਹ ਵੇਜਨੇ ਤੁਸੀਂ ਉਹ ਬੱਚੇ ਸੀ ਕਲਾਸ ਦੇ ਕਿ ਜਿਹਦੇ 90 99 ਨੰਬਰ ਆ ਗਏ ਤੇ ਹਰ ਮਾਂ ਨੇ ਕਿਹਾ ਨਾ ਮਾਂ ਨੂੰ ਅਸੀਂ ਕਹਿਣਾ 99 ਆ ਹੀ ਨਹੀਂ ਸਕਦੇ ਉਹਨੇ ਕਿਹਾ ਨਹੀਂ ਉਹਦੇ ਵੱਲ ਦੇਖ ਤੇ ਤੁਸੀਂ ਉਹ ਬੱਚਾ ਸੀ ਫਿਰ ਡਾਈਟ ਕਿਵੇਂ ਉਹਦੋਂ ਪੂਰੀਆਂ ਕਰਦੇ ਸੀ ਤੁਸੀਂ ਦੇਖੋ ਉਹ ਤੁਹਾਨੂੰ ਦੋ ਚੀਜ਼ਾਂ ਹੁੰਦੀਆਂ ਨੇ ਕਈ ਵਾਰੀ ਪ੍ਰਮਾਤਮਾ ਨੇ ਤੁਹਾਨੂੰ ਆਪ ਹੀ ਸਿਲੈਕਟ ਕੀਤਾ ਹੁੰਦਾ ਹਰ ਕੰਮ ਵਾਸਤੇ ਉਹਨੇ ਡਿਊਟੀ ਤੁਹਾਡੀ ਲੱਗੀ ਹੁੰਦੀ ਹੈ ਡੈਸਟੀਨੀ ਦੇ ਵਿੱਚ ਹੁੰਦਾ ਉਹ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ ਤੁਹਾਡੇ ਆਰਾਊ ਸਾਡਾ ਡੇਰੀ ਫਾਰਮਿੰਗ ਦਾ ਕੰਮ ਸੀਗਾ ਸਾਡੇ ਕੋਲ ਉਸ ਵੇਲੇ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਤੇ 40 50 ਗਾਉ ਐਂਡ ਬਫਲੋ ਸੀਗੇ ਮੇਰੇ ਸਟੈਕ ਦੇ ਵਿੱਚ ਵੱਧਦੇ-ਵੱਧੇ ਹੋਣ ਸਾਡੇ ਕੋਲ 7-800 ਮੱਝ ਹੈ ਬਹੁਤ ਵੱਡਾ ਡੇਰੀ ਫਾਰਮ ਹੈ ਮੇਰਾ ਔਰ ਮੈਂ ਵੀ ਬਹੁਤ ਮਿਹਨਤ ਕਰ ਰਿਹਾ ਸੀਗਾ ਕਿਤਾਬਾਂ ਪੜਦਾ ਸੀਗਾ magazines ਪੜਦਾ ਸੀਗਾ ਬੋਡੀ ਬਿਲਡਰਜ਼ ਦੇ ਇੰਟਰਵਿਊ ਦੇਖਦਾ ਸੀਗਾ ਕਿ ਮੈਨੂੰ ਪਤਾ ਲੱਗੇ ਯਾਰ ਕਿ ਜਿਸਵੇਂ ਜੋ ਮੇਰਾ ਮਸਲ ਵਿੱਚ weight ਵੱਧ ਰਿਹਾ ਪਿਆ ਮੈਂ ਹੋਰ ਵਧਾਣਾ ਹੈ ਇਹਨੂੰ ਮੈਂ ਕੰਪੀਟ ਕਰਨਾ ਮੈਨੂੰ ਇਹ ਪ੍ਰੋਟੀਨ ਡਾਈਟ ਨਿਊਟ੍ਰੀਸ਼ਨ ਮੈਂ ਕਿੱਥੋਂ ਪੂਰੀ ਕਰਾਂਗਾ ਮੁਰਕੂੜ ਕੇ ਗੱਲ ਨਾਨ-ভেজ ਤੇ ਆ ਜਾਂਦੀ ਸੀ ਮੇਰੇ ਕੋਚ ਵੀ ਕਹਿੰਦੇ ਸੀ ਖਾਣਾ ਹੀ ਪੈਣਾ ਕਾਕਾ ਫਿਰ ਮੈਨੂੰ ਲੱਕੀਲੀ ਮੇਰੇ ਕੋਚ ਸਾਹਿਬ ਕਹਿਣ ਲੱਗੇ ਯਾਰ ਤੂੰ ਤਾਂ ਕੰਬਲਾ ਹੋਇਆ ਬਾਹਰ ਹੀ ਭੱਜਿਆ ਫਿਰਦਾ ਤੇਰੇ ਘਰ ਦੇ ਵਿੱਚ ਗੰਗਾ ਵਗਦੀ ਹੈ ਮੈਂ ਕਿਹਾ ਜੀ ਮਤਲਬ ਕਹਿੰਦੇ ਤੇਨੀ ਕੋ ਇੰਨੀਆਂ ਮੱਝਾਂ ਨੇ ਜਿਹੜੀ ਬੌਲੀ ਹੁੰਦੀ ਹੈ ਨਾ ਪਹਿਲੇ ਡੰਗ ਦਾ ਜਿਹੜਾ ਦੁੱਧ ਹੁੰਦਾ ਜਿਹਨੂੰ ਅਸੀਂ ਕਹਿੰਦੇ ਨੇ ਬੇਬੀ ਫੀਡ ਇੱਕ ਮਾਂ ਦਾ ਦੁੱਧ ਹੈ ਬੱਚੇ ਵਾਸਤੇ ਜਿੱਦਾਂ ਮਾਂ ਆਪਣੇ ਬੱਚੇ ਨੂੰ ਪਹਿਲੀ ਫੀਡ ਦਿੰਦੀ ਹੈ ਨਾ ਉਸੇ ਤਰ੍ਹਾਂ ਹਰੇਕ ਜਾਨਵਰ ਉਹਦਾ ਜਿਹੜਾ ਪਹਿਲਾ ਦੁੱਧ ਹੁੰਦਾ ਉਹ ਬੱਚੇ ਵਾਸਤੇ ਹੁੰਦਾ ਕਿਉਂਕਿ ਬੱਚੇ ਨੇ ਵਾਰਮ ਤੋਂ ਬਾਹਰ ਆਣਾ ਉਹ ਸਾਡੀ ਪਲੈਨੇਟ ਦਾ ਪ੍ਰਿਥਵੀ ਦਾ ਉਹ এনवायरमेंट ਦਾ ਉਹ ਨੂੰ ਹਲੇ ਪਤਾ ਨਹੀਂ ਹੈਗਾ ਮਾਂ ਦੇ ਅੰਦਰ ਉਹ ਸੇਫ ਹੈ ਇਸ এনवायरमेंट ਜਰਮਸ ਨੇ ਕਿਟਾ ਨੂੰ ਨੇ ਜ਼ਮੀਨ ਗੰਦੀ ਹੈ ਉਹਦੇ ਵਿੱਚ ਨੈਚੁਰਲ ਗਰੋਥ ਹਾਰਮones ਐਂਟੀਬਾਡੀਜ਼ ਪ੍ਰੋਟੀਨ ਨਿਊਟ੍ਰੀਸ਼ਨ ਕੈਲਸ਼ੀਅਮ ਮਿਨਰਲਸ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਅੱਜ ਦੇ ਸਾਡੇ ਬਾਡੀ ਬਿਲਡਰ ਐਥਲੀਟ ਸਟੀਰੋਇਡਜ਼ ਦੇ ਵਿੱਚ ਜਾਂ ਡੱਬਿਆਂ ਵਿੱਚ ਲੱਭਦੇ ਫਿਰਦੇ ਨੇ ਉਹ ਮੇਰੇ ਘਰ 'ਚ ਫ੍ਰੀ ਸੀ ਵਾਧੂ ਸੀ ਰੋਜ਼ ਕੋਈ ਨਾ ਕੋ ਮੱਝ ਸੂਈ ਹੁੰਦੀ ਸੀ ਸੋ ਉਹ ਐਕਚੁਅਲੀ ਮੇਨ ਕੀ ਸੀਗੀ ਮੇਨ ਸੋਰਸ ਸੀਗਾ ਮੇਰਾ ਪ੍ਰੋਟੀਨ ਦਾ ਕਿ ਜਿਹੜਾ ਕਿਤੇ ਨਾ ਕਿਤੇ ਮੈਨੂੰ ਵੀ ਨਹੀਂ ਪਤਾ ਸੀਗਾ ਬਟ ਮੇਰੇ ਘਰ ਦੇ ਵਿੱਚ ਸੀਗਾ ਫਿਰ ਮੈਂ 15 18 ਸਾਲ ਬੌਲੀ ਖਾਧੀ ਔਰ ਜਿਹੜੀ ਪਹਿਲੇ ਡੰਗ ਦੀ ਬੌਲੀ ਖਾਣੀ ਹੈ ਫਿਰ ਖਾ ਕੇ ਪਛਾਨਣੀ ਹੈ इजी ਨਹੀਂ ਹੈ ਉਹ ਚਿੱਕ ਹੁੰਦੀ ਪੂਰੀ ਐ ਜਿਵੇਂ ਕਹਿਆ ਵੀ ਗੂਂਦ ਖਾ ਰਹੇ ਹਾਂ ਨਾ ਸੀ ਹਾਂਜੀ 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 ਤੇ ਉਹ ਫਿਰ ਜਿਹੜਾ ਮੱਜਾਂ ਦੇ ਬੱਚਿਆਂ ਦਾ ਦੁੱਧ ਸੀਗਾ ਉਹ ਮੈਂ ਪੀਤਾ ਇਹਦੇ ਚ ਕੀ ਲੋਕ ਕਹਿੰਦੇ ਕਿ ਤੁਸੀਂ ਵੀ ਨਾਨਵੇਜ ਨਾਨਵੇਜਿਟੇਰੀਅਨ ਨਹੀਂ ਹੋ ਫਿਰ ਮੇਰੇ ਕਈ ਵਾਰ ਦੋਸਤ ਬਹਿਸ ਜਾਂਦੇ ਨੇ ਮੇਰੇ ਨਾਲ ਕਹਿੰਦਾ ਸੋ ਦੇਖੋ ਵੀਗਨ ਵੈਜੀਟੇਰੀਅਨਿਜ਼ਮ ਨਾਨਵੇਜੀਟੇਰੀਅਨ ਇਹ ਹੁਣ ਚੱਲ ਪਿਆ ਨਾ ਇਹ ਸਾਰੀਆਂ ਬ੍ਰਾਂਚੇਸ ਹੁਣ ਬਣ ਗਈਆਂ ਹੌਲੀ ਹੌਲੀ ਮਤਲਬ ਮੇਨ ਤੇ ਆ ਵੀ ਅਸੀਂ ਜਿਹੜਾ ਡਾਇਰੈਕਟ ਕੋਈ ਵੀ ਸੋਰਸ ਹੈ ਮਾਸ ਦਾ ਉਹ ਵੈਜੀਟੇਰੀਅਨ ਅਡਾਪਟ ਨਹੀਂ ਕਰਦੇ ਫਿਰ ਕਿ ਵੀਗਨ ਚ ਜਾ ਕੇ ਹੋਰ ਚੀਜ਼ਾਂ ਆ ਜਾਂਦੀਆਂ ਨੇ ਸੋ ਕਿਸਾਨਾਂ ਦਾ ਸਾਡੇ ਪੁਰਾਤਨ ਸਮੇਂ ਦੇ ਵਿੱਚ ਸਾਡੇ ਜੱਟ ਜ਼ਿਮੀਂਦਾਰ ਦੁੱਧ ਦਾਲ ਪਸ਼ੂਆਂ ਦੇ ਨਾਲ ਸਾਡਾ ਪੁਰਾਣਾ ਖਿੱਤਾ ਜੁੜਿਆ ਹੋਇਆ ਫਾਰਮਿੰਗ ਕਰਨੀ ਹੈ ਤੇ ਬਲਦ ਚਾਹੀਦੇ ਆ ਘਰ ਵਿੱਚ ਦੋ ਚਾਰ ਮੱਝਾਂ ਸਾਬਨੇ ਰੱਖੀਆਂ ਹੁੰਦੀਆਂ ਸੀ ਕੋਈ ਦੋ ਚਾਰ ਕਿਲੋ ਦੁੱਧ ਅਸੀਂ ਵੇਚ ਲੈਂਦੇ ਸੀ ਕੋਈ ਪੀ ਲੈਂਦੇ ਸੀ ਸੋ ਸਾਡਾ ਦੁੱਧ ਤੇ ਨਾਲ ਸਾਡਾ ਇਨਸਾਨ ਦਾ ਜਿਹੜਾ ਰਿਸ਼ਤਾ ਨਾ ਉਹ ਬਹੁਤ ਪੁਰਾਣਾ ਜੰਮਨ ਤੋਂ ਲੈ ਕੇ ਮਰਨ ਤੱਕ ਕੀ ਮਰਦੇ ਬੰਦੇ ਨੂੰ ਅਸੀਂ ਘਿਓ ਪਾਉਨੇ ਆ ਉੱਤੇ ਸੋ ਇਹ ਅੱਜਕੱਲ ਕੋਰਪੋਰੇਟ ਵਰਲਡ ਨੇ ਕੰਟਰੋਲ ਕਰ ਲਈ ਸਾਰੀ ਦੁਨੀਆ ਫੂਡ ਨੂੰ ਵੀ ਕੰਟਰੋਲ ਕਰ ਰਿਹਾ ਤੁਸੀਂ ਆਹ ਨਹੀਂ ਖਾਣਾ ਤੁਸੀਂ ਦੁੱਧ ਨਹੀਂ ਖਾਣਾ ਤੁਸੀਂ ਘਿਓ ਨਹੀਂ ਖਾਣਾ ਤੁਸੀਂ ਡਾਇਰੀ ਨਹੀਂ ਖਾਣੀ ਯਾਰ ਸਾਡੇ ਬਜ਼ੁਰਗ 100 100 ਸਾਲ ਸਵਾ 100 ਸਾਲ ਦੇ ਉਮਰਾਂ ਹੰਡਾ ਕੇ ਗਏ ਦੁੱਧ ਕਿ ਹੋਈ ਤੱਕ ਖਾਂਦੇ ਸੀ ਔਰ ਕੀ ਖਾਂਦੇ ਸੀ ਉਹ ਮੇਰਾ ਮੈਨੂੰ ਲੱਗਦਾ ਭਾਜੀ ਕਿ ਮੇਰੀ ਲਾਈਫ 'ਚ ਨਾ ਚਲੋ ਆਪਾਂ ਪੋਡਕਾਸਟਰ ਤੇ ਹੈਗੇ ਆ ਤੁਸੀਂ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੋ ਸੋਸ਼ਲ ਮੀਡੀਆ 'ਤੇ ਵੀ ਤੁਹਾਨੂੰ ਲੋਕ ਜਾਣਦੇ ਨੇ ਪਰ ਅੱਜ ਦੇ ਜ਼ਮਾਨੇ 'ਚ ਅਗਰ ਰੀਅਲ ਨੋਲੇਜ ਬੇਸਡ ਮੈਂ ਪੋਡਕਾਸਟ ਤੇ ਇੱਕ ਇਨਸਾਨ ਕਹਾਂ ਤੁਸੀਂ ਹੋ ਕਿਉਂ ਕਿਉਂਕਿ ਤੁਸੀਂ ਕੰਸਿਸਟੈਂਸਲੀ ਇੱਕ ਤਾਂ 25 ਸਾਲਾਂ ਤੋਂ ਚੱਲ ਰਹੇ ਹੋ ਦੂਜਾ ਅੱਜ ਦੇ ਜ਼ਮਾਨੇ 'ਚ ਇੰਨੇ ਫਿਟਨੈਸ ਇਨਫਲੂਐਂਸਰ ਆ ਚੁੱਕੇ ਨੇ ਕਿ ਲੋਕ ਕਨਫਿਊਜ਼ਡ ਹੋਏ ਪੈਨੇ ਨੇ ਇੱਕ ਕੁਝ ਹੋਰ ਕਹਿ ਰਹੇ ਇੱਕ ਕੁਝ ਹੋਰ ਕਹਿ ਰਹੇ ਕੁਝ ਹੋਰ ਕਹਿ ਰਹੇ ਇੱਕ ਕੁਝ ਹੋਰ ਕਹਿ ਰਹੇ ਤੇ ਮੈਨੂੰ ਲੱਗਦਾ ਅਜ ਬਿਲਕੁਲ ਸਹੀ ਸੋਰਸ ਮੇਰੇ ਕੋਲ ਬੈਠਾ ਹੈ ਕਿ ਭਾਜੀ ਸਾਰੇ ਮਿਥਸ ਸਾਰੇ ਡਾਊਟਸ ਕਲੀਅਰ ਕਰੋ ਕਿਉਂਕਿ ਮੈਂ ਉਹਨਾਂ ਇਨਫਲੂਐਂਸਰਸ ਨੂੰ ਗਲਤ ਨਹੀਂ ਕਹਿ ਰਿਹਾ ਉਹ ਅੱਜਕੱਲ੍ਹ ਪੜਾਈਆਂ ਕਰ ਰਹੇ ਨੇ ਜ਼ਿਆਦਾ ਨਿਊਟ੍ਰੀਸ਼ਨ 'ਤੇ ਚਾ ਚੁੱਕੇ ਨੇ ਪਰ ਤੁਸੀਂ ਪ੍ਰੈਕਟੀਕਲੀ ਆਪਣੀ ਬੋਡੀ ਤੇ ਹੰਡਾਇਆ ਦੇਖੋ ਜਿਹੜੋ ਜਿੰਨਾ ਐਕਸਪੀਰੀਅנס ਹੈ ਨਾ ਉਹਦੇ ਹਿਸਾਬ ਨਾਲ ਗੱਲ ਕਰ ਸਕਦਾ ਇੱਕ ਨੌਲੇਜ ਹੁੰਦੀ ਐ ਅਸੀਂ ਬੁੱਕਸ ਪੜ੍ਹ ਕੇ ਅਡਾਪਟ ਕਰਦੇ ਆ ਇੱਕ ਹੁੰਦਾ ਤੁਸੀਂ ਪ੍ਰੈਕਟੀਕਲ ਆਪਣੀ ਬਾਡੀ ਤੇ 24 25 ਸਾਲ ਦਾ ਤਜਰਬਾ ਐ ਐਕਸਪੀਰੀਅנס ਐ ਦੁਨੀਆ ਦੀ ਕੋਈ ਸਟੇਜ ਨਹੀਂ ਜਿੱਥੇ ਮੈਂ ਪਰਫਾਰਮ ਨਹੀਂ ਕੀਤਾ ਕੋਈ ਕੰਟਰੀ ਨਹੀਂ ਜਿੱਨਾਂ ਦੇ ਬਾਡੀ ਬਿਲਡਰਸ ਨਾਲ ਮੈਂ ਕੰਪੀਟ ਨਹੀਂ ਕੀਤਾ ਹੈ ਨਾ ਸਾਰੀਆਂ ਚੀਜ਼ਾਂ ਨੂੰ ਆਪਣੀ ਬਾਡੀ ਤੇ ਅਸੀਂ ਟਰਾਈ ਕੀਤਾ ਦੈਨ ਉਹਦੇ ਰਿਜ਼ਲਟਸ ਦੇਖੇ ਹਾਂ ਹਰ ਇਨਸਾਨ ਦੀ ਬਾਡੀ ਟਾਈਪ ਆਪਣੀ ਆਪਣੀ ਹੁੰਦੀ ਐ ਬਾਡੀ ਦਾ ਰਿਐਕਟ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ ਬਟ ਕਿਤਨਾ ਕਿਤੇ ਉਹ ਜਾਂਦੀ ਸਾਡੀ ਚੀਜ਼ ਬਾਡੀ ਦੇ ਵਿੱਚ ਹੀ ਐ ਸੋ ਜ ਮੈਂ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਉਹ ਸਾਰੇ ਹੀ ਗਲਤ ਨੇ ਜਾਂ ਸਾਰੇ ਹੀ ਸਹੀ ਨੇ ਹਾਂ ਬਟ ਜਿਹੜੇ ਚੋ ਮੇਜਰ ਆਫ ਕੁਆਂਟੀਟੀ ਵਾਲੇ ਲੋਕ ਨੇ ਨਾ ਉਹਨਾਂ ਕੋ ਰਾਈਟ ਇਨਫੋਰਮੇਸ਼ਨ ਨਹੀਂ ਹੈਗੀ ਉਹਦਾ ਰੀਜ਼ਨ ਇਹ ਹੈ ਕਿ ਸਪੋਜ਼ ਜਿਵੇਂ ਇੱਕ ਚੰਗਾ ਬੋਡੀ ਬਿਲਡਰ ਆਂਦਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਚੰਗਾ ਕੋਚ ਵੀ ਹੋ ਸਕਦਾ ਹਾਂ ਕੋਚ ਦੀ ਅਪਰੋਚ ਹਮੇਸ਼ਾ ਡਿਫਰੈਂਟ ਹੁੰਦੀ ਹੈ ਕੋਚਿੰਗ ਡੋਰੇ ਤੋਂ ਨਹੀਂ ਹੁੰਦੀ ਕੋਲਜੀ ਬ੍ਰੇਨ ਤੋਂ ਹੁੰਦੀ ਹੈ এডੂਕੇਸ਼ਨ ਦੇ ਨਾਲ ਹੈ ਨੋਲੇਜ ਨਾਲ ਹੈ ਔਰ ਨੌਲੇਜ ਤੇਨੂੰ ਵੀ ਹੋ ਸਕਦੀ ਹੈ ਭਾਵੇਂ ਤੂੰ ਬੋਡੀ ਬਿਲਡਰ ਨਹੀਂ ਵੀ ਹੈਗਾ ਉਹ ਸਰਟੀਫਾਈਡ ਕੋਚ ਤੁਸੀਂ ਫਾਈਂਡ ਕਰੋ ਜਿੰਨੇ ਕੋ ਚੰਗੀ ਡਿਗਰੀ ਹਾਇਰ ਕੀਤੀ ਹੈ ਚੰਗਾ ਔਰ ਕੋ ਐਕਸਪੀਰੀਅੰਸ ਹੈ ਜਾਂ ਚੰਗੇ ਉਹਦੀ ਅਕੈਡਮੀ ਹੈ ਤੇ ਫਿਰ ਤੁਸੀਂ ਉਹਦੇ ਕੋਲ ਜਾਓ ਮੈਂ ਤਾਂ ਖੁਦ ਕਿਹਾ ਬੋਡੀ ਬਿਲਡਰਸ ਨੂੰ ਗੋ देयर ਕਲਾਸਿਸ ਲਾਓ ਤੁਸੀਂ ਰਾਦਰ ਦਨ ਕਿ ਤੁਸੀਂ ਕਿਸੇ ਕੋਲ ਥਰਡ ਪਰਸਨ ਤੁਹਾਨੂੰ ਆ ਕੇ ਫਿਰ ਸਿਖਾ ਰਿਹਾ ਤੁਸੀਂ ਆਪ ਜਾਓ ਆਪ ਪੜੋ ਆਪ ਬੋਡੀ ਸਾਇੰਸ ਦੇਖੋ ਔਰ ਫਿਰ ਦੈਨ ਆਪਣੀ ਬੋਡੀ ਨੂੰ ਫਿਰ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰੋ ਤੁਹਾਡੇ ਵਾਸਤੇ ਈਜ਼ੀ ਹੋ ਜਾਏਗਾ ਜੋ ਕਿ ਤੁਸੀਂ ਆਪਣੀ ਬੋਡੀ ਨੂੰ ਬਹੁਤ ਛੇਤੀ ਸਮਝ ਸਕਦੇ ਹੋ ਬੋਡੀ ਰਿਐਕਟ ਕਰਦੀ ਹੈ ਫੋਰ ਐਗਜ਼ਾਮਪਲ ਆਪਾਂ ਇੱਥੇ 10 ਲੋਕ ਬੈਠੇ ਆ ਸਾਨੂੰ ਮੰਨ ਲਾ ਕਿਸੇ ਸੇਮ ਵੈਨਮ ਦਾ ਇੱਕ ਸਨੇਕ ਨੇ ਬਾਈਟ ਕਰ ਲਿਆ ਹੁਣ ਕੀ ਹੁੰਦਾ ਉਹਦੇ ਵਿੱਚੋਂ ਦੋ ਚਾਰ ਬੰਦੇ ਥਾਂ ਤੇ ਮਰ ਗਏ ਦੋ ਚਾਰ ਬੰਦੇ ਜਾ ਕੇ ਰਸਤੇ 'ਚ ਮਰ ਗਏ ਅੱਛਾ ਇੱਕ ਦੋ ਵਿੱਚ ਇਦਾਂ ਦੇ ਜਿਹੜੇ ਹਸਪੀਟਲ ਜਾ ਕੇ ਬਚ ਗਏ ਪੌਇਜ਼ਨ ਸੇਮ ਹੈ ਬੋਡੀ 'ਚ ਗਿਆ ਹੈ ਪਰ ਉਹ ਕਿਉਂ ਨਹੀਂ ਮਰਿਆ ਬਿਕੋਜ਼ ਹੀ ਇਜ਼ ਗਿਫਟਡ ਵਿਦ ਅ ਡਿਫਰੈਂਟ ਕਾਈਂਡ ਆਫ ਇਮਿਊਨ ਬੋਡੀ ਹਰ انسان ਦਾ ਆਪਣਾ ਆਪਣਾ ਇੱਕ ਸ਼ੈਲਟਰ ਆ ਸ਼ੈਲ ਬਣਿਆ ਹੁੰਦਾ ਨਾ ਕਿਸੇ ਦਾ ਵੀਕ ਹੁੰਦਾ ਕਿਸੇ ਦਾ ਸਟਰੋਂਗ ਹੁੰਦਾ ਸੋ ਇਹਦੇ ਵਿੱਚ ਇਟਸ 올 अबाउट ਲਰਨਿੰਗ ਆਪਣੇ ਆਪ ਨੂੰ ਸਿੱਖਣ ਤੇ ਤੁਹਾਨੂੰ ਪਤਾ ਲੱਗਦਾ ਚੀਜ਼ਾਂ ਨਾ ਕਿ ਮੈਂ ਕਹਿ ਦੂੰਗਾ ਇਦਾਂ ਕਰ ਤੋ ਤੂੰ ਜਲਦੀ ਹਾਂ ਅੱਜ ਕੱਲ ਅਸੀਂ ਕੰਨਾਂ ਦੇ ਕੁੱਚੇ ਬਹੁਤ ਛੇਤੀ ਸੁਣਦੇ ਆ ਜੋ ਕਿਸੇ ਨੇ ਕਹਤਾ ਹਾਂ ਜੀ ਇਦਾਂ ਕਰ ਲੋ ਇਦਾਂ ਕਰ ਲੋਕ ਤਾਂ ਦੁੱਧ ਛੜਾਈ ਜਾਂਦੇ ਨੇ ਬਾਈ ਘਿਓ ਛੜਾਈ ਜਾਂਦੇ ਨੇ ਕਣਕ ਛੜਾਈ ਜਾਂਦੇ ਨੇ ਬੋਡੀ ਬਿਲਡਿੰਗ ਫਿਟਨੈਸ ਦੇ ਵਿੱਚ ਕਿੰਨਾ ਕੁਸ਼ ਆ ਚੁੱਕਾ ਹੈ ਮੈਂ ਤੁਹਾਨੂੰ ਉਹਨੂੰ ਦੇਖ ਕੇ ਕਿਵੇਂ ਫੀਲ ਹੁੰਦਾ ਮੈਂ ਤੁਹਾਨੂੰ ਕਹਾਂ ਨਾ ਦੇਖੋ ਕਾਰਪੋਰੇਟ ਵਰਲਡ ਕੰਟਰੋਲ ਕਰ ਰਿਹਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਜਿਹੜੀਆਂ ਵੱਡੀਆਂ ਸਾਰੀਆਂ ਚੀਜ਼ਾਂ ਨੇ ਸਾਡੇ ਫੂਡ ਉੱਤੇ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਵੀ ਅਸੀਂ ਹੈਲਥੀ ਰਹੀਏ ਉਹ ਸਾਰੇ ਚਾਹੁੰਦੇ ਨੇ ਅਸੀਂ ਅਨ ਹੈਲਦੀ ਹੋ ਜਾਈਏ ਕਿਉਂਕਿ ਉੱਪਰੋਂ ਜਿੱਦਾਂ ਜਿੱਦਾਂ ਕਾਰਪੋਰੇਸ਼ਨ ਵਰਲਡ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਰਿਹਾ ਉਦਾਂ ਦੀ ਉਹ ਹਰ ਪ੍ਰੋਡਕਟ ਜਿਹੜਾ ਹੈਗਾ ਤੁਹਾਨੂੰ 5-7000 ਤੋਂ ਘੱਟ ਅਜ ਕੀਮਤ ਕੋਈ ਚੀਜ਼ ਨਹੀਂ ਮਿਲਦੀ ਉੱਚ ਬਹੁਤ ਵੱਡਾ ਕਮਰਸ਼ੀਅਲਿਜ਼ਮ ਐਂਗਲ ਹੈ ਉੱਚ ਪੈਸਾ ਮਨੀ ਵੱਡੀ ਲੌਬੀ ਇਨਵੋਲ ਹੈ ਕਨਕ ਠੀਕ ਹੈ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਅਲਰਜੀਟ ਕਰਦੀ ਹੈ ਲੈਕਟੋਸ ਟੋਲਰੈਂਸ ਹੈਗੀ ਆ ਉਹ ਨਾ ਖਾਣ ਉਹ ਵਕਰੀ ਗੱਲ ਹੈ ਬਟ ਰੋਟੀ ਤੋਂ ਬਿਨਾ ਪੰਜਾਬੀ ਬੰਦਾ ਜਿਉਂਦੇ ਨਹੀਂ ਰਹਿ ਸਕਦਾ ਯਾਰ ਇਹ ਕਹਿੰਦੇ ਰੋਟੀ ਸਭ ਤੋਂ ਵੱਡੀ ਜ਼ਹਿਰ ਹੈ ਫਿਰ ਆ ਗਲਤ ਰੰਗ ਆ ਲੈਣਾ ਮੈਂ ਤੇ ਫਿਰ ਮੈਂ ਹੁਣ ਕਿਸੇ ਦੀ ਨੌਲੇਜ ਉੱਤੇ ਮੈਂ ਉਂਗਲੀ ਨਹੀਂ ਖੜੀ ਕਰਦਾ ਬਟ ਮੈਂ ਰੋਟੀਆਂ ਖਾ-ਖਾ ਬੋਡੀ ਬਣਾਈ ਹੈ ਤੁਹਾਡੀ ਡਾਈਟ ਕੀ ਲੈਨੇ ਬਈ ਅੱਜ ਕੱਲ ਕੀ ਡਾਈਟ ਚੱਲ ਰਹੀ ਹੈ ਮੈਂ ਇੱਕ ਸਵੇਰੇ अर्ਲੀ ਮਾਰਨਿੰਗ ਪਹਿਲਾ ਮੀਲ ਹੁੰਦੀ ਹੈ ਕਿੰਨੇ ਵਜੇ ਮੈਂ ਕੁਛ 8 ਕਵਰੇ ਕਾਰਡੀਓ ਕਰਦਾ ਘੰਟਾ ਡੇਢ ਘੰਟਾ ਕਾਰਡੀਓ ਕਰਨ ਤੋਂ ਬਾਅਦ ਖਾਲੀ ਪੇਟ ਖਾਲੀ ਪੇਟ ਐਮਪਟੀ ਸਟਮਕ ਅੱਜ ਕੱਲ ਤਾਂ ਉਹ ਵੀ ਚੱਲ ਰਿਹਾ ਨਾ ਇੰਟਰਮੀਡੀਏਟ ਫਾਸਟਿੰਗ ਵੀ ਉਹ ਅਨ ਹੈਲਦੀ ਚੀਜ਼ਾਂ ਹੈਗੀਆਂ ਨੇ ਬੋਡੀ ਬਿਲਡਿੰਗ ਨਾਲ ਉਹਦਾ ਕੋਈ ਮਤਲਬ ਨਹੀਂ ਜੇ ਤੁਸੀਂ ਮਸਲਸ ਬਿਲਡ ਕਰਨੇ ਆ ਜੇ ਤੁਸੀਂ ਸਟਰੈਂਥਨ ਕਰਨਾ ਹੈ ਬਾਡੀ ਨੂੰ ਦੈਨ ਫਿਰ ਡਾਈਟ ਖਾ ਕੇ ਉਹਦੇ ਨਾਲ ਪ੍ਰੋਪਰ ਕੰਬੀਨੇਸ਼ਨ ਕਰਕੇ ਤੁਹਾਨੂੰ ਟ੍ਰੇਨਿੰਗ ਕਰਨੀ ਪੈਣੀ ਹੈ ਹਾਂ ਉਹਨਾਂ ਲੋਕਾਂ ਵਾਸਤੇ ਆ ਵੀ ਜਿਹੜੇ ਹੁਣ weight lose ਕਰਨਾ ਚਾਹੁੰਦੇ ਜਿਹੜੇ ਖਾ ਖਾ ਕੇ obesity ਬਹੁਤ ਜ਼ਿਆਦਾ ਹੈਗੀ ਹੈ ਜਾਂ ਜਿਨ੍ਹਾਂ ਦਾ metabolism slow ਹੈਗਾ ਬਟ ਉਹ ਵੀ ਐਕਚੁਅਲੀ ਰੋਂਗ ਪ੍ਰੋਸੈਸ ਹੈਗਾ ਤੁਸੀਂ ਸ਼ਾਰਟ ਟਾਈਮ ਲਈ ਭੁੱਖੇ ਰਹਿ ਲੈਂਦੇ ਹੋ ਤੁਸੀਂ 12 ਘੰਟੇ 10 ਘੰਟੇ ਨਹੀਂ ਖਾਂਦੇ ਫਿਰ ਬੋਡੀ ਹੰਗਰੀ ਰਹਿੰਦੀ ਹੈ ਉਹ ਵੀਕ ਹੋ ਜਾਂਦੀ ਹੈ ਤੁਹਾਡਾ ਮਸਲ ਮਾਸ ਬੋਡੀ ਤੋਂ ਚਲਾ ਜਾਂਦਾ ਬਟ ਦਾ ਹੈਲਥੀ ਵੇਜ਼ ਕਿ ਤੁਸੀਂ ਫੈਟ ਬੋਡੀ ਫੈਟ ਨੂੰ ਰਿਡਿਊਸ ਕਰੋ ਮਸਲ ਮਾਸ ਨੂੰ ਉੱਪਰ ਲੈ ਕੇ ਜਾਓ ਸੋ ਹਾਊ ਇਟ ਮੇਕਸ ਅ ਬੈਲੈਂਸ ਪ੍ਰੋਪਰ ਤੁਹਾਡੀ ਡਿਓਨਲ ਸਟਰੈਂਥ ਸਾਈਜ਼ ਇੰਟਰਨਲ ਹੈਲਥ ਵਧੀਆ ਹੁੰਦੀ ਹੈ ਸਟਰੋਂਗ ਹੁੰਦੀ ਹੈ ਨਾ ਕਿ ਤੁਸੀਂ ਸਾਰਾ ਦਿਨ ਡਿੱਗਦੇ ਰਹਿੰਦੇ ਹੋ ਵੀਕ ਫੀਲ ਕਰਦੇ ਅੱਜ ਕੱਲ ਦੀ ਡਾਈਟ ਕੀ ਬਈ ਤੁਹਾਡੀ ਮੈਂ ਜਿੱਦਾਂ ਬ੍ਰੇਕਫਾਸਟ ਵਿੱਚ ਫਰੂਟਸ ਹੁੰਦੇ ਆ ਥੋੜਾ ਓਟਸ ਦਾ ਸ਼ੇਕ ਹੋ ਗਿਆ ਜਾਂ ਕਦੀ ਬ੍ਰੈਕਫਾਸਟ ਦੇ ਇੰਡ ਕर्ड ਅ થોੜਾ ਜਿਹਾ ਸੈਲਡ ਨਾਲ ਤਿੰਨ ਫੁਲਕੇ ਮੈਨ ਲੰਚ ਬ੍ਰੈਕਫਾਸਟ ਦੇ ਵਿੱਚ ਦਾਲ ਸਬਜ਼ੀ ਜੋ ਮੈਂ ਖਾਣੀ ਆਪਣੀ ਚੋਇਸ ਦੀ ਹੁੰਦੀ ਹੈ ਅ ਫਿਰ 2:30 ਵਜੇ ਮੇਰਾ ਪ੍ਰੋਪਰ ਲੰਚ ਹੁੰਦਾ ਰਾਈਸ ਹੁੰਦੇ ਆ ਕਾਰਬੋਹਾਈਡਰੇਟਸ ਦੋ ਜਾਂ ਤਿੰਨ ਫੁਲਕੇ ਹੁੰਦੇ ਆ ਦਾਲ ਸਬਜ਼ੀ ਸੈਲਡ ਔਰ ਨਾਲ ਇੱਕ ਮੇਰਾ ਪ੍ਰੋਟੀਨ ਸ਼ੇਕ ਹੁੰਦਾ ਫਿਰ ਸ਼ਾਮ ਨੂੰ ਓਟ ਸ਼ੇਕ ਹੁੰਦਾ ਮੇਰਾ ਜਿਮ ਜਾਣ ਤੋਂ ਪਹਿਲਾਂ ਵਿਦ ਸਮ ਫਰੂਟਸ ਫਿਰ ਆਫਟਰ ਡੂਰਿੰਗ ਥੋੜਾ ਜਿਹਾ ਬੀ ਸੀ ਡਬਲ ਏ ਸੀ ਡਬਲ ਏ ਈ ਡਬਲ ਏ ਆਫਟਰ ਵਰਕ ਆਊਟ ਵੀ ਕਾਰਬੋਹਾਈਡਰੇਟਸ ਵਿਦ ਪ੍ਰੋਟੀਨ ਗਲੂਟਾਮੇ ਔਰ ਦੈਨ ਫਿਰ ਜਿਹੜਾ ਘਰ ਆ ਕੇ ਫਿਰ ਫਰੂਟਸ ਦੀ ਮੀਲ ਮਤਲਬ ਦੋ ਦੋ ਢਾਈ ਟੇਕੇ ਅੰਡੇ ਬਾਅਦ ਫਿਰ ਆਦ ਨੂੰ ਸੌਣ ਲੱਗਿਆ ਦੋ ਰੋਟੀਆਂ ਨਾਲ ਥੋੜਾ ਸੈਲਡ ਸਬਜ਼ੀ ਦਹੀਂ ਐਂਡ ਪਨੀਰ ਕਿਉਂਕਿ ਜਿਹੜਾ ਵੀ ਪ੍ਰੋਟੀਨ ਹੈ ਨਾ ਉਹਦੇ ਵਿੱਚ ਪਨੀਰ ਹੈ ਸੌਰੀ ਉਹ ਚ ਕੇਸੀਨ ਹੁੰਦੀ ਹੈ ਸਾਡੀ ਸਲੋ ਰਿਲੀਜ਼ਿੰਗ ਪ੍ਰੋਟੀਨ ਹੁੰਦੀ ਹੈ ਸਾਡੇ ਲੋਕ ਸਪੈਸ਼ਲਿਟੀ ਜਾ ਕੇ ਕੇਸੀਨ ਪ੍ਰੋਟੀਨ ਦਾ ਡੱਬਾ ਬਾਏ ਕਰਕੇ ਲਿਆਉਂਦੇ ਨੇ ਫਿਰ ਉਹ ਖਾਂਦੇ ਨੇ ਔਰ ਉਹ ਸਾਰਾ ਦਿਨ ਗੱਟ ਚ ਪਈ ਰਹਿੰਦੀ ਰਾਤ ਪੂਰੀ ਉਹ アン ਹੈਲਦੀ ਹੁੰਦੀ ਹੈ ਜਦਕਿ ਜਿਹੜਾ ਸਾਡਾ ਪ੍ਰੋਟੀਨ ਹੈ ਸੌਰੀ ਪਨੀਰ ਹੈ ਉਹਦੇ ਵਿੱਚ ਵੀ ਸਾਨੂੰ ਚੰਗੀ ਪ੍ਰੋਟੀਨ ਮਿਲਦੀ ਹੈ ਕਦਰ ਨੂੰ ਫਿਊਲ ਸਪਲਾਈ ਹੁੰਦਾ ਰਹਿੰਦਾ ਸੋ ਇਸ ਤਰ੍ਹਾਂ ਦੀ ਡਾਈਟ ਹੈ ਫਿਰ ਡਾਈਟ ਚੇਂਜ ਹੁੰਦੀ ਰਹਿੰਦੀ ਹੈ ਤੁਸੀਂ ਜਦੋਂ ਕੰਪਲੀਟ ਕਰਨਾ ਹੈ ਫਿਰ ਕੈਲਰੀਜ਼ ਉੱਪਰ ਥੱਲੇ ਹੁੰਦੀਆਂ ਨੇ ਡਾਈਟਸ ਮੀਲਸ ਘਟ ਵੱਧ ਜਾਂਦੀਆਂ ਨੇ ਤੁਹਾਡੇ ਟ੍ਰੇਨਿੰਗ ਸੈਸ਼ਨਸ ਚੇਂਜ ਹੋ ਜਾਂਦੇ ਨੇ ਸੋ ਇਟ ਡਿਪੈਂਡਸ ਔਨ ਦਾ ਕਿ ਹਾਉ ਇਟਸ ਗੋਇੰਗ ਕਿ ਮੈਂ 온 ਸੀਜ਼ਨ ਚਾ ਕਿ ਆਫ ਸੀਜ਼ਨ ਚਾ ਸੋ ਥੋੜਾ ਬੋਤਾ ਮਾਈਨਸ ਪਲੱਸ ਕਰਦੇ ਰਹੀ ਵਾ ਤੁਸੀਂ ਕਦੀ ਬਈ ਆਪਣੀ ਬਾਡੀ ਤੇ ਸਟੀਰੋਇਡ ਯੂਜ਼ ਕੀਤੇ ਦੇਖੋ ਸਟੀਰੋਇਡ ਯੂਜ਼ ਕਰਨਾ ਇਨਹਾਂਸ ਕਰਨਾ ਆਪਣੇ ਆਪ ਨੂੰ 2 4 5% ਦੀ ਖੇੜ ਆ ਕੱਲੀ ਬੋਡੀ ਬਿਲਡਿੰਗ ਨਹੀਂ ਦੁਨੀਆ ਦੀ ਸਾਰੀਆਂ ਸਪੋਰਟਸ ਟਰੈਕਸ ਐਂਡ ਫੀਲਡ ਵਿੱਚ ਚਲੇ ਜਾਓ ਵੱਡੇ ਵੱਡੇ ਐਥਲੀਟਸ ਬਹੁਤ سارے ਪਿੱਛੇ ਸਾਡੀ ਕੁੜੀ ਸੀ ਡੀ ਸ਼ਾਰਟ ਪੁੱਟ ਥਰੋਅਰ ਸੀ ਉਹ ਸਾਰੇ ਡੋਪਿੰਗ ਵਿੱਚ ਫੜੇ ਜਾਂਦੇ ਆ ਸਾਰੇ ਦੁਨੀਆ ਦੇ ਲੋਕ ਕਰਦੇ ਨੇ ਐਥਲੀਟਸ ਸਾਰੇ ਹੀ ਕਰਦੇ ਨੇ ਕੱਲੀ ਬੋਡੀ ਬਿਲਡਿੰਗ ਦੇ ਨਹੀਂ ਬਟ ਬਦਨਾਮ ਬੋਡੀ ਬਿਲਡਿੰਗ ਨੂੰ ਇਦਾਂ ਕੀਤਾ ਜਾਂਦਾ ਕਿਉਂਕਿ ਉਹਦੇ ਵਿੱਚ ਐਕਸਰਸਾਈਜ਼ ਗਰਥ ਤੁਹਾਡਾ ਆਮ ਬੰਦੇ ਨਾਲੋਂ ਜ਼ਿਆਦਾ ਦਿਖਦਾ ਇਸ ਕਰਕੇ ਬਟ ਮੈਂ ਇਹ ਚੀਜ਼ ਦੱਸਣੀ ਚਾਹੁੰਦਾ ਕਿ ਤੁਸੀਂ ਸਿਰਫ ਸਪੋਜ਼ ਜੇ ਤੂੰ 100 ਕਿਲੋ ਬੈਂਚ ਮਾਰਦਾ ਤੇਰੇ ਚ ਪੋਟੈਂਸ਼ੀਅਲ ਹੈ ਨਾ ਤੂੰ ਦੁਨੀਆ ਦਾ ਕੋਈ ਵੀ ਬੈਂਡ ਸਬਸਟੈਂਸ ਲੈ ਕੇ ਜਾਂ ਕੋਈ ਡਰਗ ਲੈ ਕੇ ਤੂੰ 200 ਕਿਲੋ ਬੈਂਚ ਨਹੀਂ ਮਾਰ ਸਕਦਾ ਹੂੰ ਤੂੰ ਵੱਧ ਤੋਂ 120 ਕਿਲੋ ਤੇ ਚਲਾ ਦੇ 125 ਕਿਲੋ ਤੇ ਚਲਾ ਦੇ ਥੈਟਸ ਇਟ ਸਟੀਰੋਇਡ ਨਾਲ ਸਟੀਰੋਇਡ ਜੇ ਤੂੰ ਨੈਚੁਰਲੀ ਆਪਣਾ 100 ਕਿਜੀ ਤੱਕ ਚਲਾ ਗਿਆ ਬਟ ਹਾਂ ਮੈਂ ਵਿਦ ਅ ਟ੍ਰੇਨਿੰਗ ਕਰਦੇ 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 ਮਿਹਨਤ ਕਰਦੇ ਮੈਂ 180 90 ਕਿਲੋ ਤੱਕ ਜਾ ਸਕਦਾ ਹੂੰ ਥਿਸ ਇਜ਼ ਦਾ ਐਕਚੁਅਲੀ ਹਾਉ ਦਾ ਬੋਡੀ ਵਰਕਸ ਬਟ ਸਾਡੀ ਪ੍ਰੋਬਲਮ ਕੀ ਹੈ ਵੀ ਅਸੀਂ 5 7 ਪਰਸੈਂਟ ਨੂੰ ਇਨਹਾਂਸ ਕਰਨ ਵਾਸਤੇ ਨਾ ਸਾਡੀ ਡਾਈਟ ਹੈ 30% ਸਾਡਾ ਨਿਊਟ੍ਰੀਸ਼ਨ ਹੈ ਸਾਡੀ ਐਕਸਰਸਾਈਜ਼ ਹੈ ਸਾਡੀ ਰੈਸਟ ਹੈ ਅਸੀਂ ਉਹਨੂੰ ਪਿੱਛੇ ਕਰ ਦਿੱਤਾ ਹੋਇਆ ਹੈ ਔਰ 5-7% ਪਿਛੇ ਭੱਜੀ ਜਾਣੇ ਹਮ ਅੱਜਕੱਲ ਚੱਲ ਰਿਹਾ ਬਈ ਟ੍ਰੈਂਡ ਬਹੁਤ ਜ਼ਿਆਦਾ ਸਟੀਰੋਇਡ ਦਾ ਬੱਚੇ-ਬੱਚੇ ਲੈ ਰਹੇ ਨੇ ਸਟੀਰੋਇਡ ਦੈਟ ਇਜ਼ ਕਲੀ ਰੋਂਗ ਜਿਹੜਾ ਸ਼ਾਰਟ ਟਰਮ ਦੇ ਵਿੱਚ ਰਿਜ਼ਲਟ ਸਾਨੂੰ ਚਾਹੀਦੇ ਨੇ 17 17 18 18 ਸਾਲ ਦੇ ਜਿਹੜੇ ਬੱਚੇ ਨੂੰ ਦਿੰਦਾ ਸਟੀਰੋਇਡ ਤੇ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕੋਚਸ ਨੂੰ ਕਿ ਉਹਨਾਂ ਦੀ ਲਾਈਫ ਕੀਤੀ ਜਾ ਰਹੀ ਹੈ ਬੈਡਲੀ ਉਹਨਾਂ ਦੇ ਹਾਰਮੋਨਸ ਡਿਸਟਰਬ ਹੋ ਰਹੇ ਨੇ ਉਹਨਾਂ ਨੂੰ ਟੈਸਟਿਕਲ ਐਟ੍ਰੋਫੀ ਹੋ ਰਹੀ ਹੈ ਉਹਨਾਂ ਨੂੰ ਅੱਗੇ ਜਾ ਕੇ ਹਾਈਪਰ ਟੈਨਸ਼ਨ ਹੋਣੀ ਹੈ ਉਹਨਾਂ ਨੂੰ ਡਿਪਰੈਸ਼ਨ ਹੋਣੀ ਹੈ ਸੋ ਥੀਸ ਆਰ ਮੈਡੀਸਿਨਸ ਦਵਾਈਆਂ ਨੇ ਐਕਚੁਅਲੀ ਜਿੰਨੇ ਵੀ ਐਂਡਰੋਜਨਿਕ ਹਾਰਮੋਨਸ ਨੇ ਇਹਨਾਂ ਨੂੰ ਫਾਈਂਡ ਆਊਟ ਕੀਤਾ ਗਿਆ ਥੀਸ ਆਲ ਆਰ ਲਾਈਫ ਸੇਵਿੰਗ ਡਰੱਗਸ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਕਿ ਦੀ ਸਰਜਰੀ ਹੁੰਦੀ ਹੈ ਛੇਤੀ ਰਿਕਵਰੀ ਕਰਨੀ ਹੈ ਤਾਂ ਉਹਦੇ ਵਾਸਤੇ ਇਹਨਾਂ ਨੂੰ ਬਣਾਇਆ ਗਿਆ ਸੀਗਾ ਬਟ ਵਿਦ ਦਾ ਮਨ ਜਿਵੇਂ ਜਿਵੇਂ ਬੰਦੇ ਦੇ ਅੰਦਰ ਦੀ ਤਮਾ ਵੱਧਦੀ ਜਾਂਦੀ ਹੈ ਨਾ ਇਨਸਾਨ ਕੁਛ ਨਾ ਕੁਛ ਚਾਹੁੰਦਾ ਮੈਂ ਹੋਰ ਕਰੀ ਜਾਵਾਂ ਹੋਰ ਕਰੀ ਜਾਵਾਂ ਤੋ ਇਹਨਾਂ ਚੀਜ਼ਾਂ ਨੂੰ ਇਨਸਾਨ ਨੇ ਅਬਿਊਜ਼ ਕਰਨਾ ਸ਼ੁਰੂ ਕਰ ਦਿੱਤਾ ਫੇ ਇਸੇ ਤਰ੍ਹਾਂ ਸਾਰੀਆਂ ਸਪੋਰਟਸ ਨੇ ਉਹਦੇ ਵਿੱਚ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਡੋਪਿੰਗ ਹੋਣੀ ਸ਼ੁਰੂ ਹੋਈ ਪਹਿਲਾਂ ਬਾਡੀ ਬਿਲਡਿੰਗ ਚ ਡੋਪਿੰਗ ਹੁੰਦੀ ਸੀ ਜਦੋਂ ਅਸੀਂ 2009-10 ਖੇਡਦੇ ਸੀਗੇ ਸਾਡੇ ਡੋਪਿੰਗ ਮਤਲਬ ਬਈ ਡਾਪਿੰਗ ਮਤਲਬ ਕਿ ਡੋਪ ਸੈਂਪਲ ਲੈਣਾ ਉਹਨਾਂ ਨੇ ਤੁਹਾਡਾ ਯੂਰੀਨ ਟੈਸਟ ਕਰਨਾ ਓਕੇ ਜੇ ਤੁਸੀਂ ਉਸ ਚ ਪੋਜ਼ਿਟਿਵ ਆਏ ਤੇ ਤੁਹਾਨੂੰ ਬੈਨ ਕਰ ਦੇਣਾ 2-3 ਸਾਲ ਲਈ ਬਾਹਰ ਕੱਢ ਦੇਣਾ ਜਿੱਦਾਂ ਉਹਨਾਂ 올림픽 ਸਾਰੀਆਂ ਸਪੋਰਟਸ ਹੈਗੀਆਂ ਨੇ ਜਿੱਦਾਂ ਹੀ ਸਾਰੇ ਐਥਲੀਟਸ ਨੇ ਪਰਫਾਰਮ ਕਰਦੇ ਨੇ ਉਹਨਾਂ ਦਾ ਪਹਿਲਾਂ ਡੋਪ ਸੈਂਪਲ ਲੈਂਦੇ ਨੇ ਯੂਰੀਨ ਸੈਂਪਲ ਲੈਂਦੇ ਨੇ ਫਿਰ ਬਾਅਦ ਚੋਂ ਵੀ ਸੈਂਪਲ ਲੈਂਦੇ ਨੇ ਮਤਲਬ ਉਹ ਸਟੀਰੋਇਡ ਆ ਜਾਂਦਾ ਉਹਦੇ ਚ ਹਾਂ ਹਰ ਤਰ੍ਹਾਂ ਦਾ ਤੇ ਫਿਰ ਭਾਈ ਮਿਸਟਰ 올ੰਪੀਆ ਜਿਹੜੇ ਗੋਰੇ ਲੜਦੇ ਨੇ ਉਹ ਕਿਵੇਂ ਫਿਰ ਮਤਲਬ ਲੜਦੇ ਨੇ ਬਿਨਾਂ ਨਹੀਂ ਪਰ ਉਹਦੇ ਚ ਡੋਪਿੰਗ ਨਹੀਂ ਨਾ ਹੋ ਰਹੀ ਇਹੀ ਤਾਂ ਗੱਲ ਹੈ ਕਿ ਉਹ ਕਮਰਸ਼ੀਅਲ ਸਪੋਰਟਸ ਬਣਾ ਦਿੱਤਾ ਗਿਆ ਵੱਖਰੀ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਗਈ 올림픽ਸ ਨੂੰ 올림픽ਸ ਨੂੰ ओके बॉडीबिल्डिंग ਮਿਸ ਓਲੰਪੀਆ ਜਿਹੜੇ ਯੂਜ਼ੀ ਟਾਈਟਲ ਹੋ ਰਹੇ ਹਨ 올림픽ਸ ਦਾ ਇੱਕ ਪ੍ਰੋਪਰ ਉਹਦਾ ਡਬਲ ਜਿਹੜੀ ਸਾਡੀ ਆਈਓਸੀ ਹੈਗੀ ਆ ਉਹਨੂੰ ਚਲਾਉਂਦੀ ਹੈ ਪਰ ਵਰਲਡ ਫੈਡਰੇਸ਼ਨ ਆ ਉਹ ਚਲਾਉਂਦੀ ਹੈ ਉਹਦੇ ਵਿੱਚ ਹਰ ਬੰਦੇ ਦਾ ਡੋਪ ਸੈਂਪਲ ਹੁੰਦਾ ਇਵਨ ਕਿ ਐਥਲੀਟਸ ਤੁਸੀਂ ਘਰ ਸੁੱਤੇ ਹੋ ਤੁਹਾਡੇ ਘਰ ਆ ਕੇ ਵੀ ਸੈਂਪਲ ਲੈ ਸਕਦੇ ਆ ਉੱਚੋ ਜੀ ਇਸ ਤਰੀਕੇ ਨਾਲ ਟੈਸਟਿੰਗ ਹੁੰਦੀ ਆ ਪਰ ਬੋਡੀ ਬਿਲਡਿੰਗ ਜਾਂ ਹੋਰ ਸਪੋਰਟਸ ਜਿਹੜੀਆਂ ਹੈਗੀਆਂ ਨੇ ਕਈ ਇਦਾਂ ਦੀ ਸਪੋਰਟਸ ਨੇ ਜਿਨ੍ਹਾਂ ਨੂੰ ਪ੍ਰਾਈਵੇਟਾਈਜੇਸ਼ਨ ਕਰ ਦਿੱਤੀ ਗਈ ਕਮਰਸ਼ੀਅਲ ਤਰੀਕੇ ਨਾਲ ਚਲਾਇਆ ਜਾ ਰਿਹਾ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਬੋਡੀ ਬਿਲਡਰਜ਼ ਦੀ ਜਾਂ ਬਾਕੀ ਸਪੋਰਟਸ ਵਾਲਿਆਂ ਦੀ ਹੈਲਥ ਸੈਕਰੀਫਾਈਜ਼ ਹੋ ਰਹੀ ਹੈ ਉਹਨਾਂ ਨੂੰ ਕੀ ਹੈ ਵੀ ਉਹਨਾਂ ਨੂੰ ਬੋਡੀ ਬਿਲਡਰ ਨਾਲ ਕੋਈ ਮਤਲਬ ਨਹੀਂ ਇੱਕ ਜੰਮ ਜੇ ਮਰ ਜਾਏਗਾ ਦੂਜਾ ਆ ਜਾਏਗਾ ਬਟ ਉਹ ਜਿਹੜੀ ਸਪੋਰਟਸ ਹੈ ਉਹਦਾ ਚਾਂਮ ਹੈ ਉਹਦਾ ਗਲੈਮਰ ਹੈ ਉਹਦੀ ਜਿਹੜੀ ਮਾਰਕੀਟਿੰਗ ਹੈ ਉਹਨਾਂ ਨੂੰ ਉਹ ਚਾਹੀਦੀ ਹੈ ਦੇ ਵੋਂਟ ਮਨੀ ਦੈਟਸ ਇਟ ਸੋ ਉਹਦੇ ਮੈਨੂੰ ਕੱਲ ਨੂੰ ਕੋਈ ਪ੍ਰੋਬਲਮ ਹੋ ਗਈ ਮੇਰਾ ਆਰਗਨ ਖਰਾਬ ਹੋ ਗਿਆ ਤੋ ਮੈਂ ਦੇਖਣਾ ਮੇਰੀ ਫੈਮਿਲੀ ਨੇ ਸuffer ਕਰਨਾ ਮੇਰੇ ਬੱਚੇ ਆ ਮੇਰਾ ਪਰਿਵਾਰ ਆ ਹਾਊ ਦੇ ਕੈਨ ਸਰਵਾਈਵ ਵਿਦਆਊਟ ਮੀ ਕੱਲੀ ਬਾਡੀ ਨਾਲ ਤਾਂ ਕੁਝ ਨਹੀਂ ਹੁੰਦਾ ਬਿਲਕੁਲ ਸੋ ਬਹੁਤ ਸਾਰੀਆਂ ਚੀਜ਼ਾਂ ਮਾਈਂਡ ਚ ਰੱਖਣੀਆਂ ਪੈਂਦੀਆਂ ਤੁਹਾਨੂੰ ਅਵੇਅਰਨੈਸ ਚਾਹੀਦੀ ਹੈ ਕਿ ਯੂ ਆਮ ਡੂਇੰਗ ਸਮਥਿੰਗ ਰੌਂਗ ਵਿਦ ਮਾਈ ਬਾਡੀ ਤੋ ਉਹਦੇ ਵਿੱਚ ਮੈਨੂੰ ਪੇ ਬੈਕ ਕਰਨਾ ਪੈਣਾ ਤੇਰੀ ਬਾਡੀ ਨੇ ਪੇ ਬੈਕ ਨਹੀਂ ਕਰਨਾ ਬਟ ਯੈਸ ਸਾਰੇ ਇਨਹਾਂਸ ਕਰਦੇ ਆ 2 4 5% ਜਰੂਰ ਕੰਪੀਟੀਸ਼ਨਸ ਹੁੰਦੇ ਆ ਤੁਸੀਂ ਥੋੜਾ ਬੋਡੀ ਨੂੰ ਪਾਲਿਸ਼ ਕਰਦੇ ਹੋ ਬਟ ਉਹਦੇ ਵਾਸਤੇ ਮੈਂ ਹਮੇਸ਼ਾ ਸਾਰਿਆਂ ਨੂੰ ਕਹਿਣਾ ਕਿ ਅੰਡਰ ਦਾ ਗੁੱਡ ਕੋਚੀਸ ਜਿਨੂੰ ਗਾਈਡੈਂਸ ਹੋਵੇ ਚੰਗੀ ਟੀਮ ਹੋਵੇ ਚੰਗੇ ਡਾਕਟਰ ਹੋਣ ਜਿਹੜੇ ਤੁਹਾਨੂੰ ਮੋਨੀਟਰ ਕਰਣ ਤੁਹਾਡੇ ਆਰਗਨਸ ਬਾਰੇ ਤੁਹਾਨੂੰ ਪਤਾ ਹੋਵੇ ਤੁਹਾਡੇ ਬਲੱਡ ਸੈਂਪਲਸ ਬਾਰ-ਬਾਰ ਲਏ ਜਾਣ ਔਰ ਤੁਸੀਂ ਉਹਨੂੰ ਦੇਖ ਲਓ ਹੁਣ ਬੰਦੇ ਨੂੰ ਆਪ ਤੇ ਨਹੀਂ ਨੋਲਿਜ ਨਹੀਂ ਹੁੰਦੀ ਆਈ ਐਮ ਨਾਟ ਅ ਡਾਕਟਰ ਨਾ ਬਿਲਕੁਲ ਚਲੋ ਅਸੀਂ ਵਿਦ ਐਕਸਪੀਰੀਅੰਸ ਸਾਨੂੰ ਪਤਾ ਲੱਗ ਗਿਆ ਹੌਲੀ ਹੌਲੀ ਕਰ ਕਰਕੇ ਬਟ ਜਿਹੜੇ ਅੱਜ ਦੇ ਸਕ ਉਨਾ ਵਾਸਤੇ ਚੀਜ਼ਾਂ ਪੋਸੀਬਲ ਨਹੀਂ ਐ ਫਿਰ ਉਹ ਕਿਤਨਾ ਕਿਤੇ ਉਹ ਗਲਤ ਹੱਥਾਂ ਵਿੱਚ ਆ ਜਾਂਦੇ ਫਿਰ ਉਹ ਆਪਣੇ ਡੱਬੇ ਵੇਚਣ ਦੀ ਆਪਣੇ ਇੰਜੈਕਸ਼ਨਸ ਵੇਚਣ ਲਈ ਉਹ ਫਿਰ 10000 20000 40000 ਦੇ ਕੇ ਤੇ ਉਹ ਜਿਹੜੇ ਕੋਚਸ ਨੇ ਉਹਨਾਂ ਕੋ ਬਸ ਉਹਨਾਂ ਦੀ ਪੈਸੇ ਗ੍ਰੈਬ ਕਰਦੇ ਅੱਛਾ ਭਾਈ ਜੇਮ ਚ ਇਹਨੇ ਹਾਰਟ ਅਟੈਕਸ ਕਿਉਂ ਆ ਰਹੇ ਨੇ ਜਵਾਨ ਜਵਾਨ ਮੁੰਡਿਆਂ ਨੂੰ ਫਿੱਟ ਮੁੰਡਿਆਂ ਨੂੰ ਉਹਦਾ ਸੀਰੋਇਡਸ ਨਾਲ ਕੋਈ ਲੈਣਾ ਦੇ ਉਹਨਾਂ ਨੇ ਉਹ ਉਹ ਕੀ ਕਰਨਾ ਮੇਰੀ ਸਾਡਾ ਸਟ्रेस ਸਾਡਾ ਲਾਈਫ ਸਟਾਈਲ ਸਾਡੀ ਫੇਕ ਦੁਨੀਆ ਜਿੱਦਾਂ ਅਸੀਂ ਸੋਸ਼ਲ ਮੀਡੀਆ ਤੇ ਆਂ ਬਹੁਤ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨੇ ਹੁੰਦੇ ਨਹੀਂ ਕੈਪेबल ਨਹੀਂ ਹੁੰਦੇ ਪਰ ਦੁਨੀਆ ਨੂੰ ਦੱਸਦੇ ਆ ਯਾ ਵੀਰੀ ਸਕਸੈਸਫੁਲ ਮੇਰੇ ਕੋ ਪੈਸਾ ਬਹੁਤ ਹੈ ਮੇਰੇ ਕੋ ਗੱਡੀਆਂ ਆ ਸੋ ਉਹ ਕਿਤਨਾ ਕਿਤੇ ਰੋਂਗ ਲਾਈਫ ਸਟਾਈਲ ਜਿਹੜਾ ਸਾਡਾ ਉਹ ਅਸੀਂ ਆਪ ਹੀ ਉਸ ਜਾਲ ਵਿੱਚ ਫਸਦੇ ਜਾ ਰਹੇ ਹਮ ਜਿਮ ਜਾਣ ਦਾ ਮਤਲਬ ਹੈ ਕਿ ਤੁਸੀਂ ਉੱਥੇ ਜਾ ਕੇ ਐਕਸਰਸਾਈਜ਼ ਕਰਦੇ ਹੋ ਵਰਕਆਊਟ ਕਰਦੇ ਹੋ ਸਟ्रेस ਫਰੀ ਫੋਨ ਕਰਾ ਕੇ ਜਾਓ ਜੋ ਉਹੀ ਚੀਜ਼ਾਂ ਨਾਲ ਚੁੱਕ ਕੇ ਤੁਸੀਂ ਸਟ्रेस ਵਾਲੀ ਨਾਲ ਲੈ ਕੇ ਜਾਓਗੇ ਐਂਡ ਤੁਹਾਡੇ ਦਿਮਾਗ ਵਿੱਚ ਉਹ ਚੀਜ਼ਾਂ ਚੱਲਦੀਆਂ ਜਾ ਰਹੀਆਂ ਨੇ ਔਰ ਫਿਰ ਤੁਹਾਡਾ ਲਾਈਫ ਸਟਾਈਲ ਇਹਨਾ ਬੈਡ ਹੈ ਕਿ ਤੁਸੀਂ ਉੱਥੇ ਵੀ ਬੈਠੇ ਸਟੋਰੀਆਂ ਪਾ ਰਹੇ ਹੋ ਬਾਹਰ ਰੈਸਟੋਰੈਂਟ ਦਾ ਕੇ ਫੂਡ ਖਾ ਰਹੇ ਹੋ ਫਿਰ ਰੀਲਾ ਬਣਾ ਰਹੇ ਹੋ ਉਹ ਫਿਰ ਕਿਤਨਾ ਕਿਤੇ 멘ਟਲ ਹੈਲਥ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਫਰ ਕਰਦੀ ਹੈ ਨਾ ਔਰ ਫਿਜ਼ੀਕਲ ਹੈਲਥ ਨੂੰ ਚਲਾਉਂਦਾ ਕੌਣ ਹੈ 멘ਟਲ 멘ਟਲ ਇਫ ਆਈ ਆਮ ਡਿਸਟਰਬ ਫ্রম ਇਥੋਂ ਮੈਂ ਹਿੱਲਿਆ ਹੂੰਗਾ ਤਾਂ ਫਿਰ ਸਾਰੀ ਬਾਡੀ ਖਿਲ ਜਾਏਗੀ ਸਾਰੇ ਆਰਗਨਸ ਹਿਲ ਜਾਣਗੇ ਤੁਸੀਂ ਆਪਣੀ 멘ਟਲ ਹੈਲਥ ਦਾ ਕਿਵੇਂ ਧਿਆਨ ਰੱਖਦੇ ਹੋ ਫਿਰ ਬਹੁਤ ਧਿਆਨ ਰੱਖਦਾ ਹਾਂ ਬ੍ਰਦਰ ਮੈਂ ਹੁਣੇ ਆਸਟ੍ਰੇਲੀਆ ਸੀ ਪਿਛਲੇ ਡੇਢ ਮਹੀਨਾ ਨਾਲ ਲਗਾਤਾਰ ਮੈਂ ਉੱਥੇ ਟ ਔਰ ਮੈਨੂੰ ਬੁਲਾਇਆ ਗਿਆ ਸਪੈਸ਼ਲੀ ਕਿ ਪਾਜੀ ਅਵੇਅਰਨੈਸ ਦੇਣੀ ਹੈ ਆਪਣੀ ਕਮਿਊਨਿਟੀ ਨੂੰ ਕਿਉਂਕਿ ਸਟੂਡੈਂਟਸ ਉੱਥੇ ਬਹੁਤ ਸਫਰ ਕਰ ਰਹੇ ਆ ਜਿੰਮ ਤਾਂ ਜ਼ਰੂਰ ਜਾਂਦੇ ਆ ਪਰ ਉਹਨਾਂ ਦੀ ਕੰਮ ਨਹੀਂ ਹੈਗਾ ਰਿਸੈਸ਼ਨਸ ਨੇ ਜੌਬਸ ਨਹੀਂ ਅਗੋ ਨਜ਼ਰ ਆ ਮਿਲ ਰਹੀਆਂ ਤਾਂ ਉਹ ਮੈਂਟਲ ਹੈਲਥ ਚ ਡਿਪਰੈਸ਼ਨ ਚ ਬੱਚੇ ਬਹੁਤ ਹੈਗੇ ਨੇ ਸੋ ਉੱਥੇ ਅਸੀਂ ਪੰਜ ਸੈਮੀਨਾਰਸ ਕੀਤੇ ਪਰth ਬ੍ਰਿਸਬੇਨ ਸਿਡਨੀ ਮੈਲਬੌਰਨ ਸਾਰੇ ਸ਼ਹਿਰਾਂ ਦੇ ਵਿੱਚ ਉੱਥੇ ਮੈਂਟਲ ਹੈਲਥ ਬਾਰੇ ਐਂਡ ਫਿਜ਼ੀਕਲ ਹੈਲਥ ਬਾਰੇ ਅਸੀਂ ਸਾਰੇ ਸੈਮੀਨਾਰਸ ਕੀਤੇ ਮੈਡੀਟੇਸ਼ਨ ਕਰੋ ਆਪਣਾ ਲਾਈਫਸਟਾਈਲ ਦਿਖਾਵਾ ਘਟ ਕਰੋ ਜ਼ਿੰਦਗੀ ਦੇ ਵਿੱਚ ਜੋ ਹੋ ਤੁਸੀਂ ਹੋ ਠੀਕ ਹੈ ਨਾ ਉਹ ਤੁਹਾਨੂੰ ਪਤਾ ਹੈ ਮਤਲਬ ਜੇ ਮੈਂ ਕੈਪेबल ਹੈਗਾ ਕਿਸੇ ਚੀਜ਼ ਵਾਸਤੇ ਤਾਂ ਮੈਨੂੰ ਪਤਾ ਕਿ ਮੇਰੀ ਕੈਪੇਬਿਲਟੀ ਇੰਨੀ ਹੀ ਹੈ ਦੁਨੀਆ ਨੂੰ ਭਾਵੇਂ ਮੈਂ 100 ਗੁਣਾ ਦੱਸਣ ਦੀ ਕੋਸ਼ਿਸ਼ ਕਰਾਂ ਮਨ ਲੋਕ ਅਬਜ਼ਰਵ ਕਰ ਲੈਂਦੇ ਨੇ ਬੰਦੇ ਦਾ ਕਿੰਨੇ ਕੁ ਪਾਇਆ ਦਾ ਮਾਲਕ ਹੈਗਾ ਸੋ ਅਸੀਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੋਕਾਂ ਨੂੰ ਫੇਕ ਦੁਨੀਆ ਦਿਖਾਉਣ ਦੀ ਖਾਤਰ ਖਾਤਰ ਹੌਲੀ ਹੌਲੀ ਅਸੀਂ ਆਪ ਹੀ ਫੇਕ ਹੋ ਜਾਂਦੇ ਹਾਂ ਔਰ ਉਹ ਫੇਕ ਵਰਲਡ ਦੇ ਵਿੱਚ ਅਸੀਂ ਜੀਣ ਲੱਗ ਪੈਂਦੇ ਹਾਂ ਬਈ ਮਾਸਟਰ ਪੇਸ਼ੈਂਟ ਤਾਂ ਬੜਾ ਵੱਡਾ ਇੱਕ ਮਿਥ ਜਾਂ ਜੁੜਿਆ ਹੋਆ ਬੋਡੀ ਬਿਲਡਿੰਗ ਨਾਲ ਉਹ ਵੀ ਤੁਸੀਂ ਕਲੀਅਰ ਕਰੋ ਕਿ ਬੱਚੇ ਕਹਿੰਦੇ ਨੇ ਜੀ ਬਾਡੀ ਨਹੀਂ ਬਣਦੀ ਮਾਸਟਰਬੇਸ਼ਨ ਕਰਨ ਨਾਲ ਜਾਂ ਨੁਕਸਾਨ ਹੁੰਦਾ ਨਹੀਂ ਦੈਟਸ ਆਲ ਨੈਚੁਰਲੀ ਪ੍ਰੋਸੈਸ ਬਹੁਤ ਸਾਰੇ ਮੈਂ ਵੀਡੀਓਜ਼ ਦੇਖਦਾ ਹਾਈਲੀ ਟੌਪਿਕ ਜਿਹ ਹੈਗਾ ਜਿਹੜਾ ਮਰਜੀ ਵੀਡੀਓ ਬਣਾ ਦਿਓ ਚੱਲ ਜਾਂਦੀ ਹੈ ਸੋ ਦੇਖੋ ਨੈਚੁਰਲੀ ਜਦੋਂ ਸਾਡੀ ਬਾਡੀ ਵਿੱਚ ਹਾਰਮੋਨਸ ਚੇਂਜ ਹੁੰਦੇ ਆ ਜਦੋਂ ਟੀਨੇਜ ਅਸੀਂ 15 16 17 ਸਾਲ ਦੇ ਗੱਭਰੂ ਹੋਣਾ ਸ਼ੁਰੂ ਹੁੰਨੇ ਆ ਸਾਡੇ ਬਾਡੀ ਦੇ ਜਿਹੜੇ ਗਲੈਂਡਸ ਨੇ ਉਹ ਟੈਸਟੋਸਟੀਰੋਨਸ ਦਾ ਲੈਵਲ ਵੱਧਦਾ ਹੈ ਤੇ ਸਾਡੀ ਜਿਹੜੀ ਬਾਡੀ ਇਟ ਮੀਨਸ ਕਿ ਸਾਡੀ ਬਾਡੀ ਹੁਣ ਪ੍ਰੀਪੇਅਰ ਹੋ ਚੁੱਕੀ ਹੈ ਅਸੀਂ ਗਾਂ ਜਾ ਕੇ ਅੱਗੇ ਪ੍ਰੋਡਕਸ਼ਨ ਕਰਨ ਵਾਸਤੇ ਕੁਦਰਤ ਨੇ ਸਾਨੂੰ ਬਣਾਇਆ ਵੀ ਅਸੀਂ ਅ ਜੀ ਚੱਕਰ ਚੱਲਦਾ ਇਸੇ ਤਰੀਕੇ ਨਾਲ ਸੋ ਦੈਟਸ ਉਹਦਾ ਪਾਰਟ ਆ ਬਾਡੀ ਬਿਲਡਿੰਗ ਨਾਲ ਕੋ ਲੈਣਾ ਦੇਣਾ ਇਹਦਾ ਨਹੀਂ ਕੋਈ ਬਾਡੀ ਬਿਲਡਿੰਗ ਮਸਲਜ਼ ਨਾਲ ਲੈਣਾ ਦੇਣਾ ਕੋਈ ਲੈਣਾ ਦੇਣਾ ਨਹੀਂ ਇਹ ਬਾਡੀ ਬਿਲਡਿੰਗ ਨਾਲ ਕਿਸੇ ਚੀਜ਼ ਨਾਲ ਵਿਦ ਦਾ ਟਾਈਮ ਆਪਣੇ ਆਪ ਹੀ ਸਾਡੀ ਬਾਡੀ ਚ ਆਉਂਦੀ ਹੈ 15 16 18 ਸਾਲ ਦੇ ਹੁੰਨੇ ਆ ਜਦੋਂ 60 65 ਸਾਲ ਦੇ ਹੁੰਨੇ ਉਹਦੇ ਟਾਈਮ ਆਪਣੇ ਆਪ ਹੀ ਚਲੀ ਜਾਂਦੀ ਹੈ ਕੋਈ ਨੇਚਰ ਵੱਲੋਂ ਦਿੱਤੀ ਹੋਈ ਕੋਈ ਕਾਲ ਹੈ ਉਹ ਜਰੂਰ ਤੁਹਾਡਾ ਟੈਸੋ ਲੈਵਲ ਵਧਿਆ ਹੁੰਦਾ ਤੁਹਾਡੀ ਲਿਬिडੋ ਲੈਵਲ ਵਧਿਆ ਹੁੰਦਾ ਚਾਹੇ ਕਿਸੇ ਐਕਸਰਸਾਈਜ਼ ਕਰਕੇ ਹੋ ਜਵੇ ਸਮ ਟਾਈਮ ਕੋਈ ਫਿਲਮ ਦੇਖ ਕੇ ਜਾਂ ਮੂਵੀ ਦੇਖ ਕੇ ਸਾਡਾ ਇਦਾਂ ਧਿਆਨ ਹੋ ਜਵੇ ਤੇ ਉਹ ਫਿਰ ਕਿਤੇ ਨਾ ਕਿਤੇ ਬੰਦਾ ਇਰੈਕਟ ਫੀਲ ਕਰਦਾ ਔਰ ਉਹ ਆਪਣੇ ਆਪ ਇਟਸ ਓਕੇ ਜਿਹੜੇ ਦਿਹਾੜੀ 'ਚ ਤਿੰਨ ਤਿੰਨ ਵਾਰੀ ਬਈ ਕਰ ਰਹੇ ਨੇ ਉਹ ਫਿਰ ਨੁਕਸਾਨ ਆ ਉਹ ਨੁਕਸਾਨ ਆ ਆਬਵੀਅਸਲੀ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਫਿਰ ਉਹ ਕਿਤਨਾ ਕਿਤੇ ਉਸ ਮੈਟੈਲਿਟੀ ਵਿੱਚ ਫਸ ਚੁੱਕੇ ਹੋਏ ਨੇ ਕਿ ਜਿੱਥੇ ਉਹਨਾਂ ਦਾ ਫੋਕਸ ਦਿਮਾਗ ਆਲ ਦਾ ਟਾਈਮ ਇੱਕੋ ਚੀਜ਼ ਸੋਚਦਾ ਦੇ ਆਲਵੇਸ ਥਿੰਕ ਅਬਾਊਟ ਦਾ ਸੈਕਸ 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 ਉਹਨਾਂ ਦੀ ਡਰਾਈਵ ਇਸ ਤਰੀਕੇ ਨਾਲ ਹੋ ਚੁੱਕੀ ਹੈ ਹਾਂ ਫੋਰ ਅ ਬੈਟਰ ਸਪੋਰਟਸ ਪਰਸਨ ਫੋਰ ਅ ਬੈਟਰ ਪਰਸਨ ਯੂ ਨੀਡ ਅ ਬੈਟਰ ਸੈਕਸ ਲਾਈਫ ਹਰ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ ਬਟ ਮੈਂ ਬੱਚਿਆਂ ਨੂੰ ਹੀ ਕਹਣਾ ਵਿਦ ਦਾ ਟਾਈਮ ਜਰੂਰ ਤੁਹਾਡ ਤੁਹਾਡਾ ਗਰਲਫ੍ਰੈਂਡ ਹੋ ਸਕਦੀ ਹੈ ਤੁਹਾਡੀ ਵਾਈਫ ਹੋ ਸਕਦੀ ਹੈ ਯੂ ਕੈਨ ਜਸਟ ਵੇਟ ਐਂਡ ਇੰਜੋਏ ਯਰ ਲਾਈਫ ਉਸ ਬਾਅਦ ਲਗੇ ਜ਼ਿੰਦਗੀ ਬਹੁਤ ਲੰਬੀ ਪਈ ਹੈ ਫਿਰ ਇਹੀ ਕੰਮ ਕਰਨਾ ਸਾਰੀ ਜ਼ਿੰਦਗੀ ਯਾਰ ਤੁਸੀਂ ਕਰਨਾ ਬਾਈ ਅੱਗੇ ਹੁਣ ਹੋਰ ਮੈਂ ਥੋੜਾ ਜਿਹਾ ਹੋਰ ਅੱਗੇ ਕਰਨ ਵਾਸਤੇ ਕਿ ਮੈਂ ਹੁਣ ਮੇਨਸਟ੍ਰੀਮ ਫਿਲਮਾਂ ਦੇ ਵਿੱਚ ਬਾਲੀਵੁੱਡ ਚ ਐਂਟਰੀ ਕਰ ਰਿਹਾ ਹਾਂ ਫਿਲਮਾਂ ਦੀ ਗੱਲ ਤਾਂ ਰਹਿ ਗਈ ਬਾਈ ਮੈਂ ਭੁੱਲ ਗਿਆ ਆਮ ਸੌਰੀ ਸਲਮਾਨ ਖਾਨ ਨੇ ਦੀ ਫਿਲਮ ਕੀਤੀ ਬਾਈ ਨਾ ਟਾਈਗਰ 3 ਔਰ ਹੁਣ ਉਹ ਐਕਸਪੀਰੀਅੰਸ ਸ਼ੇਅਰ ਕਰੋ ਕਿਵੇਂ ਸਿਲੈਕਸ਼ਨ ਹੋਈ ਸਲਮਾਨ ਮੈਨੂੰ 2010 ਪਹਿਲੀ ਵਾਰ ਸੀ ਮੈਂ ਮਿਲਿਆ ਸੀਗਾ ਸਲਮਾਨ ਨੂੰ ਮੈਂ ਵਰਲਡ ਚੈਂਪੀਅਨਸ਼ਿਪ ਦੇ ਟ੍ਰਾਇਲ ਦੇ ਰਿਹਾ ਸੀਗਾ ਮਹਾਰਾਸ਼ਟਰ ਚ ਇੱਕ ਛੋਟਾ ਜਿਹਾ ਸ਼ਹਿਰ ਹੈ ਵਾਇੰਗ ਉੱਥੇ ਪੂਰੇ ਇੰਡੋਸਤਾਨ ਦੇ ਮੁੰਡੇ ਆਏ ਹੋਏ ਸੀਗੇ ਮੇਰੀ ਸਿਲੈਕਸ਼ਨ ਹੋਈ ਉੱਥੇ ਔਰ ਨੈਕਸਟ ਡੇ ਮੇਰੇ ਹੋਟਲ ਦੇ ਬਾਹਰ ਇੱਕ ਮੁੰਡਾ ਖੜਾ ਸੀਗਾ ਕਹਿਣ ਲਗਾ ਭਾਈ ਮੈਂ ਤੁਹਾਡੀ ਬੋਡੀ ਦਾ ਬਹੁਤ ਵੱਡਾ ਫੈਨ ਹਾਂ ਤੁਹਾਡੇ ਪੱਟ ਬੜੇ ਜ਼ਬਰਦਸਤ ਆ ਇਹ ਹੈ ਉਹ ਹੈ ਨਾ ਤੇ ਫਿਰ ਮੈਨੂੰ ਕਹਿੰਦਾ ਮੈਂ ਭਾਜੀ ਸਲਮਾਨ ਭਾਈ ਦਾ ਟ੍ਰੇਨਰ ਹੂੰ ਤਾਂ ਭਾਈ ਇਹੀ ਪਾਸੇ ਮੈਂ ਸ਼ੂਟ ਕਰ ਰਹੇ ਹਾਂ ਦਬੰਗ ਫਿਲਮ ਦਾ ਸ਼ੂਟ ਚੱਲ ਕਿ ਮੈਂ ਤੁਹਾਨੂੰ ਮਿਲਾਉਣਾ ਮੈਂ ਕਿਹਾ ਉਹਦਾ ਤਾਂ ਮੈਂ ਵੀ ਫੈਨ ਆ ਤੇ ਚੱਲ ਮਿਲਦੇ ਆ ਫਿਰ ਦੋ ਤਿੰਨ ਸਾਡੇ ਅਫੀਸ਼ੀਅਲਸ ਐਂਡ ਆਲ ਅਸੀਂ ਸੈੱਟ ਤੇ ਗਏ ਸੁਨਾਕਸ਼ੀ ਅਰਬਾਜ਼ ਐਂਡ ਸਲਮਾਨ ਇਜ਼ देयर ਔਰ ਫਿਰ ਜਦੋਂ ਉਹਨੇ ਮੈਨੂੰ ਦੇਖਿਆ ਐਂਡ ਹੀ ਗਾਟ ਸਰਪ੍ਰਾਈਜ਼ ਕਹਿੰਦਾ ਯਾਰ ਮੈਂ ਮਤਲਬ ਫੋਰਨਰ ਬਾਡੀ ਬਿਲਡਰ ਤਾਂ ਬਹੁਤ ਦੇਖੇ ਔਰ ਮੈਂ ਤੇਰੀ ਵਰਗੀ ਫਿਜ਼ੀਕ ਹਾਈਟ ਐਂਡ ਬੀਲਡ ਆਲ ਦ ਸਾਈਜ਼ ਮੈਂ ਨਹੀਂ ਦੇਖਿਆ ਅਜੇ ਤੱਕ ਤੋ ਕਿੱਥੋਂ ਹੈ ਇਹ ਉਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਔਰ ਫਿਰ ਉਸ ਤੋਂ ਬਾਅਦ ਬਹੁਤ ਵਾਰੀ ਮੌਕਾ ਮਿਲਿਆ ਬਹੁਤ ਟਾਈਮ ਮੈਂ 10 15 ਵਾਰੀ ਮਿਲਿਆ ਸਲਮਾਨ ਸਰ ਨੂੰ ਕੀ ਮੈਂ ਤੇ ਬੰਦੇ ਨੇ ਉਹ ਵੈਰੀ ਗ੍ਰੇਟ ਪਰਸਨ ਗ੍ਰੇਟ ਇਹ ਕੋਈ ਬੰਦਾ ਹੈ ਹਿੰਦੁਸਤਾਨ ਚ ਜਿਹਨੂੰ ਮੈਂ ਐਡਮਾਇਰ ਕਰਦਾ ਜਿਹਨੂੰ ਫੋਲੋ ਕਰਦਾ ਵਾਹ ਬਿਕੋਜ਼ ਆਫ ਹਿਸ ਸਕ੍ਰੀਨ ਪ੍ਰੈਜੈਂਸ ਉਹਦੀ ਖੂਬਸੂਰਤੀ ਉਹਦਾ ਕ੍ਰਿਸਮਾ ਦਾ ਔਰਾ ਜਿਹੜਾ ਨਾਲ ਕੈਰੀ ਕਰਦਾ ਐ ਐਂਡ ਦਾ ਜਿਹੜੇ ਹੀ ਇਜ਼ ਅ ਮੈਗਾ ਸਟਾਰ ਆਫ ਇੰਡੀਅਨ ਇੰਡਸਟਰੀ ਯਾ ਨਾ ਤੇ ਉਹ ਚੀਜ਼ਾਂ ਗੱਲਾਂ ਪਤਾ ਕੀਤੀਆਂ ਕਦੀ ਉਹਨਾਂ ਨਾਲ ਬਹੁਤ ਅਸੀਂ ਟ੍ਰੇਨਿੰਗ ਸੈਸ਼ਨ ਬਹੁਤ ਕੀਤੇ ਅਸੀਂ ਟਾਈਮ ਸੈੱਟ ਦੇ ਪਹਿਲਾਂ ਅਸੀਂ 3 ਦਿਨ ਦਾ ਵੇਟ ਕਰਦੇ ਰਹੇ ਵਾਹ ਸ਼ਾਮ ਨੂੰ ਸੈਸ਼ਨ ਨੂੰ ਫੋਨ ਕਰਦਣਾ ਆਇਆ ਵੀਰੂ ਟ੍ਰੇਨਿੰਗ ਕਰਦੇ ਆਂ ਕੀ ਗੱਲਾਂ ਕਰਦੇ ਸੀ ਗੱਲਾਂ ਸਾਰੀਆਂ ਬੋਡੀ ਬਿਲਡਿੰਗ ਬਾਰੇ ਇੰਜਰੀਜ਼ ਬਾਰੇ ਹੈਲਥ ਬਾਰੇ ਐਂਡ ਕੁਝ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਹੋਣ ਲੱਪੀਆਂ ਗਾਣੇ-ਗੂਣੇ ਸੁਣਦੇ ਬੈਸੀ ਅਸੀਂ ਸੋ ਸਾਰੀਆਂ ਗੱਲਾਂ ਫਿਰ ਉਹ ਕੁਝ ਜੈਕਟਸ ਵੈਕਟਸ ਉਹਨੂੰ ਮੈਂ ਕਦੋਂ ਲੈਦਰ ਦੀਆਂ ਪਾਈਆਂ ਹੋਈਆਂ ਸੀ ਕਿਹਨਾਂ ਕਿੱਥੋਂ ਬਣਾਈਆਂ ਸੋ ਮਤਲਬ 올 ਕਾਈਂਡ ਆਫ ਸਾਰੀਆਂ ਗੱਲਾਂ ਤੇ ਪੁੱਛਿਆ ਨਹੀਂ ਉਹਨਾਂ ਨੂੰ ਕਿ ਭਾਈ ਜੀ ਵਿਆਹ ਕਦੋਂ ਕਰਾਣਾ ਨਿਓ ਉਹਨਾਂ ਦੀ ਪਰਸਨਲ ਲਾਈਫ ਐ ਐਕਚੁਅਲੀ ਪਤਾ ਕੀ ਐ ਉਹਦਾ ਔਰਾ ਹੀ ਇੰਨਾ ਕ ਐ ਤੁਸੀਂ ਬਲੀਵ ਨਹੀਂ ਕਰੋਗੇ ਉਹਦੇ ਵੱਡੇ ਅੱਗੇ ਵੱਡੇ ਵੱਡੇ ਡਾਇਰੈਕਟਰ ਵੀ ਜਿਹੜੇ ਨਾਲ ਗੱਲ ਕਰਨ ਲੱਗੇ ਮਤਲਬ ਜੇ ਕੋਈ ਏਡੀ ਐ ਨਾ ਆ ਕੇ ਇਹਨਾਂ ਨੂੰ ਕਹਿ ਸਕਦਾ ਸਰ ਸ਼ਾਰਟ ਰੈਡੀ ਐ ਇੱਕ ਮੈਂ ਤੈਨੂੰ ਹਾਸੇ ਵਾਲੀ ਗੱਲ ਦੱਸਾਂ ਕਿ ਸਲਮਾਨ ਸਟ੍ਰੈਚਿੰਗ ਕਰਾ ਰਿਹਾ ਸੀਗਾ ਜ਼ਮੀਨ ਤੇ ਉਲਟਾ ਲਟਿਆ ਹੋਇਆ ਉਹਦਾ ਜਿਹੜਾ ਬாய் ਐ ਉਹਦੀ ਸਟ੍ਰੈਚਿੰਗ ਕਰਦਾ ਪਿਆ ਜਿਹੜਾ ਮੁੰਡਾ ਇੰਡੀਅਨ ਟੀਮ ਨਾਲ ਪਹਿਲਾਂ ਹੁੰਦਾ ਸੀ ਕ੍ਰਿਕਟ ਵਾਲੇ ਨਾਲ ਤੇ ਉਹਨੇ ਆਪਣੇ ਵਾਸਤੇ ਰੱਖਿਆ ਹੋਇਆ ਐਂਡ ਉਹ ਇਦਾਂ ਲਟਿਆ ਜ਼ਮੀਨ ਦੇ ਉੱਤੇ ਉਹ ਫੁੱਟਾ ਹੋ ਕੇ ਮੈਨਾਂ ਕੋਈ ਕਨਵਰ ਐਂਡ ਉਹ ਸੀਨ ਸਮਝਾ ਰਿਹਾ ਸਮਝਾ ਰਿਹਾ ਸਮਝਾ ਰਿਹਾ ਤੇ ਉਹਨੇ ਦੇਖਿਆ ਡਾਇਰੈਕਟਰ ਨੇ ਕਿ ਧਿਆਨ ਨਹੀਂ ਦੇ ਰਿਹਾ ਪ੍ਰਭਾ ਉਹਦੇ ਸਾਹਮਣੇ ਮੂੰਹ ਤਾਂ ਇਧਰ ਆ ਕੇ ਲੰਮੇ ਪੈ ਗਿਆ ਥੱਲੇ ਜ਼ਮੀਨ ਤੇ ਡਾਇਰੈਕਟਰ ਵੀ ਜ਼ਮੀਨ ਤੇ ਤੇ ਸੁਲਮਾਨ ਤਾਂ ਆਲਰੇਡੀ ਸਟੈਚਿੰਗ ਕਰਵਾ ਰਿਆ ਸੀ ਉਹ ਲੇਟ ਕੇ ਉਹਨੂੰ 10 ਮਿੰਟ ਸਰ ਐਸੇ ਕਰਨਾ ਐਸੇ ਕਰਨਾ ਕਨੈਡਾ ਦਾ ਸ਼ਾਹਰੂਖ ਨਿਕਲੇਗਾ ਬਾਹਰ ਵੈਨਿਟੀ ਸੇ ਮੈਨੂੰ ਵੀ ਬੁਲਾ ਲੈਣਾ ਅਭੀ ਜਾਓ ਸੋ ਦੈਟਸ ਦਾ ਸਟਾਰਡਮ ਕਿਉਂਕਿ ਉਹ ਕੀ ਹੈ ਕਿ ਉਹਨਾਂ ਦਾ ਐਕਸਪੀਰੀਅੰਸ ਇਨਾ ਹੋ ਚੁੱਕਾ ਹੋਇਆ ਉਹਨਾਂ ਨੂੰ ਹੁਣ ਕਿਸੇ ਡਾਇਰੈਕਟਰ ਨੇ ਕੀ ਦੱਸਣਾ ਕੀ ਸਮਝਾਣਾ ਕਿ ਉਹ ਸਕਰੀਨ ਤੇ ਜਾਂਦੇ ਕੈਮਰੇ ਤੇ ਵਨ ਟੇਕ ਆਰਟਿਸਟ ਨੇ ਜ਼ਿੰਦਗੀ ਲੰਘੀ ਹੈ ਜਿੱਦਾਂ ਸਾਡੀ ਬਾਡੀ ਬਿਲਡਿੰਗ ਚ ਲੰਘੀ ਹੈ ਨਾ ਬਟ ਹਾਂ ਸੁਲਮਾਨ ਨੂੰ ਇੱਕ ਐਵਿਡ ਮਾਇਰ ਕਰਨ ਦਾ ਜ਼ਰੀਆ ਤਰੀਕਾ ਹੈ ਕਿਉਂਕਿ ਸੰਜੇ ਦਾਤ ਸਲਮਾਨ ਖਾਨ ਇਹ ਕਿ ਇਹਨਾਂ ਨੇ ਟ੍ਰੈਂਡ ਸ਼ੁਰੂ ਕੀਤਾ ਉਸ ਵੇਲੇ ਹਨਾ ਜਦੋਂ ਹਿੰਦੁਸਤਾਨ ਦਾ ਔਰਾ ਚੇਂਜ ਹੋਇਆ ਪੂਰਾ ਬਾਲੀਵੁੱਡ ਦਾ ਉਸ ਵੇਲੇ ਬਾਡੀ ਬਿਲਡਿੰਗ ਇਨੀ ਨਹੀਂ ਸੀਗੀ ਹਨਾ ਸਹੀ ਗੱਲ ਹੈ ਔਨ ਸਕ੍ਰੀਨ ਜਿਹੜਾ ਹੁੰਦੇ ਨਹੀਂ ਸੀ ਸੰਜੇ ਦਾਤ ਲੈ ਕੇ ਆਏ ਸਲਮਾਨ ਖਾਨ ਲੈ ਕੇ ਆਏ ਸਨਿਦੀਓਲ ਲੈ ਕੇ ਆਏ ਸੋ ਉਹ ਚੀਜ਼ ਕਿਤਨਾ ਕਿਤੇ ਉਸ ਵੇਲੇ ਦਿਮਾਗ 'ਚ ਸੀਗੀ ਮੈਂ ਕਿ ਇਹਨਾਂ ਬੰਦਿਆਂ ਨੇ ਸ਼ੁਰੂਆਤ ਕੀਤੀ ਹੈ ਤੇ ਅਸੀਂ ਬਾਡੀ ਬਿਲਡਿੰਗ ਨਾਲ ਜੁੜੇ ਹੋਏ ਸੀਗੇ ਇਸ ਕਰਕੇ ਫਿਰ ਉਹਨਾਂ ਨਾਲ ਜ਼ਿਆਦਾ ਵਧੀਆ ਕਨੈਕਸ਼ਨ ਬਣਿਆ ਉਹ ਮਤਲਬ ਤੁਹਾਡੇ ਫੇਵਰਿਟ ਬਣ ਗਏ ਕਿਉਂਕਿ ਬਾਡੀ ਸੋਹਣੀ ਸੀ ਉਹਨਾਂ ਦੀ ਨਾਲ ਨਾਲ ਟਾਈਗਰ 3 ਦੇ ਵਿੱਚ ਦੇਖ ਕੇ ਤੁਹਾਨੂੰ ਬੜੀ ਰੌਣਹ ਖੁਸ਼ ਹੋਈ ਸੀ ਮੇਰੀ ਹਾਂ ਟਾਈਗਰ 3 ਦੇ ਵਿੱਚ ਇਕੱਲੀ ਬਹੁਤ ਛੋਟਾ ਜਿਹਾ ਸੀਕੁਐਂਸ ਸੀਗਾ ਹਾਲਾਂਕਿ ਮੈਨੂੰ ਉਹਨਾਂ ਪਹਿਲਾਂ ਹੀ ਕਿਹਾ ਇਥੇ ਵਿਰਿੰਦਰ ਬਹੁਤ ਛੋਟਾ ਕੰਮ ਹੈ ਹਾਲੇ ਕੁਝ ਵਿੱਚ ਐਡਿਟ ਵੀ ਕੀਤਾ ਗਿਆ ਬਟ ਡੈਫੀਨਿਟਲੀ ਵਿਦ 샤ਰੂਖ ਖਾਨ ਐਂਡ ਸਲਮਾਨ ਖਾਨ ਦਾ ਨੂੰ ਸਕਰੀਨ ਤੇ ਜਾਣ ਦਾ ਮੌਕਾ ਮਿਲਦਾ ਤਾਂ ਕੋਈ ਵੀ ਮਿਸ ਨਹੀਂ ਕਰੇਗਾ ਕਿਵੇਂ ਐਕਸਪੀਰੀਅੰਸ ਰਿਹਾ ਫਿਰ ਉੱਥੇ ਦਾ ਸੁਪਰ ਬਹੁਤ ਵਧੀਆ ਰਿਹਾ ਔਰ ਦੂਜਾ ਮੇਰਾ ਨਾ ਕੰਮ ਕਰਨ ਦਾ ਮੈਨੂੰ ਇਹ ਜ਼ਿਆਦਾ ਹੈ ਕਿ ਮੈਂ ਦੁਨੀਆ ਵਿੱਚ ਮੇਰੀ ਜਾਨ ਪੇਸ਼ਾਨ ਬੋਡੀ ਬਿਲਡਿੰਗ ਕਰਕੇ ਆਈ ਐ ਸਪੋਰਟਸ ਨੇ ਮੈਨੂੰ ਬਹੁਤ ਇੱਜ਼ਤਮਾਨ ਦਿੱਤਾ ਹੈ ਨਾ ਮੈਂ ਪੂਰੀ ਦੁਨੀਆ ਟ੍ਰੈਵਲ ਕੀਤੀ ਐ ਹਰ ਇੱਕ ਬੰਦਾ ਮੈਨੂੰ ਜਾਣਦਾ ਤੇ ਫਿਰ ਜਦੋਂ ਤੁਸੀਂ ਸਕਰੀਨ ਤੇ ਜਾਂਦੇ ਹੋ ਨਾ ਤੇ ਤੁਹਾਡੀ ਸਪੋਰਟਸ ਪ੍ਰਮੋਟ ਹੁੰਦੀ ਐ ਇਹ ਬੰਦਾ ਕੌਣ ਐ ਉਹ ਯਾਰ ਇਹ ਤਾਂ ਬੋਡੀ ਬਿਲਡਰ ਹੈ ਸਭ ਤੋਂ ਵੱਡੀ ਗੱਲ ਪੰਜਾਬੀ ਵਰਿੰਦਰ ਸਿੰਘ ਹੈ ਬੋਡੀ ਬਿਲਡਰ ਸਾਨੂੰ ਪੰਜਾਬੀ ਹੋਣ ਦਾ ਮਾਣ ਹੁੰਦਾ ਕਿ ਸਾਡਾ ਪੰਜਾਬੀ ਭਰਾ ਨੂੰ ਪੰਜਾਬੀ ਹੋਣ ਦਾ ਮਾਣ ਹੈ ਔਰ ਸਾਨੂੰ ਇਸ ਚੀਜ਼ ਦਾ ਵੀ ਹੁੰਦਾ ਵੀ ਚੱਲ ਇਸ ਸਪੋਰਟਸ ਨੇ ਹੁਣ ਪੇ ਬੈਕ ਕਰਨ ਦਾ ਥੋੜਾ ਟਾਈਮ ਆ ਗਿਆ ਜਦੋਂ ਤੁਸੀਂ ਇੱਕ ਲੈਵਲ ਅਚੀਵ ਕਰ ਲੈਂਦੇ ਹੋ ਫਿਰ ਕਿਤੇ ਨਾ ਕਿਤੇ ਹੁੰਦਾ ਵੀ ਯਾਰ ਹੁਣ ਥੋੜਾ ਜਿਆ ਅਸੀਂ ਜਿਸ ਸਪੋਰਟਸ ਨੇ ਸਾਨੂੰ ਇਹਨਾਂ ਦਿੱਤਾ ਆਪਾਂ ਉਹਨੂੰ ਹੁਣ ਥੋੜਾ ਜਿਆ ਹੋਰ ਪ੍ਰਮੋਟ ਕਰੀਏ ਸੋ ਸਿਨੇਮਾ ਟੀਵੀ ਰੀਲਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਨਾਲ ਚੀਜ਼ਾਂ ਛੇਤੀ ਸਪਰੈਡ ਹੁੰਦੀਆਂ ਹਨ ਸੋ ਮੈਨੂੰ ਕੋ ਚੰਗਾ ਕੰਮ ਆਉਂਦਾ ਤਾਂ ਮੈਂ ਕਰ ਲੈਣਾ ਅਦਰਵਾਈਜ਼ ਮੈਂ ਅਜੇ ਤੱਕ ਕਿਸੇ ਪ੍ਰੋਡਕਸ਼ਨ ਹਾਊਸ ਕੋਲ ਹਮ ਕਦੀ ਕੰਮ ਲੈਣ ਵਾਸਤੇ ਕਦੀ ਵੀ ਨਹੀਂ ਗਿਆ ਅੱਜ ਹੀ ਹੁਣੇ ਸਿੰਗਮ 3 ਦੀ ਕਾਸਟਿੰਗ ਹੋਈ ਹੈ ਤੇ ਦੋ ਤਰੀਕ ਤੋਂ ਸ਼ੂਟ ਹੈ ਤੇ ਉਹਦੇ ਵਿੱਚ ਵੀ ਬਹੁਤ ਵਧੀਆ ਇੱਕ ਰੋਲ ਹੈ ਉਹ ਕੀ ਬਾਤ ਹੈ ਐਕਸਕਲੂਸਿਵ ਸਾਡੇ ਸ਼ੋਅ ਤੇ ਵਾਸ਼ ਨੇ ਰਿਵੀਲ ਕੀਤਾ ਅੱਜ ਹੀ ਹੁਣੇ ਹੁਣੇ ਹੀ ਕਦੋਂ ਸ਼ੂਟਿੰਗ ਸ਼ੁਰੂ ਹੋਣੀ ਦੋ ਦੋ ਤਰੀਕ ਤੋਂ ਸ਼ੂਟ ਹੈ 15 ਤੱਕ ਔਰ ਸਿੰਗਮ ਦੀ ਸਟਾਰ ਕਾਸਟ ਅਕਸ਼ੇਰ ਅਨਵੀਰ ਅਨ ਅਜੇ ਦੇ ਗਨਸੰਕਲਪ ਦੀਪਿਕਾ ਕਰੀਨਾ ਅਕਸ਼ੇਰ ਨੂੰ ਮੈਨੂੰ ਜ਼ਿਆਦਾ ਸ਼ੌਂਕ ਸੀ ਸ਼੍ਰੋਹੀ ਛੱਟੀ ਨਾਲ ਕੰਮ ਕਰਨ ਲੋਕਾਂ ਦੇ ਹੋਣਗੇ ਭਾਜੀ ਅਕਸ਼ੇਰ ਅਨਵੀਰ ਸਾਡੇ ਤਾਂ ਵਿਰਿੰਦਰ ਘੁੰਮਣ ਹੀ ਨੇ ਹਾਂ ਨਹੀਂ ਚਲੋ ਇੱਕ ਤੁਹਾਨੂੰ ਆਪਣੇ ਜਿਹੜੋ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਹੋ ਨਾ ਤੇ ਫਿਰ ਪੰਜਾਬ ਦੇ ਲੋਕਾਂ ਦੀ ਤੁਹਾਡੇ ਨਾਲ ਰਿਸਪੌਂਸਿਬਿਲਟੀ ਵੀ ਜੁੜੀ ਹੁੰਦੀ ਹੈ ਵੀ ਉੱਥੇ ਜਾ ਕੇ ਤੁਸੀਂ ਇੱਕ ਲੈਗੇਸੀ ਨੂੰ ਕੈਰੀ ਕਰਨਾ ਔਰ ਤੁਹਾਡੀ ਡੀਲਡ ਆਲ ਦੇਖ ਕੇ ਤੁਹਾਨੂੰ ਜੇ ਕੰਮ ਲਈ ਬੁਲਾਇਆ ਜਾ ਰਿਹਾ ਤੇ ਇਟ ਮੀਨਸ ਕਿ ਤੁਸੀਂ ਲਾਈਫ 'ਚ ਕੁਝ ਨਾ ਕੁਝ ਅਚੀਵ ਕੀਤਾ ਜਿਵੇਂ ਰਸਤਮੇਂ ਸਰਦਾਰ ਤਾਰਾ ਸਿੰਘ ਸੀਗੇ ਹਨਾ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਤੇ ਫਿਰ ਉਹਨਾਂ ਨੇ ਬਾਲੀਵੁੱਡ ਵਿੱਚ ਜਾ ਕੇ ਬਹੁਤ ਵੱਡਾ ਪਲੇਟਫਾਰਮ ਸੈੱਟ ਕੀਤਾ ਵੱਡੀਆਂ-ਵੱਡੀਆਂ ਫਿਲਮਾਂ ਕੀਤੀਆਂ ਸੋ ਹੁਣ ਥੋੜਾ ਜਿਹਾ ਮੈਨੂੰ ਨਾਲ ਇੱਕ ਬੋਡੀ ਬਿਲਡਿੰਗ ਦੇ ਕਰਦੇ-ਕਰਦੇ ਮੇਨ ਸਟ੍ਰੀਮ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਤੇ ਇੱਕ ਅੱਧੀ ਕਿਸੇ ਪੰਜਾਬੀ ਫਿਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਸਿੰਗਮ ਚ ਸਰੀਰ ਪਾਜੀ ਇਹੀ ਰੱਖਣਾ ਕਿ ਹੋਰ ਕੀ ਕਰਨਾ ਸੇਮ ਐਕਚੁਅਲੀ ਮੈਂ ਕੰਮ ਇਸ ਕਰਕੇ ਜ਼ਿਆਦਾ ਨਹੀਂ ਕਰ ਪਾਉਂਦਾ ਕਿ ਮੈਨੂੰ ਸਾਰੇ ਕਹਿੰਦੇ ਨੇ ਕਿ weight reduce ਕਰ ਆਪਣਾ ਮਸਲ ਘਟਾ ਤੂੰ ਬਹੁਤ ਵੱਡਾ ਦਿਖਦਾ ਔਨ ਸਕਰੀਨ ਹੋਰ 10 15 ਕਿਲੋ ਵੱਡਾ ਦਿਖਦਾ ਬਹੁਤ ਵੱਡੇ ਦਿਖਦੇ ਉਹ ਸਾਹਮਣੇ ਕੋਈ ਕੰਪੈਰੀਜ਼ਨ ਹੀ ਨਹੀਂ ਹੁੰਦਾ ਮੈਂ ਜਦੋਂ ਤੁਹਾਡੀ ਕਬੱਡੀ ਫਿਲਮ ਦੇਖੀ ਪਾਜੀ ਐਕਟ੍ਰੈਸ ਵਿਚਾਰੀ ਨਿੱਕੀ ਜੀ ਲੱਗ ਰਹੀ ਸੀ ਤੁਸੀਂ ਪਾਜੀ ਮਤਲਬ ਜਦੋਂ ਤੁਹਾਡੀ ਸਕਰੀਨ ਸਕਰੀਨ ਕੱਠੀ ਹੁੰਦੀ ਸੀ ਨਾ ਤੁਹਾਡੇ ਡੌਲੇ ਜਿੰਨੀ ਤਾਂ ਵਿਚਾਰੀ ਦਾ ਲੱਕ ਸੀ ਉਹ ਗਾਣਾ ਵੀ ਆਇਆ ਸੀ ਨਾ ਸੇਮ ਸਾਈਜ਼ ਹੈ ਨਹੀਂ ਪਤਲਾ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਕਿੰਨੇ ਇੰਚ ਰਿਹਾ ਵਾਜੀ ਪੀਕ ਤੁਹਾਡਾ ਸਭ ਤੋਂ ਵੱਡਾ ਡੌਲਾ 22 ਇੰਚ ਤੱਕ ਚਲਾ ਗਿਆ 22 ਇੰਚ ਬਹੁਤ ਵੱਡਾ ਹੁੰਦਾ 22 ਇੰਚ ਬਾਈ ਸਾਬ ਉਹ ਵੀ ਲੀਨ ਜਦੋਂ ਤੁਹਾਡਾ ਮਾਸ ਤਿਆਰ ਹੋਵੇ ਬੋਡੀ ਦੇ ਉੱਤੇ ਬਟ ਦੇਖੋ ਫਿਲਮੀ ਦੁਨੀਆ ਇੱਕ ਡਿਫਰੈਂਟ ਹੈ ਉੱਥੇ ਤੇਰੇ ਵਰਗੇ ਚੌਕਲੇਟੀ ਮੁੰਡੇ ਲੀਨ ਬਾਡੀਆਂ ਚਾਹੀਦੀਆਂ ਨੇ ਹੈਨਾ ਸਾਡੇ ਵਰਗੇ ਜਿਹੜੇ ਜਿਹੜੇ ਵੱਡੇ ਬਿਲਡ ਵਾਲੇ ਜਾਂ ਤਾਂ ਕੋਈ ਕਨਸੈਪਟ ਇਦਾਂ ਦਾ ਹੋਵੇ ਕਿ ਜਿਹਦੇ ਵਿੱਚ ਇਦਾਂ ਦਾ ਇਨਸਾਨ ਦੀ ਰਿਕੁਆਇਰਮੈਂਟ ਹੋਵੇ ਸੋ ਇਸ ਕਰਕੇ ਮੇਰੇ ਵਾਸਤੇ ਕੰਮ ਦੀ ਚੋਇਸ ਬਹੁ ਪੰਜਾਬੀ ਫਿਲਮਾਂ ਵਾਲੇ ਤਾਂ ਵੈਸੇ ਹੀ ਉਹ ਤਾਂ ਇਨੇ ਨੇ ਐਕਟਰ ਨੇ ਹੀਰੋ ਨੇ ਜਿਹੜੇ ਉਹ ਤਾਂ ਲੱਗੇ ਨਹੀਂ ਹੁੰਦੇ ਭੱਜ ਜਾਂਦੇ ਨੇ ਵੇਖ ਕੇ ਪਤਾ ਨਹੀਂ ਉਹਨਾਂ ਵਿੱਚ ਕਿਉਂ ਇੱਕ ਹੁੰਦਾ ਨਾ ਇੱਕ ਬੰਦੇ ਦੇ ਵਿੱਚ ਕਿ ਅਸੀਂ ਡੀਮੋਰੀਲਾਈਜ਼ ਆ ਫੀਲ ਕਰਦੇ ਹਾਂ ਉਹ ਐਕਚੁਅਲੀ ਸਕਰੀਨ ਤੇ ਦੇਖਦੇ ਨੇ ਨਾ ਆਪਣੇ ਆਪ ਨੂੰ ਤੇ ਉਹ ਬਿਲਕੁਲ ਕਿ ਮੈਂ ਆਪਣੇ ਆਪਣੇ ਨਾਲ ਤਾਂ ਉਹ ਦੇਖਾ ਮੈਂ ਤਾਂ ਡੋਲੇ ਸੀ ਲੁੱਕ ਜਮਾ ਪੂਰਾ ਬਟ ਚਲੋ ਉਹ ਤੁਹਾਡੀ ਅਚੀਵਮੈਂਟ ਹੈ ਮੇਰੀ ਅਚੀਵਮੈਂਟ ਆਪਾਂ ਇਹਨੂੰ ਕੰਪੇਅਰ ਨਹੀਂ ਕਰ ਸਕਦੇ ਹਾਂ ਬਟ ਹਾਂ ਮੈਂ ਤਾਂ ਕਿਹਾ ਕਿ ਮੈਨੂੰ ਇਸ ਕਰਕੇ ਉੱਥੇ ਬਾਲੀਵੁੱਡ ਦੇ ਵਿੱਚ ਜੇ ਕੋ ਚੰਗਾ ਕੰਮ ਮਿਲਦਾ ਮੈਂ ਡੈਫੀਨਿਟਲੀ ਇਸ ਕਰਕੇ ਕਰ ਲੈਣਾ ਕਿ ਸਾਡੀ ਸਪੋਰਟਸ ਵੀ ਪ੍ਰੋਮੋਟ ਹੋ ਰਹੀ ਹੈ ਨਾਲੇ ਚਾਰ ਪੈਸੇ ਵੀ ਮਿਲ ਜਾਂਦੇ ਨੇ ਤੇ ਨਾਲ ਅਸੀਂ ਆਪਣੇ ਪੰਜਾਬ ਨੂੰ ਆਪਣੇ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸਭ ਤੋਂ ਵਧੀਆ ਮੂਮੈਂਟ ਕਿਹੜੀ ਸਲਮਾਨ ਖਾਨ ਜੀ ਨਾਲ ਸਲਮਾਨ ਖਾਨ ਨਾਲ ਸਭ ਤੋਂ ਵਧੀਆ ਮੂਮੈਂਟਸ ਦੇਖੋ ਐਡੇ ਵੱਡੇ ਜਿਹੜੇ ਤੁਸੀਂ ਸਟਾਰ ਨੂੰ ਮਿਲਦੇ ਨੇ ਸਾਰੀਆਂ ਮੂਮੈਂਟਸ ਵਧੀਆ ਹੁੰਦੀਆਂ ਨੇ ਬਟ ਸਪੈਸ਼ਲ ਜਿਹੜੀ ਮੈਂ ਚਪਕਾ ਲਈ ਮੂਜੇ ਫੈਵਿਕਾਲ ਸੇ ਇਨ ਮਹਿਬੂਬ ਸਟੂਡੀਓ ਤੇ ਅਸੀਂ ਬਾਹਰ ਉਦੋਂ ਮੈਂ ਰੋਰ ਫਿਲਮ ਕਰ ਰਹੀ ਸੀ ਦਾ ਟਾਈਗਰ ਆਫ ਸੁੰਦਰਬਨ ਐਲਨ ਅਮੀਨ ਦੇ ਨਾਲ ਐਕਸ਼ਨ ਕਲਾਸਿਸ ਸਾਡੀਆਂ ਚੱਲਦੀਆਂ ਵੀ ਇਸ ਵਿੱਚ ਸ਼ਾਰਟਸ ਫਾਇ ਹੋਈ ਸੀ ਮੈਂ ਸੈਂਡੋ ਪਾਈ ਸੀ ਲੰਬੇ ਲੰਬੇ ਵਾਲ ਸੀ ਤੇ ਸਾਡਾ ਟਾਸਕ ਸੀਗਾ ਇੱਕ ਪੇੜ ਤੇ ਚੜਨਾ ਉਤਰਨਾ ਕਿਉਂਕਿ ਅਸੀਂ ਆਰਮੀ ਬாய் ਪਲੇ ਕਰ ਰਹੇ ਸੀਗੇ ਔਰ ਅਸੀਂ ਪੰਜ ਸੱਤ ਵਾਰੀ ਰਿਹਸਲਸ ਕਰ ਰਹੇ ਸੀ ਕਰ ਰਹੇ ਸੀ ਮੈਂ ਅਸੀਂ ਨੋਰਾ ਫਾਤੀ ਸੀ ਹੋਰ ਸਾਰੇ ਐਕਟਰ ਆਰਟਿਸਟ ਸੀਗੇ ਸਾਰੇ ਐਂਡ ਕੁਦਰਤੀ ਸਲਮਾਨ ਖਾਨ ਦਾ ਬੋਏ ਗਿਆ ਉਹਨੇ ਜਾ ਕੇ ਸਲਮਾਨ ਨੂੰ ਕਿਹਾ ਕਿ ਯਾਰ ਭਾਈ ਬਾਹਰ ਬੰਦਾ ਆਇਆ ਹੈ ਇੱਕ ਬੜਾ ਖਤਰਨਾਕ ਹੈ ਮੈਂ ਇਤਨੇ ਦਿਨ ਬੜੇ ਬਟਨਾ ਹੈ ਉਸੇ ਐਂਡ ਹੀ ਕਮਸ ਆਊਟ ਬਾਹਰ ਆ ਗਿਆ ਕਿ ਮੈਂ ਦੇਖਣਾ ਕਿਉਂਕਿ ਉਹਨੂੰ ਇਸ ਦਾ ਬਹੁਤ ਸ਼ੌਂਕ ਹੈ ਬਹੁਤ ਸ਼ੌਂਕ ਹੈ ਉਹਨਾਂ ਦੇ ਨਾਲ ਕ੍ਰਿਸ਼ਮਾ ਕਪੂਰ ਸੀ ਐਂਡ ਫਰੀਦਾ ਜਲਾਲ ਜੀ ਸੀਗੇ ਔਰ ਮੈਨੂੰ ਦੂਰੋਂ ਖੜਾ ਦੇਖ ਰਿਹਾ ਫਿਰ ਮੈਨੂੰ ਗੱਲ ਸੋ ਐਂਡ ਚਲੋ ਅਸੀਂ ਜਾ ਕੇ ਹੈਲੋ ਹਾਈ ਕੀਤੀ ਸਸੀਗਾ ਸਸੀਗਾ ਬੁਲਾਈ ਆਪਣੇ ਵਾਸਤੇ ਬੜੀ ਖਾਸ ਮੂਮੈਂਟ ਸੀਗੀ ਕਿਉਂਕਿ ਫਿਰ ਮੈਂ ਦੱਸਿਆ ਮੈਨੂੰ ਮਿਲਿਆ ਜੋ ਉਸ ਤੋਂ ਬਾਅਦ ਮੇ ਤੁਹਾਰਾ ਹੁਣ ਤੁਹਾਨੂੰ ਮਿਲਿਆ ਐਨ ਕਦੇ-ਕਦੇ ਮੈਨੂੰ ਕਹਿੰਦਾ ਆਪਾਂ ਅਗਲੀ ਫਿਲਮ ਸ਼ੇਰਖਾਨ ਇਕੱਠੇ ਕਰ ਰਹੇ ਹਾਂ ਵਾਹ ਬਟ ਵਨ ਲੱਕੀ ਫਿਲਮ ਸਕ੍ਰੈਚ ਹੋ ਗਈ ਮੁੜ ਕੇ ਬਣੀ ਨਹੀਂ ਸੁਹੇਲ ਖਾਨ ਦਾ ਡ੍ਰੀਮ ਪ੍ਰੋਜੈਕਟ ਸੀ ਉਹ ਹੁਣ ਫਿਲਮ ਸ਼ੁਰੂ ਹੋਣੀ ਹੈ ਹੁਣ ਸ਼ੇਰਖਾਨ ਤੇ ਮੈਨੂੰ ਕਹਿਣ ਲੱਗਾ ਆਪਾਂ ਇਕੱਠੇ ਕਰ ਰਹੇ ਹਾਂ ਮੈਂ ਠੀਕ ਹੈ ਜੀ ਸੋ ਇੱਕ ਬੜੀ ਖਾਸ ਮੂਮੈਂਟ ਸੀ ਐਂਡ ਸੈਕੰਡ ਖਾਸ ਹੋ ਸੀ ਅਸੀਂ ਰੌਰ ਫਿਲਮ ਦੀ ਸ਼ੂਟਿੰਗ ਵਾਸਤੇ ਜਾ ਰਹੇ ਸੀ ਸੁੰਦਰਬਨ ਬੰਗਲਾਦੇਸ਼ ਔਰ ਜਦੋਂ ਮੈਂ ਸਟੂਡੀਓ ਤੋਂ ਨਿਕਲਿਆ ਕੰਮ ਕਰਕੇ ਔਰ ਮੈਂ ਗੱਡੀ ਸੀਗਾ ਇਹ ਬਾਈਕ ਤੇ ਸੀਗਾ ਐਂਡ ਸੱਡਨਲੀ ਸਾਡੀ ਲੁੱਕ ਐਕਸਚੇਂਜ ਹੋ ਗਈ ਮੈਨੂੰ ਮੇਰਾ ਦੋਸਤ ਕਹਿੰਦਾ ਸਲਮਾਨ ਜਾ ਰਿਹਾ ਤੇ ਮੈਂ ਸ਼ੇਕ ਹੈਂਡ ਕੀਤਾ ਕਹਿੰਦਾ ਸ਼ੂਟ ਤੇ ਜਾ ਰਿਹਾ ਨਾ ਅੱਜ ਮਤਲਬ ਉਹਨੂੰ ਯਾਦ ਸੀਗਾ ਕਿ ਅੱਜ ਨਾਲ ਸ਼ੂਟਿੰਗ ਤੇ ਜਾਣਾ ਵਾਹ ਸੋ ਬੜੀ ਮਤਲਬ ਚੰਗੇ ਯਾਰ ਬੰਦੇ ਦਾ ਦਿਮਾਗ ਇੰਨਾ ਵੀ ਇੱਕ ਵਾਰ ਹੀ ਮਿਲਿਆ ਔਰ ਮੈਂ ਇਹਨੂੰ ਦੱਸਿਆ ਵੀ ਅਸੀਂ ਬੰਗਲਾਦੇਸ਼ ਸ਼ੂਟਿੰਗ ਵੀ ਜਾ ਰਹੇ ਹਾਂ ਔਰ ਉਹਨੂੰ ਯਾਦ ਆ ਗਈ ਬੈਸਟ ਆਫ ਲੱਕਨੋ 60 ਸੂਟ ਨਾਲ ਲਈ ਧੰਨਵਾਦ ਬਾਈ ਅਸੋ ਇਹਦਾਂ ਦੀ ਚੀਜ਼ਾਂ ਸ਼ੇਅਰ ਹੋ ਰਹੀਆਂ ਐਂਜੋਏ ਤੁਸੀਂ ਕਰ ਰਹੇ ਮਜ਼ਾ ਮੈਨੂੰ ਆ ਰਿਹਾ ਕੋਈ ਹੋਰ ਸਲਮਾਨ ਤੇਰੇ ਨਾਲ ਵੀ ਬਹੁਤ ਇੰਜੋਏ ਕਰਕੇ ਆਇਆ ਹੁਣ ਅਸੀਂ ਉੱਥੇ ਬੈਠੇ ਹੋਏ ਸੀਗੇ ਔਰ ਉਹ ਵੀ ਬਹੁਤ ਮਜ਼ਾ ਆਇਆ ਤੁਹਾਡੇ ਇਕ ਜ਼ਰੀਆ ਦਾ ਇਤਨੀ ਗੱਲਾਂ ਬਾਤਾਂ ਕਰਦਾ ਬੜਾ ਮਜ਼ਾ ਆ ਰਿਹਾ ਸਲਮਾਨ ਖਾਨ ਦੀਨਾਂ ਕੋਈ ਅੱਗੇ ਪ੍ਰੋਜੈਕਟ ਆਣ ਵਾਲਾ ਬਈ ਤੁਹਾਡਾ ਮੇਬੀ ਸ਼ੇਰ ਖਾਨ ਦੇ ਵਿੱਚ ਕੁਝ ਹੋਏਗਾ ਜਿਸ ਤੋਂ ਸ਼ੁਰੂ ਹੁੰਦੀ ਹੈ ਅੱਛਾ ਬਈ ਮੈਂ ਬਾਡੀ ਬਿਲਡਿੰਗ ਦੇ ਲਈ ਮੇਰੇ ਇੱਕ ਮਨ 'ਚ ਸਵਾਲ ਆਇਆ ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਦੇ 'ਚ ਇੱਕ ਬਾਡੀ ਬਿਲਡਰ ਨੇ ਸ਼ੇਕਰ ਨੂੰ ਲੱਤ ਮਾਰੀ ਸੀ ਉਹ ਕੀ ਆ ਮਤਲਬ ਬਾ ਫਾਈਨੈਂਸ਼ੀਅਲ ਸਟਰਕਚਰ ਦੇ ਵਿੱਚ ਨਾ ਇਹ ਸਾਡੀ ਬਦਕਿਸਮਤੀ ਹੈ ਕਿ ক্রিকেট ਤੋਂ ਇਲਾਵਾ ਬਾਕੀ ਜਿੰਨੀਆਂ ਵੀ ਸਪੋਰਟਸ ਹੈਗੀਆਂ ਨੇ ਨਾ ਉਹਨਾਂ ਨੂੰ ਰੈਕੋਗਨਾਈਜੇਸ਼ਨ ਨਹੀਂ ਹੈਗੀ ਰੈਕੋਗਨਾਈਜੇਸ਼ਨ ਕਦੋਂ ਹੈ ਕਿ ਜਦੋਂ ਤੁਸੀਂ 올림픽ਸ ਲੈਵਲ ਤੇ ਪਹੁੰਚ ਜਾਂਦੇ ਹੋ ਜਦੋਂ ਕੁਝ ਅਚੀਵ ਕਰ ਲੈਂਦੇ ਹੋ ਹੁਣ ਮੁੰਡਾ ਨੀਰੇ ਚੋਪੜਾ ਇੰਡੀਵਿਜੂਅਲ 골ਡ ਮੈਡਲ ਲਾਸਟ 올림픽ਸ ਦੇ ਵਿੱਚ ਪਰ ਉਹਨੂੰ ਵੀ ਰੈਕੋਗਨਾਈਜੇਸ਼ਨ ਕਦੋਂ ਮਿਲੀ ਜਦੋਂ ਉਹਨਾਂ ਨੇ 올림픽 ਕੱਢ ਦਿੱਤਾ ਫੜ ਕੇ ਪਰ ਉਸ ਤੋਂ ਪਹਿਲਾਂ ਕੀ ਕਿੱਥੇ ਸੀਗਾ ਪਤਾ ਹੀ ਨਹੀਂ ਕਿਸੇ ਦੁਨੀਆ ਨੂੰ ਹੌਕੀ ਵਾਲੇ ਮੁੰਡੇ ਸਾਡੇ ਅੱਜ ਰੈਕੋਗਨਾਈਜ਼ ਹੋਏ ਐ 브੍ਰੌਂਜ਼ ਲੈ ਕੇ ਆਏ ਐ ਲਾਸਟ ਸਪੋਰਟਸ ਵਿੱਚ ਵੀ 브੍ਰੌਂਜ਼ ਐ ਪਰ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਸਪੋਰਟਸ ਨੇ ਕਬੱਡੀ ਹੋ ਗਈ ਹੌਕੀ ਹੋ ਗਈ ਰੈਸਲਿੰਗ ਹੋ ਗਈ ਵੇਟ ਲਿਫਟਿੰਗ ਹੋ ਗਈ ਬੋਡੀ ਬਿਲਡਿੰਗ ਹੋ ਗਈ ਅੱਜ ਵਰਿੰਦਰ ਸਿੰਘ ਕੋ ਮਿਲਤਾ ਇੰਟਰਵਿਊ ਕਰ ਰਿਹਾ ਕਿਉਂਕਿ ਇੰਨੇ ਕੁਝ ਲੈਵਲ ਅਚੀਵ ਕਰ ਲਿਆ ਪਰ ਜਿਹੜੇ ਮੁੰਡੇ ਸਾਨੂੰ ਦੇਖ ਕੇ ਲੱਗੇ ਹੋਏ ਨੇ ਲਾਈਨ ਦੇ ਵਿੱਚ ਯਾਰ ਅਸੀਂ ਵੀ ਇਹ ਸਪੋਰਟਸ ਕਰਨੀਆਂ ਐ ਜਾਂ ਹੋਰ ਖੇਡਾਂ ਕਰਨੀਆਂ ਨੇ ਉਹਨਾਂ ਨੂੰ ਕੀਤੇ ਰੈਕੋਗਨਾਈਜੇਸ਼ਨ ਨਹੀਂ ਮਿਲਦੀ ਉਹ ਰਿਸਪੈਕਟ ਉਹ ਪੈਸਾ ਇਨਫਰਾਸਟਰਕਚਰ ਐਥਲੀਟ ਕੀ ਮੰਗਦਾ ਐਥਲੀਟ ਕਹਿੰਦਾ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਹੁੰਦੀ ਅਸੀਂ ਪੈਸੇ ਕਰਕੇ ਥੋੜੀ ਸਪੋਰਟਸ ਕਰ ਰਹੇ ਹਾਂ ਇੱਕ ਪੈਸ਼ਨ ਅੰਦਰ ਇੱਕ ਜਨੂਨ ਹੁੰਦਾ ਜਿਹੜਾ ਬੰਦੇ ਨੂੰ ਕੋ ਬੋਡੀ ਬਿਲਡਰ ਬਣਾਉਂਦਾ ਕੋ ਵੇਟ ਲਿਫਟਰ ਬਣਾਉਂਦਾ ਕੋ ਪਹਿਲਵਾਨ ਬਣਾਉਂਦਾ ਕੋ ਕਬੱਡੀ ਖੇਡਦਾ ਉਹ ਸ਼ੌਂਕ ਹੁੰਦਾ ਸ਼ੌਂਕ ਕਰਦੇ ਕਰਦੇ ਇਨਸਾਨ ਦਾ ਪ੍ਰੋਫੈਸ਼ਨ ਬਣ ਜਾਂਦਾ ਬਟ ਐਟ ਲੀਸਟ ਤੁਸੀਂ ਇੱਕ ਬੰਦੇ ਨੂੰ ਇੱਕ ਇੱਜ਼ਤ ਮਾਨ ਸਨਮਾਨ ਦਾ ਚਿੰਨਾ ਤਾਂ ਵਧੀਆ ਦਿਓ ਨਾ ਉਹਨੂੰ 200 ਰੁਪਏ ਦਾ ਸ਼ੇਕਰ ਦੇ ਰਹੇ ਹੋ 10 ਕਿਲੋ ਤੋ ਉਹਦੇ ਵਿੱਚ ਕਿਤਨਾ ਕਿਤੇ ਡਿਸਰੈਸਪੈਕਟ ਤਾਂ ਹੁੰਦੀ ਹੈ ਨਾ ਕਿ ਤੁਸੀਂ ਇੱਕ ਸਪੋਰਟਸਮੈਨ ਨੂੰ ਬਣਦੀ ਇੱਜ਼ਤ ਮਾਣ ਦਿਓ ਠੀਕ ਹੈ ਪੈਸੇ ਨਾ ਦਿਓ ਰੈਕੋਗਨਾਈਜੇਸ਼ਨ ਹੋਵੇ ਬਟ ਸਾਡੇ ਹਿੰਦੁਸਤਾਨ ਦੇ ਵਿੱਚ ਅੱਜ ਦੇਖੋ ਕ੍ਰਿਕਟ ਇੱਕ ਈ ਛਾਈ ਹੋਈ ਹੈ ਕਿ ਇਟਸ ਲਾਈਕ ਅ ਫੁਲੀ ਗੈਂਬਲ ਪੈਸਾ ਫਿਕਸਿੰਗ ਮਨੀ ਗਲੈਮਰ ਸਭ ਕੁਝ ਇਤੋਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਹਾਲਾਂਕਿ ਮੈਂ ਖੁਦ ਕ੍ਰਿਕਟ ਖੇਡਦਾ ਰਿਹਾ ਬਟ ਮੈਂ ਪਰਸਨਲੀ ਇਸ ਗੇਮ ਨੂੰ ਹੁਣ ਮੈਂ ਨਾ ਐਡਮਾਇਰ ਇਸ ਕਰਕੇ ਨਹੀਂ ਕਰਦਾ ਕਿਉਂਕਿ ਇਹਦੇ ਅੰਡਰ ਗਵਰਨਮੈਂਟ ਦੀਆਂ ਨੀਤੀਆਂ ਇਦਾਂ ਦੀ ਬਣ ਗਈਆਂ ਕਿ ਬਾਕੀ ਸਾਰੀਆਂ ਖੇਡਾਂ ਥੱਲੇ ਇਹ ਚ ਪੈਸਾ ਬਹੁਤ ਇਨਵੋਲ ਹੋ ਗਿਆ ਪੈਸਾ ਇਨਵੋਲ ਹੋ ਦੇਖੋ ਤੁਸੀਂ ਦੁਨੀਆ ਦੇ 10 12 ਮੁਲਕੀ ਖੇਡਦੇ ਪਏ ਨੇ ਬਾਕੀ ਦੁਨੀਆ ਕ੍ਰਿਕਟ ਥੋੜਾ ਖੇਡਦੀ ਪਈ ਹੈ ਬਾਕੀਆਂ ਸਪੋਰਟਸ ਹੈਗੀਆਂ ਨੇ ਹੋਰ ਬਹੁਤ ਸਾਰੀਆਂ ਉਹਨਾਂ ਉੱਤੇ ਪੈਸਾ ਲੱਗਣਾ ਚਾਹੀਦਾ ਬਾਕੀ ਫਟਰੀਆਂ ਨੂੰ ਵੀ ਤੁਸੀਂ ਮੌਕਾ ਦਿਓ 6 7 ਮੈਡਲ ਆਏ ਨੇ ਅਮਰੀਕਾ ਤੋਂ 141 ਆਏ ਨੇ ਤੁਸੀਂ ਦੇਖੋ ਕਿ ਉੱਥੇ ਕ੍ਰਿਕਟ ਖੇਡਦੇ ਆ ਨਹੀਂ ਖੇਡਦੇ ਨਾ ਬਟ ਇਹ ਨਹੀਂ ਕ੍ਰਿਕਟ ਵੀ ਖੇਡੋ ਉਹਨਾਂ ਨੂੰ ਮਾਨ ਸਨਮਾਨ ਦਿਓ ਅਸੀਂ ਇਹ ਨਹੀਂ ਕਹਿੰਦੇ ਬਟ ਜਿਹੜੀਆਂ ਬਾਕੀਆਂ ਆਦਰ ਸਪੋਰਟਸ ਵੀ ਹੈਗੀਆਂ ਨਾ ਉਹਨਾਂ ਨੂੰ ਵੀ ਚੁੱਕ ਕੇ ਬਰਾਬਰ ਲੈ ਕੇ ਆਉਣਾ ਚਾਹੀਦਾ ਭਾਈ ਬੋਡੀ ਬਿਲਡਰ ਆਪਣਾ ਫਾਈਨੈਂਸ਼ੀਅਲ ਸਟੇਟਸ ਕਿਵੇਂ ਸੈੱਟ ਕਰੇ ਜਿਵੇਂ ਕਈ ਵਾਰ ਵੀਡੀਓਜ਼ ਵਾਇਰਲ ਹੁੰਦੀਆਂ ਕਿ ਕੇਲੇ ਦੀ ਰੇੜੀ ਲਾ ਰਿਹਾ ਕੋਈ ਬੋਡੀ ਬਿਲਡਰ ਕੰਪੀਟੀਸ਼ਨ ਲੜ ਕੇ ਵੱਡੇ ਵੱਡੇ ਮੈਂ ਵੀ ਦੇਖੀਆਂ ਮੈਂ ਮਿਲਿਆ ਵੀ ਉਹਨਾਂ ਬੋਡੀ ਬਿਲਡਰਸ ਨੂੰ ਜੇ ਇੱਕ ਬੋਡੀ ਬਿਲਡਰ ਦੇ ਪੋਡਕਾਸਟ ਸੁਣ ਰਿਹਾ ਉਹ ਉਹਨੂੰ ਸਲਾਹ ਦਿਓ ਕਿ ਉਹ ਵਿਚਾਰਾ ਫਾਈਨੈਂਸ਼ੀਅਲ ਸਟੇਟਸ ਕਿਵੇਂ ਸੈੱਟ ਕਰੇ ਆਪਣਾ ਦੇਖੋ ਹਰੇਕ ਇਨਸਾਨ ਦੀ ਡੈਸਟਨੀ ਫਾਈਨੈਂਸ਼ੀਅਲੀ ਆਪਣਾ ਆਪਣੇ ਮੁਕੱਦਰ ਦੀ ਗੱਲ ਹੁੰਦੀ ਹੈ ਮੈਂ ਬਹੁਤ ਸਾਰੇ ਐਸੇ ਲੋਕ ਵੀ ਦੇਖੇ ਜਿਹੜੇ ਜ਼ਿੰਦਗੀ 'ਚ ਪਹਿਲਾਂ ਬਹੁਤ ਕਾਮਯਾਬ ਸੀਗੇ ਫਿਰ ਉਹਨਾਂ ਨੂੰ ਬੜਾ ਮਾੜਾ ਟਾਈਮ ਵੀ ਦੇਖਣਾ ਪਿਆ ਸੋ ਅਸੀਂ ਵੀ ਇਨਸਾਨ ਆ ਬਾਡੀ ਬਿਲਡਰ ਹੋਣ ਤੋਂ ਪਹਿਲਾਂ ਤਾਂ ਇਨਸਾਨ ਹੀ ਆ ਨਾ ਅਸੀਂ ਆਪਣਾ ਲੱਕ ਆਪਣੀ ਕਿਸਮਤ ਲੈ ਕੇ ਪੈਦਾ ਹੋਏ ਆ ਬਟ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਤੁਹਾਡਾ ਚੰਗਾ ਟਾਈਮ ਹੀ ਰਹੇ ਬਟ ਹਾਂ ਹੁਣ ਮੈਂ ਤਾਂ ਹੀ ਕਿਹਾ ਵੀ ਐਥਲੀਟਸ ਨੂੰ ਇੱਕ ਆਪਣੀ ਅਵੇਅਰਨੈਸ ਇੱਕ এডੂਕੇਸ਼ਨ ਇੱਕ ਆਪਣੀ ਸੈਲਫ ਗਰੋਮਿੰਗ ਇਹਨਾਂ ਤੇ ਕੰਮ ਕਰਨਾ ਚਾਹੀਦਾ ਸੋਸ਼ਲ ਮੀਡੀਆ ਇੱਕ ਕਿਦਾਂ ਦਾ ਮਾਧਿਅਮ ਹੈਗਾ ਜਿੱਥੋਂ ਤੁਸੀਂ ਲੱਖਾਂ ਲੋਕਾਂ ਨੂੰ ਅਪਰੋਚ ਕਰ ਸਕਦੇ ਹੋ ਆਪਣੇ ਟੈਲੈਂਟ ਬਾਰੇ ਲੋਕਾਂ ਨੂੰ ਦੱਸ ਸਕਦੇ ਹੋ ਔਰ ਤੁਸੀਂ ਇੱਕ ਮੈਨੂੰ ਲੱਗਦਾ ਵੀ ਇੱਕ ਜਿਹੜਾ ਪਰਸਨਲ ਟ੍ਰੇਨਰ ਹੈ ਕਿਤੇ ਨਾ ਕਿਤੇ ਜੇ ਸਰਕਾਰ ਥੋੜੀ ਬਹੁਤੀ ਸਪੋਰਟ ਕਰੇ ਕੁਝ ਸਬਸਿਡੀ ਮਿਲੇ ਉਹਨੂੰ ਇੱਕ ਬੰਦਾ ਆਪਣਾ 5-7-10 ਲਾ ਕੇ ਜਿਮ ਖੋਲ੍ਹ ਸਕਦਾ ਅੱਛਾ ਜਿਮ ਦੇ ਵਿੱਚ ਕੀ ਹੈ ਤੁਸੀਂ ਚਾਰ ਪੈਸੇ ਅਰਨ ਵੀ ਕਰ ਸਕਦੇ ਹੋ ਨਾਲੇ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਹੋ ਜਿਹੜੇ ਲੋਕ ਉੱਥੇ ਆਉਣਗੇ ਉਹ ਵੀ ਫਿੱਟ ਹੋਣਗੇ ਤੁਸੀਂ ਵੀ ਆਪਣੀ ਫਿਟਨੈਸ ਨੂੰ ਕੈਰੀ ਕਰ ਸਕਦੇ ਹੋ ਸਾਡੇ ਪੰਜਾਬ ਚੋਂ ਨਸ਼ਿਆਂ ਚੋਂ ਕੱਢਣ ਦੇ ਦੋ ਚਾਰ ਪੰਜ ਬੰਦਿਆਂ ਨੂੰ ਤੁਸੀਂ ਕੰਮ ਵੀ ਦੇ ਸਕਦੇ ਹੋ ਸੋ ਇੱਕ এমਪਲੋਇਮੈਂਟ ਵੀ ਜਨਰੇਟ ਹੋ ਗਿਆ ਇੱਕ ਕੰਮ ਵੀ ਜਨਰੇਟ ਹੋ ਗਿਆ ਇੱਕ ਤਰ੍ਹਾਂ ਦੀ ਇੰਡਸਟਰੀ ਜਨਰੇਟ ਹੋ ਗਈ ਸੋ ਲਾਸਟ ਵੀ ਅਸੀਂ ਮਿਸਟਰ ਲੁਧਿਆਣਾ ਇੱਕ ਚੈਂਪੀਅਨਸ਼ਿਪ ਤੇ ਮੈਂ ਗਿਆ ਤਾਂ ਉੱਥੇ ਵੀ ਮੈਂ ਰਿਕੁਐਸਟ ਕੀਤੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਐਟਲੀਸਟ ਹਰੇਕ ਪਿੰਡ ਦੇ ਵਿੱਚ ਚੰਗੇ ਮੁੰਡੇ ਦੇਖ ਕੇ ਜਾਂ ਇੱਕ ਇਦਾਂ ਦੀ ਪਾਲਿਸੀ ਲਿਆਂਦੀ ਜਾਵੇ ਕਿ ਜਿੰਮਸ ਦੇ ਵਿੱਚ ਇੱਕ ਸਬਸਿਡੀ ਦਿੱਤੀ ਜਾਵੇ ਤਾਂ ਕਿ ਜਿਹੜੇ ਮੁੰਡੇ ਨੇ ਸ਼ੌਂਕੀਆ ਤੌਰ ਤੇ ਕਰਦੇ ਪਏ ਨੇ ਉਹ ਇਹਨੂੰ ਐਜ਼ ਅ ਪ੍ਰੋਫੈਸ਼ਨ ਵੀ ਅਡਾਪਟ ਕਰ ਲੈਣ ਉਹਨਾਂ ਦਾ ਪੈਸ਼ਨ ਵੀ ਪੂਰਾ ਹੋ ਜਾਵੇ ਤੇ ਪੈਸੇ ਵੀ ਚਾਰ ਕਮਾ ਲੈ ਜਾਣ ਬਾਕੀ ਥੋੜਾ ਜਿਹਾ ਸਟ੍ਰੈਟੇਜੀ ਨੂੰ ਬਣਾ ਕੇ এডੂਕੇਸ਼ਨ ਦੇ ਤਰੀਕੇ ਨਾਲ ਤੁਸੀਂ ਆਪਣੀ ਗਰੂਮਿੰਗ ਤੇ ਕੰਮ ਕਰੋ ਤੇ ਬਾਡੀ ਬਿਲਡਿੰਗ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਇੰਡਸਟਰੀਜ਼ ਵੀ ਹੈਗੀਆਂ ਨੇ ਅੱਜ ਕੱਲ ਕਿਉਂਕਿ ਕਾਰਪੋਰੇਟ ਵਰਲਡ ਹੋ ਗਿਆ ਹੈ ਮਾਰਕੀਟਿੰਗ ਹੈ ਡੱਬੇ ਵਾਲੇ ਜਿਹੜੇ ਜਿੰਨੇ ਵੀ ਬ੍ਰਾਂਡਸ ਨੇ ਕੰਪਨੀਆਂਜ਼ ਨੇ ਉਹਨਾਂ ਨੂੰ ਐਥਲੀਟਸ ਫੇਸ ਚਾਹੀਦੇ ਹੁੰਦੇ ਨੇ ਡੱਬੇ ਤੋਂ ਆਇਆ ਪ੍ਰੋਟੀਨ ਕੇ ਡੱਬੇ ਪ੍ਰੋਟੀਨ ਦੇ ਡੱਬੇ ਕਹਿ ਲਈਏ ਨਾ ਇਹ ਹੈਲਥ ਸਪਲੀਮੈਂਟਸ ਐਕਚੁਅਲੀ ਜਿਹੜੇ ਥੀਸ ਆਲ ਆਰ ਹੈਲਥ ਸਪਲੀਮੈਂਟਸ ਉਹਨੂੰ ਜਿਹਨੂੰ ਨਹੀਂ ਪਤਾ ਵਿਚਾਰਾ ਡੱਬਾ ਕਹਿ ਦਿੰਦਾ ਬਟ ਉਹ ਹੈ ਕੀ ਹੈ ਸਪੋਜ਼ ਮੰਨ ਲਓ ਕਿ ਮੇਰੀ ਪ੍ਰੋਟੀਨ ਦੀ ਕੁਆਂਟੀਟੀ ਦੀ ਰਿਕੁਆਇਰਮੈਂਟ ਰੋਜ਼ 300 ਗ੍ਰਾਮ ਹੈ ਹੁਣ ਮੈਂ 300 ਗ੍ਰਾਮ ਸਾਰੀ ਵੈਜੀਟੇਰੀਅਨ ਡਾਈਟ ਤੋਂ ਜਾਂ ਮੈਂ ਦੁੱਧ ਤੋਂ ਜਾਂ ਮੈਂ ਦਹੀਂ ਤੋਂ ਪਨੀਰ ਤੋਂ ਪੂਰੀ ਨਹੀਂ ਕਰ ਸਕਦਾ ਇਨਾ ਐਕਸੈਸ ਮੈਂ ਨਹੀਂ ਖਾ ਸਕਦਾ ਸੋ ਜਿਹੜੀ ਪ੍ਰੋਟੀਨ ਹੈ ਦੈਟ ਇਜ਼ ਦਾ ਬਾਇਓ ਪ੍ਰੋਡਕਟ ਆਫ ਮਿਲਕ ਉਹ ਪਨੀਰ ਬਣਾ ਕੇ ਉਹਦੇ ਵਿੱਚ ਉਹਨੂੰ ਰਿਸੋਰਸ ਕਰ ਲਿਆ ਜਾਂਦਾ ਫਿਰ ਉਹਨੂੰ ਸੁਕਾ ਕੇ ਪਾਊਡਰ ਬਣਾ ਲਿਆ ਜਾਂਦਾ ਸੋ that is health supplement ਜੇ ਕਿਤੇ ਮੈਨੂੰ ਲੋਡ ਹੈ ਮੈਂ ਟਰੈਵਲ ਕਰ ਰਿਹਾ ਜਾਂ ਮੇਰੀ ਪ੍ਰੋਟੀਨ ਨਹੀਂ ਪੂਰੀ ਹੋ ਰਹੀ ਤੋ ਮੈਂ ਸਪਲੀਮੈਂਟ ਨੂੰ ਲੈ ਲੈਣਾ ਸੋ ਸਪਲੀਮੈਂਟਸ ਖਾਣ ਦਾ ਦੁਨੀਆ ਦੇ ਵਿੱਚ ਕੋਈ ਵੀ ਅਜੇ ਤੱਕ ਤੁਹਾਡੀ ਬੋਡੀ ਤੇ ਕੋਈ ਸਾਈਡ ਇਫੈਕਟ ਨਹੀਂ ਹਾਂ ਜੈਨੂਇਨ ਤੇ ਆਥੈਂਟਿਕ ਹੋਣੇ ਚਾਹੀਦੇ ਆ ਪ੍ਰੋਬਲਮ ਕਿੱਥੇ ਜਾ ਕੇ ਹੁੰਦੀ ਹੈ ਜਦੋਂ ਅਸੀਂ ਬੈਨਡ ਸਬਸਟੈਂਸਸ ਮੈਡੀਸਿਨਸ ਸਟੀਰੋਇਡਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਨੇ ਆ ਫਿਰ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਤੁਸੀਂ ਕਿੰਨੇ ਸਕੂਪ ਲੈਨੇ ਹੋਏ ਪ੍ਰੋਟੀ ਮੇਰੇ ਪੰਜ ਛੇ ਸਕੂਪਸ ਹੁੰਦੇ ਨੇ ਤਿੰਨ ਸ਼ੇਕ ਹੁੰਦੇ ਆ ਮੇਰੇ ਤਿੰਨ ਕਿ ਸ਼ੇਕਸ ਹੁੰਦੇ ਆ ਬਾਕੀ ਫਿਰ ਘਰ ਦੀ ਜਿਹੜੀ ਡਾਈਟ ਹੈ ਉਹਨੂੰ ਨਾਲ ਕਰਕੇ ਬੈਲੈਂਸਡ ਡਾਈਟ ਕਰਕੇ ਇੱਕ ਸਰਪਲਸ ੀਲਸ ਕੈਲਰੀਜ਼ ਦਾ ਕੰਪੋ ਬਣਾ ਕੇ ਕਿਉਂਕਿ ਹੁਣ ਮੈਂ ਇੱਕ ਐਲੀਟ ਲੈਵਲ ਤੇ ਜਾ ਚੁੱਕਾ ਨਾ ਇਸ ਕਰਕੇ ਕਿਉਂਕਿ ਮੇਰੀ ਰਿਕੁਆਇਰਮੈਂਟ ਹੈ ਬਟ ਵੈਨ ਜਦੋਂ ਮੈਂ ਫਿਟਨੈਸ ਲਈ ਕਰਦਾ ਸੀਗਾ ਤੇ ਉਦੋਂ ਇਨੀ ਖਰਾਕ ਨਹੀਂ ਸੀ ਖਰਾਕ ਵੀ ਵਿਦ ਦਾ ਟਾਈਮ ਜਿਵੇਂ ਜਿਵੇਂ ਤੁਹਾਡੀ ਪਰਫਾਰਮੈਂਸ ਵੱਧਦੀ ਹੈ ਜਿਵੇਂ ਇਹ weight category ਵੱਧਦੀ ਹੈ ਵੀ ਖਰਾਕ ਵੀ ਬੋਡੀ ਦੇ ਟਾਈਪ ਦੇ ਹਿਸਾਬ ਨਾਲ ਅੱਜ ਕਿੰਨਾ weight ਹੈ ਤੁਹਾਡਾ 140 kg 140 ਭਾਜੀ ਇਹ ਪੱਟਾਂ ਦਾ ਰਾਜ ਕੀ ਹੈ ਜਿਹੜੇ ਤੁਹਾਡੇ ਪੱਟ ਮਸ਼ਹੂਰ ਨੇ ਪੂਰੇ ਪੱਟ ਯਾਰ ਐਕਚੁਅਲੀ ਪਹਿਲਾਂ ਕੀ ਹੈ ਦੇਖੋ ਜਿਹੜੇ ਸਾਡੇ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਨਾ ਬੋਡੀ ਬਿਲਡਿੰਗ ਦੀ ਮੈਨੂੰ ਪਤਾ ਸੀ ਕਿ ਮੈਂ ਬਹੁਤ ਲੰਮਾ ਹਾਂ ਮੈਂ ਟਾਲ ਹਾਂ ਟਾਲ ਹਾਈਟ ਦੇ ਵਿੱਚ ਮਸਲਸ ਨੂੰ ਫਿਲ ਕਰਨਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਦੁਨੀਆ ਦੇ ਜਿੰਨੇ ਵੀ ਮਿਸਟਰ 올ੰਪੀਆ ਅੱਜ ਤੱਕ ਬਣੇ ਨੇ ਨਾ ਉਹ ਤੇਰੀ ਹਾਈਟ ਦੇ ਨੇ ਸਾਰੇ ਹੁਣ ਡਾਇਰੈਕਟ ਰਨਸ ਫੋਰਡ ਬਣਿਆ ਫਿਰ ਸੁਬਾਹ ਦਾ ਪਹਿਲਾਂ ਹਾਦੀ ਬਣਿਆ ਫਿਲ ਹੀਟ ਬਣਿਆ ਸ਼ਾਰਟ ਹਾਈਟ ਬੰਦੇ ਦੀ ਬਾਡੀ ਜਿਹੜੀ ਬਹੁਤ ਛੇਤੀ ਘਰਤ ਚ ਆ ਜਾਂਦੀ ਹੈ ਬਹੁਤ ਛੇਤੀ ਫੁੱਲ ਹੋ ਜਾਂਦੀ ਹੈ ਲੰਬੇ ਬੰਦੇ ਨੂੰ ਬਹੁਤ ਚੈਲੰਜ ਹੈ ਆਰਨਲ ਸ਼ਵਾਰਜ਼ਨੇਗਰ ਨੂੰ ਆਪਣੇ ਕਾਫ ਬਣਾਉਣ ਵਾਸਤੇ ਲੈਗਸ ਬਣਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਸੀ ਬਹੁਤ ਲੰਬਾ ਸੀਗਾ ਸੋ ਚੀਜ਼ ਮੈਨੂੰ ਕਿਤੇ ਨਾ ਕਿਤੇ ਮੈਂ ਉਹਦੀ ਵੀਡੀਓਜ਼ ਦੇਖਦਾ ਸੀਗਾ ਬਟ ਮੈਂ ਜਦੋਂ ਜਿਮ ਚ ਜਾਂਦਾ ਸੀਗਾ ਨਾ ਅੱਜ ਵੀ 6 ਦਿਨ ਦੀ ਟ੍ਰੇਨਿੰਗ ਇੱਕ ਪਾਸੇ ਲੈਗਸ ਦੀ ਟ੍ਰੇਨਿੰਗ ਮੇਰੇ ਕੋਲ ਪਾਸੇ ਬਰਾਬਰ ਹੁੰਦੀ ਹੈ ਕੀ ਆ ਤੁਹਾਡੀ ਲਗਦੀ ਟ੍ਰੇਨਿੰਗ ਦੱਸੋ ਸਕਾਟ ਡੈੱਡ ਲਿਫਟ ਦੈਨੋ ਸਵੇਰ ਲੈਗ ਪ੍ਰੈਸ ਲੈਂਚ ਚੇਜ਼ ਹਰ ਇੱਕ ਐਕਸਰਸਾਈਜ਼ ਔਰ ਮੈਂ ਇੱਕ ਪਤਾ ਨਹੀਂ ਮੇਰੇ ਅੰਦਰ ਜਾਂਦਾ ਇਹ ਭੂਤ ਆ ਜਾਂਦਾ ਜਦੋਂ ਮੈਂ ਲੈਗਸ ਲਾਉਣੀ ਹੁੰਦੀ ਹੈ ਉਹ ਮੇਰਾ ਮੁੰਡਾ ਬੈਠਾ ਹੈ ਪਹਿਲਾਂ ਉਹਨੂੰ ਫੋਨ ਕਰ ਦੇਣਾ ਅੱਜ ਮੈਂ ਅੱਧਾ ਘੰਟਾ ਪਹਿਲਾਂ ਆ ਜਾਣਾ ਜਿਮ ਰੈਡੀ ਕਰ ਲੈ ਅੱਜ ਅਸੀਂ ਲੈਗ ਲਾਉਣੀ ਆ ਲੈਗ ਲਾਉਂਦਾ ਮਤਲਬ ਇੱਕ ਡਿਫਰੈਂਟ ਮਾਈਂਡਸੈਟ ਕਿਉਂਕਿ ਥਿਸ ਇਜ਼ ਦਾ ਫਾਊਂਡੇਸ਼ਨ ਆਫ ਅਵਰ ਬਾਡੀ ਜਿਵੇਂ ਅਸੀਂ ਕੋਈ ਇਮਾਰਤ ਬਣਾਉਂਦੇ ਆ ਨਾ ਉਹਦੀ ਨੀ ਉਹਦਾ ਬੇਸ ਆ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਇਹ ਪੱਟ ਹੋਗੇ ਸਾਡੇ ਇਹ ਗਲੂਟਸ ਹੋਗੇ ਇਹ ਸਾਡੇ ਪਾਵਰ ਹਾਊਸ ਆ ਜੇ ਸਾਡੀ ਪਾਵਰ ਹਾਊਸ ਦੇ ਵਿੱਚ ਪਾਵਰ ਕੱਟ ਹੋਏਗੀ ਤੇ ਬੋਡੀ ਤੇ ਸਪਲਾਈ ਨਹੀਂ ਹੋਏਗੀ। ਹੂੰ ਜਿੰਨੇ ਵੀ ਇੰਪੋਰਟੈਂਸੀ ਆਉਂਦੀ ਹੈ ਕਹਿੰਦੇ ਜੇ ਅਸੀਂ ਕਮਜ਼ੋਰ ਫੀਲ ਕਰਦੇ ਆ ਚਿੱਟ ਤਗੜੇ ਹੋਣੇ ਚਾਹੀਦੇ ਆ। ਐਕਸਰਸਾਈਜ਼ ਕਰੋ ਹਣਾ। ਜਿੱਦ ਦਮ ਹੋਣਾ ਚਾਹੀਦਾ। ਹਾਂ ਬਿਲਕੁਲ ਸਕਵਾਟਿੰਗ ਕਰੋ ਤੁਸੀਂ ਉਹਦੇ ਆਪਣੇ ਗਲੂਟਸ ਨੂੰ ਟ੍ਰੇਨ ਕਰੋ। ਤੁਸੀਂ ਰਿਜ਼ਲਟ ਦੇਖੋ ਤੁਹਾਨੂੰ ਕਿਸੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਪਈ। ਕਿੰਨੀ ਦੇਰ ਦਾ ਵਰਕਆਊਟ ਹੁੰਦਾ bari ਤੁਹਾਡਾ ਲੈਗਸ ਦਾ? ਮੇਰਾ ਲੈਗਸ ਬਿਲਕੁਲ ਤਿੰਨ ਘੰਟੇ ਦਾ ਸੈਸ਼ਨ ਹੁੰਦਾ। ਤਿੰਨ ਘੰਟੇ ਔਰ ਉਦੋਂ ਨਿਕਲੀ ਦਾ ਵਾਰ ਜਦੋਂ ਬਾਡੀ ਵੀ ਕੰਨ ਤੇ ਲੋਕ ਕਹਿੰਦੇ ਨੇ ਓਵਰ ਟ੍ਰੇਨ ਨਹੀਂ ਕਰੀਦਾ 50 ਮਿੰਟ ਤੋਂ ਬਾਅਦ ਐਕਸਰਸਾਈਜ਼ ਲਾਈ ਦੀ ਕੁਝ ਨਹੀਂ ਹੈ ਦੇਖੋ 올ਡ ਸਕੂਲ ਟ੍ਰੇਨਿੰਗ ਇਜ਼ ਅ ਬੈਸਟ ਠੀਕ ਹੈ ਉਹਦੇ ਵਾਸਤੇ ਤੁਹਾਡੀ ਆਪਣੀ ਬਾਡੀ ਦਾ ਮੈਂ ਕਹਿੰਦਾ ਹਰ ਬਾਡੀ ਦਾ ਆਪਣਾ ਰਿਕਵਰੀ ਟਾਈਮ ਹੈ ਆਪਣੀ ਬਾਡੀ ਦਾ ਆਪਣਾ ਪਰਫਾਰਮ ਕਰਨ ਦਾ ਤਰੀਕਾ ਹੈ ਸੋ ਮੇਰੀ ਬਾਡੀ ਮੈਨੂੰ ਪਤਾ ਮੈਂ ਦੋ ਸੈਸ਼ਨ ਦੱਬ ਕੇ ਲਾ ਲਵਾਂ ਨਾ ਤੇ ਮੇਰੇ ਲੈਗਸ ਫਟਣ ਵਾਲੇ ਹੋ ਜਾਂਦੇ ਆ ਕਿਉਂਕਿ ਉਹ ਮੇਰੇ ਜੀਨਸ ਇਸ ਤਰ੍ਹਾਂ ਨਾ ਰਿਐਕਟ ਕਰਦੇ ਆ ਮੇਰੇ ਜਿਹੜੇ ਬਾਡੀ ਦੇ ਮਸਲ ਨਹੀਂ ਨਾ ਰਿਐਕਟ ਕਰਦੇ ਆ ਬਟ ਲੈਗਸ ਵਾਲੇ ਦਿਨ ਹਾਂ ਮੈਂ ਬੱਚਿਆਂ ਨੂੰ ਕਹਿੰਨਾ ਵੀ ਤੁਸੀਂ ਲੈਗਸ ਨੂੰ ਕਦੀ ਵੀ ਸਕਿਪ ਨਹੀਂ ਕਰਨਾ ਪੂਰੀ ਡੈਡੀਕੇਸ਼ਨ ਨਾਲ ਪੂਰੀ એનર્ਜੀ ਨਾਲ ਹਫਤੇ ਚ ਕਿੰਨੀ ਵਾਰੀ ਦੋ ਦਿਨ ਟ੍ਰੇਨ ਕਰੋ ਲੈਗਸ ਨੂੰ ਕਿਹੜੇ ਕਿਹੜੇ ਦਿਨ ਇਹ ਤਿੰਨ ਦਿਨ ਬਾਕੀ ਬਾਡੀ ਕਰਕੇ ਚੌਥੇ ਦਿਨ ਲੈਗਸ ਕਰ ਲਓ ਫਿਰ ਤਿੰਨ ਦਿਨ ਬਾਡੀ ਕਰਕੇ ਚੌਥੇ ਦਿਨ ਰੈਸਟ ਕਰ ਲਓ ਤੇ ਭਾਜੀ weight lifting ਵੀ ਕਰਦੇ ਹੋ ਮਤਲਬ ਹੈਵੀ weight ਕਿੰਨਾ ਲਾਇਆ ਅਜ ਤੱਕ squat ਦਾ ਦੇਖੋ weight lifting ਮੈਂ ਜਿਸ ਦਿਨ ਮੇਰੀ spine injury ਹੋਈ ਸੀ ਨਾ ਉਸ ਦਿਨ ਮੈਂ ਬਹੁਤ ਜ਼ਿਆਦਾ ਪੰਗਾ ਲੈ ਲਿਆ ਸੀ 3 ਹੈਂਡਲਾ ਮੇਰਾ ਸੀ 6 ਤੇ ਸੀ 7 ਹੈ ਨਾ ਦੋਨੇ ਬल्ज ਹੋ ਗਏ ਅੰਦਰ ਦੱਬੇ ਗਏ ਦੈਨ ਉਸ ਤੋਂ ਬਾਅਦ ਮੇਰੀ ਜਿਹੜੀਆਂ ਬ੍ਰੈਕ ਕਿਲ ਪੈਕਸਿਸ ਦੇ ਨਰਵਸ ਹੁੰਦੀਆਂ ਨੇ ਨਾ ਬਹੁਤ ਰੀਅਰ ਇੰਜਰੀ ਹੁੰਦੀ ਹੈ ਕਿਸੇ ਨੂੰ ਹੁੰਦੀ ਨਹੀਂ ਔਰ ਉਹਦੇ ਨਾਲ ਕੀ ਹੋਇਆ ਕਿ ਮੇਰੀ ਲੈਫਟ ਸਾਈਡ ਦੀ ਪੂਰੀ ਸਪਲਾਈ ਬੰਦ ਹੋ ਗਈ ਮੇਰਾ ਪੈਕਟੋਰੀਅਲ ਮਸਲ ਮੇਰਾ ਟ੍ਰਾਈਸੈਪ ਬਾਈਸੈਪ ਸਾਰੇ ਵੀਕ ਹੋ ਗਏ ਬਹੁਤ ਜ਼ਿਆਦਾ ਹਾਲੇ ਵੀ ਟ੍ਰਾਈਸੈਪ ਦਾ ਹੈਡ ਛੋਟਾ ਹੈ ਪੂਰਾ ਰਿਕਵਰ ਨਹੀਂ ਹੋਇਆ ਮੈਨੂੰ 2.5 ਸਾਲ ਲੱਗੇ ਨੂੰ ਰਿਕਵਰੀ ਕਰਦੇ ਕਰਦੇ ਕਿਉਂਕਿ ਇਹਦੇ ਵਿੱਚ ਕੋਈ ਨਿਊਰੋਲੋਜੀਕਲ ਸਰਜਰੀ ਨਹੀਂ ਹੁੰਦੀ ਸੀਗੀ ਇਹ ਕਿਵੇਂ ਕੀਤੀ ਫਿਰ ਇਹ ਫਿਰ ਹੌਲੀ ਹੌਲੀ ਰੀਹੈਬ ਕੀਤਾ ਬਹੁਤ ਸਾਰੇ ਡਾਕਟਰਸ ਨਾਲ ਜਾਪਾਨ ਚ ਕੰਸਲਟ ਕੀਤਾ ਹਾਂਗਕਾਂਗ ਚ ਨਿਊਰੋ ਦੇ ਜਿੰਨੇ ਵੱਡੇ ਵੱਡੇ ਡਾਕਟਰ ਸੀਗੇ ਬਟ ਇਨ ਦਾ ਐਂਡ ਉਹ ਚ ਹੀ ਕਿਹਾ ਵੀ ਐਕਸਰਸਾਈਜ਼ ਕਰਦੇ ਕਰਦੇ ਜਿਹੜੀ ਟ੍ਰੇਨਿੰਗਸ ਕਰਦੇ ਤੁਹਾਨੂੰ ਇੰਜਰੀਜ਼ ਹੋਈਆਂ ਨੇ ਨਾ ਇਹ ਵਰਕਆਊਟ ਦੇ ਨਾਲ ਹੀ ਠੀਕ ਹੋਣੀਆਂ ਨੇ ਇਹਦਾ ਇੱਕ ਨੇਚਰਲੀ ਰੀਹੈਬ ਪ੍ਰੋਸੈਸ ਹੁੰਦਾ ਨਰਵਸ ਦਾ ਵੇਇਨਸ ਦਾ ਵੇਇਨਸ ਦੀ ਰਿਕਵਰੀ ਸਭ ਤੋਂ ਸਲੋ ਹੁੰਦੀ ਬਾਡੀ ਦੇ ਵਿੱਚ ਕੋਈ ਸਰਜਰੀ ਨਹੀਂ ਕਰਾਈ ਕੋਈ ਸਰਜਰੀ ਨਹੀਂ ਹੋਣੀ ਇਹ ਚ ਕਹਿੰਦਾ ਹੋਣੀ ਵੀ ਨਹੀਂ ਔਰ ਡੋਨਟ ਟੇਕ ਸਟ्रेस ਹਾਂ ਇੱਕ ਟਾਈਮ ਲੱਗਣਾ ਇਹਨੂੰ ਉਸ ਟਾਈਮ ਦੇ ਵਿੱਚ ਵਿੱਚ ਇਹ ਤੂੰ ਠੀਕ ਹੋ ਜਾਣਾ ਡੋਨਟ ਸੋ 2-3 ਸਾਲ ਦਾ ਗੈਪ ਪੈ ਗਿਆ ਕਿਉਂਕਿ ਤੁਸੀਂ ਪੀਕ ਤੇ ਜਦੋਂ ਹਿੱਟ ਹੋ ਜਾਂਦੇ ਹੋ ਨਾ ਫਿਰ ਉਹ ਟਾਈਮ ਕਿਤੇ ਨਾ ਕਿਤੇ ਨਾਲ ਤੋਂ ਡੇ ਗੈਪ ਜਿਹੜਾ ਪੈ ਜਾਂਦਾ ਨਾ ਉਹ ਥੋੜਾ ਜਿਆ ਤੁਹਾਨੂੰ ਮੈਂਟਲੀ ਡਿਸਟਰਬ ਕਰਦਾ ਉਸ ਵੇਲੇ ਮੈਂ ਵੀ ਬਹੁਤ ਡਿਸਟਰਬ ਸੀਗਾ ਮੈਨੂੰ ਸਟ्रेस ਹੋ ਰਹੀ ਸੀ ਐਂਜਾਇਟੀ ਹੋ ਰਹੀ ਸੀ ਯਾਰ ਕਿਉਂਕਿ ਮੇਰਾ ਤਾਂ ਬੋਡੀ ਬਿਲਡਰ ਜੀ ਨਹੀਂ ਸਕਦਾ ਮੇਰੇ ਜਿੰਦ ਤੋਂ ਮੈਂ ਵੇਟ ਟ੍ਰੇਨਿੰਗ ਨਹੀਂ ਕਰੂੰਗਾ ਮੇਰੇ ਮਸਲ ਡਿਸਬੈਲੈਂਸ ਹੋ ਗਏ ਔਰ ਤੂੰ ਬਲੀਵ ਨਹੀਂ ਕਰੇਗਾ ਮੈਂ 2 ਕਿਲੋ ਵੀ ਵੇਟ ਨਹੀਂ ਹੋਲਡ ਕਰਾਂ ਮਾਂ ਥੜੀ ਡਿਗਮ ਨਹੀਂ ਸੀਦਾ ਕੰਟਰੋਲ ਹੀ ਖਤਮ ਹੋ ਗਿਆ ਸੀਗਾ ਇਕਤਰਾ ਨਾਲ ਜਦੋਂ ਪੈਰਲੈਟਿਕ ਹੁੰਦਾ ਬਟ ਵਿਦ ਅ ਟਾਈਮ ਐਕਸਰਸਾਈਜ਼ ਕਰ ਕਰਕੇ ਕਰ ਕਰਕੇ ਸੋ ਨਥਿੰਗ ਇਜ਼ ਇੰਪੋਸੀਬਲ ਜਦੋਂ ਵੀ ਵੇਟ ਚੱਕਦੇ ਆਪਾਂ ਥੋੜਾ ਜਿਹਾ ਹੈਵੀ ਥੋੜਾ ਜਿਹਾ ਡਰ ਨਹੀਂ ਲੱਗਦਾ ਹੁੰਦਾ ਕਿ ਇੰਜਰੀਆਂ ਦੇਖ ਦੇ ਕੇ ਜਿਵੇਂ ਸੋਸ਼ਲ ਮੀਡੀਆ ਤੇ ਗੋਰੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਇਥੋਂ ਮਸਲ ਫੱਟ ਗਿਆ ਚੈਸਟ ਦਾ ਉਹ ਕੀ ਹੁੰਦਾ ਹੁੰਦਾ ਨਹੀਂ ਉਹ ਦੇਖੋ ਐਕਚੁਅਲੀ ਇਦਾਂ ਹੁੰਦਾ ਉਹ ਉਹਦਾਂ ਦੀਆਂ ਸਟੂਪਿਡ ਚੀਜ਼ਾਂ ਮੈਂ ਕਰਦਾ ਨਹੀਂ ਕਿਉਂਕਿ ਮੈਂ ਤਾਂ ਹੀ ਕਹਿੰਨਾ ਐਕਸਪੀਰੀਅੰਸ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਕਿ ਤੁਸੀਂ ਹਮੇਸ਼ਾ ਤੁਹਾਨੂੰ ਕਦੀ ਇੰਜਰੀ ਨਹੀਂ ਹੋਏਗੀ ਜੇ ਤੁਸੀਂ ਵਰ ਪ੍ਰੋਪਰ ਵਾਰਮ ਅਪ ਕਰੋ ਦੈਨ ਸਟ੍ਰੈਚ ਯੂਰ ਮਸਲਸ ਫਿਰ ਜਿਹੜਾ ਮਸਲ ਟ੍ਰੇਨ ਕਰਨਾ ਉਹਦੀ ਸਟ੍ਰੈਚਿੰਗ ਕਰੋ ਫਿਰ ਉਹਨੂੰ ਵਾਰਮ ਅਪ ਕਰੋ ਫਿਰ ਟ੍ਰੇਨਿੰਗ ਕਰੋ ਤੁਹਾਨੂੰ ਜ਼ਿੰਦਗੀ ਦੀ ਇੰਜਰੀ ਨਹੀਂ ਹੋ ਸਕਦੀ ਸਾਡੇ ਮੁੰਡੇ ਕੀ ਕਰਦੇ ਆ ਜਿਮ ਚ ਜਾਂਦੇ ਆ ਬਾਈਸੈਪ ਸ਼ੁਰੂ ਕਰੋ ਦਿਖਾਵੇ ਵਾਲੀ ਟ੍ਰੇਨਿੰਗ ਸ਼ੁਰੂ ਟ੍ਰਾਈਸੈਪ ਲਾਣੇ ਸ਼ੁਰੂ ਅੱਛਾ ਲੈਟਸ ਪੁੱਲ ਡਾਊਨ ਜਾਂ ਕਹਿੰਦਾ ਸੀ ਲੈਟਸ ਪੁਲੀ ਜਿਹਨੂੰ ਕਹਿੰਦੇ ਆ ਜਾਂ ਅਸੀਂ ਚਿਨ ਅਪ ਕਰਦੇ ਆ ਉਹ ਅਸੀਂ ਐਕਚੁਅਲੀ ਵਾਰਮ ਅਪ ਐਕਸਰਸਾਈਜ਼ ਬਣਾਈ ਹੋਈ ਹੈ ਜਦ ਕਿ ਉਹ ਬਹੁਤ ਸਭ ਤੋਂ ਮੇਨ ਬੇਸਿਕ ਐਕਸਰਸਾਈਜ਼ ਹੈ ਅਸੀਂ ਆਪਣੀ ਪੂਰੀ ਬਾਹਾਂ ਨਾਲ ਪੂਰੀ ਬਾਡੀ ਦਾ weight ਉੱਪਰ ਪੁੱਲ ਕਰਨਾ ਹੈ ਦੈਟਸ ਨਾਟ ਅ ਵਾਰਮਿੰਗ ਅਪ ਐਕਸਰਸਾਈਜ਼ ਉਹ ਪ੍ਰੋਪਰ ਟ੍ਰੇਨਿੰਗ ਹੈ ਸਾਰੇ ਉਹੀ ਲਾਂਦੇ ਪਹਿਲਾਂ ਜਾ ਕੇ ਸਾਰੇ ਗਲਤ ਕਰ ਰਹੇ ਨੇ ਸੋ ਤੁਸੀਂ ਕੂਲ ਡਾਊਨ ਤੇ ਵਾਰਮ ਅਪ ਦੋ ਚੀਜ਼ਾਂ ਨੇ ਜਿਹੜੀਆਂ ਪ੍ਰੋਪਰ ਬਾਡੀ ਦੀਆਂ ਕਰਨ ਲੱਪੋ ਇੰਜਰੀਸ ਕਦੇ ਵੀ ਨਹੀਂ ਹੋਣਗੀਆਂ ਬਟ ਹਾਂ ਸਮ ਟਾਈਮ ਸਡਨਸ ਕੁਝ ਚੀਜ਼ਾਂ ਹੋ ਜਾਂਦੀਆਂ ਨੇ ਡਿਊਰਿੰਗ ਵਰਕਆਊਟਸ ਡਿਊਰਿੰਗ ਸਪੋਰਟਸ ਕੈਰੀਅਰ ਇੰਜਰੀਜ਼ ਆ ਪਾਰਟ ਆਫ ਲਾਈਫ ਐਂਡ ਕੈਰੀਅਰ ਬਟੂ ਫਿਰ ਹਰ ਚੀਜ਼ ਦਾ ਰੀ ਹੈਬੈਕਾ ਵਿਦ ਦਾ ਸਲੋਲੀ 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 ਤੁਸੀਂ ਸਿੱਖ ਜਾਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਆਪਣੇ ਆਪ ਨੂੰ ਰਿਕਵਰ ਕਿਦਾਂ ਕਰਨਾ ਮੈਂ ਜਦੋਂ ਤੁਹਾਡੀ ਵੀਡੀਓਜ਼ ਦੇਖਦਾ ਸੀ ਨਾ ਇੰਸਟਾਗ੍ਰam ਤੇ ਮੈਂ ਸੋਚਦਾ ਸੀ ਕਿ ਮੈਂ ਕਦੀ ਤੁਹਾਡੇ ਨਾਲ ਵਰਕਆਊਟ ਲਾਉਂਗਾ ਪਰ ਮੈਂ ਹੁਣ ਤੁਹਾਨੂੰ ਅਸਲੀ ਦੇਖ ਕੇ ਦੱਸ ਦਿੰਦਾ ਜਿੰਨਾ ਮੇਰਾ ਵਰਕਆਊਟ ਹੋਣਾ ਉਹਨਾਂ ਦਾ ਵਾਪਪ ਹੋਣਾ ਬਾਈ ਨਹੀਂ ਗੱਲ ਹੀ ਨਹੀਂ ਹੁੰਦੀ ਦੇਖੋ ਹਰ ਬੰਦੇ ਦਾ ਵੇਟ ਟ੍ਰੇਨਿੰਗ ਕਰਨ ਦਾ ਸਟ੍ਰੈਂਥ ਨਹੀਂ ਆਪਣੇ ਆਪਣੇ ਹਿਸਾਬ ਨਾਲ ਬਟ ਹਾਂ ਤੁਸੀਂ ਮੇਰੇ ਨਾਲ ਟ੍ਰੇਨਿੰਗ ਕਰੋਗੇ ਤੇ ਤੁਹਾਨੂੰ ਟੈਕਨੀਕਲੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਕਈ ਗਲਤੀਆਂ ਆਪਾਂ ਇਦਾਂ ਦੀਆਂ ਹੁੰਦੀਆਂ ਜਿਹੜੇ ਸਾਨੂੰ ਨਹੀਂ ਪਤਾ ਹੁੰਦਾ ਸੀ ਕਰ ਰਹੇ ਹੁੰਨੇ ਆ ਬਟ ਉਹ ਤੁਹਾਡਾ ਕੋਚ ਜਾਂ ਕੋਈ ਐਕਸਪੀਰੀਅੰਸ ਐਥਲੀਟ ਤੁਹਾਨੂੰ ਦੇਖ ਕੇ ਦੱਸ ਦੇਗਾ ਯਾਰ ਤੂੰ ਆਹ ਚੀਜ਼ ਰੋਂਗ ਕਰ ਰਿਹਾ ਸੋ ਆਪਾਂ ਕਦੇ ਨਾ ਕਦੇ ਕੋਈ ਸੈਸ਼ਨ ਜ਼ਰੂਰ ਕਰਾਂਗੇ। ਮੈਂ ਥੋੜਾ ਜਿਹਾ ਹੁਰ ਤਕੜਾ ਹੋ ਜਾ ਬਾਈ। ਹਾਂ ਬਿਲਕੁਲ। ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਕਰਦੇ। ਕੋਈ ਆਣ ਵਾਲੇ 10 ਸਾਲਾਂ ਵਿੱਚ ਬੋਡੀ ਬਿਲਡਿੰਗ ਦਾ ਫਿਊਚਰ ਦੱਸ ਸਕਦੇ ਹੋ? ਕਿੱਧਰ ਨੂੰ ਜਾ ਰਿਹਾ ਕੰਮ? ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਸਕੋਪ ਹੈ ਫਿਟਨੈਸ ਇੰਡਸਟਰੀ 'ਚ। ਪੈਸਾ ਬਹੁਤ ਇਨਵੋਲਵ ਹੋ ਗਿਆ। ਕੋਚੇਸ ਬਹੁਤ ਆਗੇ। ਅੱਜ ਕੱਲ ਹਰ ਬੰਦੇ ਦਾ ਪਰਸਨਲ ਟ੍ਰੇਨਰ ਹੈ। ਪਰਸਨਲ ਡਾਈਟ ਆ ਰਹੀ ਉਹਨੂੰ ਫੋਨ ਤੇ। ਤੁਸੀਂ ਕੀ ਦੇਖਦੇ ਹੋੰਦਾ ਫਿਊਚਰ? ਦੇਖੋ ਫਿਊਚਰ ਤਾਂ ਨੋ ਡਾਊ ਹਾਲੇ ਜਿਹੜੀ ਫਿਟਨੈਸ ਫਰਟੀਨਿਟੀ ਜਿਹਨੂੰ ਪਾ ਇੰਡਸਟਰੀ ਕਹ ਦਿੰਨੇ ਆ ਮੈਂ ਬਹੁਤ ਵੱਡੇ ਕਾਰਪੋਰੇਟਸ ਨਾਲ ਬੈਠਾ ਆ ਸੀ ਲਾਸਟ ਵੀਕ ਇਸ ਬ੍ਰੈਂਡ ਐਂਡੋਰਸਮੈਂਟ ਦੀ ਗੱਲ ਚੱਲ ਰਹੀ ਸੀ 1 22 ਦਸੰਬਰ ਨੂੰ ਬਹੁਤ ਵੱਡਾ ਐਕਸਪੋ ਹੈਗਾ ਉਹਦਾ ਬ੍ਰੈਂਡ ਫੇਸਮੈਨ ਨੂੰ ਬਣਾਇਆ ਗਿਆ ਵਾਹ ਔਰ ਸਾਡੀ ਇੰਡੀਅਨ ਫਿਟਨੈਸ ਜਿਹੜੀ ਇੰਡਸਟਰੀ ਹੈ 4% ਓਪਨ ਹੋਈ ਹੈ ਹਾਲੇ ਪੂਰੇ ਵਰਲਡ ਵਿੱਚ 15 16% ਓਪਨ ਹੈ ਜਿੱਦ ਦਿਨ ਇਹੀ ਇੰਡਸਟਰੀ 20 25 30% ਨੇ 50 50% ਹੋ ਗਈ ਟੂ ਯੂ ਕੈਨ ਤੁਸੀਂ ਗੈਸ ਨਹੀਂ ਕਰ ਸਕਦੇ ਕਿਸ ਲੈਵਲ ਤੇ ਚਲੀ ਜਾਏਗੀ ਹੂੰ ਇਹਦੇ ਵਿੱਚ ਕਿੰਨਾ ਜ਼ਿਆਦਾ ਕਾਰਪੋਰੇਟ ਆ ਰਿਹਾ ਕਿੰਨਾ ਜ਼ਿਆਦਾ ਬਿਜ਼ਨਸ ਆ ਰਿਹਾ ਪਰਸਨਲ ਟ੍ਰੇਨਰ ਜਿਮਸ ਚੇਨਸ ਫਿਰ ਤੁਹਾਡੀ ਐਸੈਸਰੀਜ਼ ਕਲੋਥਿੰਗ ਬੈਗਸ ਸਪਲੀਮੈਂਟ ਸਪਲੀਮੈਂਟਸ ਸਭ ਤੋਂ ਵੱਡੀਆਂ ਹਰ ਚੀਜ਼ ਜਿਹੜੀ ਹੈ ਨਾ ਉਹ ਬਹੁਤ ਚੀਜ਼ਾਂ ਹੈਗੀਆਂ ਨੇ ਫਿਰ ਬ੍ਰਾਂਡਸ ਇੰਨੇ ਬ੍ਰਾਂਡਸ ਆ ਗਏ ਆ ਹਰ ਬ੍ਰਾਂਡ ਨੂੰ ਇੱਕ ਐਥਲੀਟ ਚਾਹੀਦਾ ਇੱਕ ਮਾਡਲ ਚਾਹੀਦਾ ਇੱਕ ਫੇਸ ਚਾਹੀਦਾ ਬਟ ਪੇਕੋ ਹੀ ਹੋਏਗਾ ਜਿਹੜਾ ਸਸਟੇਨ ਕਰਦਾ ਹੈ ਜਿਹੜਾ ਵਧੀਆ ਤਰੀਕੇ ਨਾਲ ਟ੍ਰੇਨ ਕਰਦਾ ਹੈ ਜਿਹੜਾ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਗਰੂਮ ਕਰਦਾ ਹੈ ਫਿਰ ਆਪਣੀ ਨਾਲ ਨਾਲ ਬ੍ਰਾਂਡਿੰਗ ਥੋੜੀ ਕਰਨੀ ਬਹੁਤ ਜ਼ਰੂਰੀ ਹੈ ਸੋ ਮੇਨ ਚੀਜ਼ ਹੈ ਕਿ ਉਹ ਭਾਵੇਂ ਕਿ ਐਥਲੀਟਸ ਨੂੰ ਆਪਣੀ ਸਟ੍ਰੈਟੇਜੀ ਬਣਾਣੀ ਪਏਗੀ ਥੋੜਾ ਜਾਇ ਇੱਥੇ ਗਰੂਮਿੰਗ ਤੇ ਕੰਮ ਕਰਨਾ ਪਏਗਾ ਔਰ ਐਜੂਕੇਟ ਹੋਣਾ ਪਏਗਾ ਤੇ ਫਿਰ ਇਹਦੇ ਵਿੱਚ ਬਹੁਤ ਲੰਬਾ ਕੈਰੀਅਰ ਬਣ ਸਕਦਾ ਸਪਲੀਮੈਂਟ ਕਿਵੇਂ ਚੂਜ਼ ਕਰੀਏ ਭਾਈ ਆਪਣੀ ਡੇਲੀ ਜ਼ਿੰਦਗੀ ਦੇ ਵਿੱਚ ਕਿ ਕਿਹੜੇ ਸਾਡੇ ਲਈ ਵਧੀਆ ਹੈ ਕਿਹੜੇ ਸਾਡੇ ਲਈ ਹਾਨੀਕਾਰਕ ਹੈ ਦੇਖੋ ਕਿਉਂਕਿ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ ਉਹ ਤਾਂ ਰੋਜ਼ ਚੌਥੇ ਦਿਨ ਕੋਈ ਨਾ ਕੋਈ ਨਵਾਂ ਪ੍ਰੋਟੀਨ ਦਾ ਡੱਬਾ ਮਸ਼ਹੂਰ ਕਰਨ ਲੱਗ ਜਾਂਦੇ ਨੇ ਜਿੱਧਰੋਂ ਪੈਸੇ ਜ਼ਿਆਦਾ ਮਿਲ ਗਏ ਉਹ ਤਾਂ ਉਹਨੂੰ ਦਿੱਤਾਂ ਤੋਂ ਪਹਿਲਾਂ ਕਿਹਾ ਨਾ ਜਿੱਥੋਂ ਉਹਨਾਂ ਨੂੰ ਪੈਸਾ ਮਿਲਣਾ ਉਹਨਾਂ ਨੇ ਉਸ ਤਰੀਕੇ ਨਾਲ ਮਾਰਕੀਟਿੰਗ ਕਰਨੀ ਸ਼ੁਰੂ ਕਰ ਦੇਣੀ ਹੈ ਸਾਨੂੰ ਆਈਸੋ ਪ੍ਰੋਟੀਨ ਵੇ ਪ੍ਰੋਟੀਨ ਦੀ ਜ਼ਰੂਰਤ ਹੈ ਸਾਨੂੰ ਕਾਰਬੋਹਾਈਡਰੇਟਸ ਨੇਚਰਲ ਡਾਈਟ ਤੋਂ ਵੱਧੂ ਮਿਲ ਜਾਂਦੇ ਉਹ ਅਸੀਂ ਘੱਟ ਹੀ ਖਾਣੇ ਹੁੰਦੇ ਵੱਧ ਅਸੀਂ ਖਾਣੇ ਨਹੀਂ ਕਰੇਟੇਨ ਪਾਊਡਰ ਹੈ ਗਲੂਟਾਮਿਨ ਐਂਡ ਬੀ ਸੀ ਡਬਲ ਏ ਇਹ ਚਾਰ ਪੰਜ ਬੇਸਿਕ ਸਪਲੀਮੈਂਟ ਹੈਗੇ ਨੇ ਬਾਕੀ ਸਾਰੇ ਡੱਬੇ ਤਾਂ ਮਾਰਕੀਟ ਹੀ ਆ ਉਹ ਭਾਵੇਂ ਜੋ ਮਰਜ਼ੀ ਖਾਈ ਜਾਤ ਭਾਵੇਂ ਨਾ ਕਰ ਤੇ ਪ੍ਰੋਟੀਨ ਕਿਹੜਾ ਲਈਏ ਭਾਜੀ ਇਹ ਕਿੱਦਾਂ ਪਤਾ ਲੱਗੂਗਾ ਪ੍ਰੋਟੀਨ ਚੂਸ ਕਿਵੇਂ ਕਰੇ ਇੱਕ ਇਨਸਾਨ ਨਹੀਂ ਦੇਖੋ ਉਹ ਤੁਸੀਂ ਉਹਨਾਂ ਦੇ ਤੁਸੀਂ ਹਮੇਸ਼ਾ ਉਹਨਾਂ ਦੀ ਵੈਬਸਾਈਟ ਤੋਂ ਜਾਓ ਉੱਤੇ ਬਾਰਕੋਡ ਲੱਗਿਆ ਹੁੰਦਾ ਉਹਦੀ ਅਥੈਂਟੀਸਿਟੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਹਣਾ ਬਟ ਜਿਹੜੇ ਅੱਛੇ ਬ੍ਰਾਂਡਸ ਹੈਗੇ ਨੇ ਜੈਨੂਨ ਬ੍ਰਾਂਡਸ ਹੈਗੇ ਨੇ ਬਹੁਤ ਸਾਰੇ ਇਦਾਂ ਦੇ ਬ੍ਰਾਂਡਸ ਨੇ ਹੁਣ ਮੈਂ ਕਿਸੇ ਬ੍ਰਾਂਡ ਨੂੰ ਪ੍ਰੋਮੋਟ ਨਹੀਂ ਕਰੂੰਗਾ ਕਿਉਂਕਿ ਜਿਹੜਾ ਬ੍ਰਾਂਡ ਨੂੰ ਮੈਂ ਆਲਰੇਡੀ ਜਿਨ੍ਹਾਂ ਨਾਲ ਸਾਈਨ ਨਾ ਜਿਨ੍ਹਾਂ ਨੂੰ ਮੈਂ ਪ੍ਰੋਮੋਟ ਕਰ ਰਿਹਾ ਫਿਰ ਉਹ ਕਹਿਣਗੇ ਕਿ ਤੁਸੀਂ ਸਾਨੂੰ ਨਹੀਂ ਪ੍ਰੋਮੋਟ ਕਰ ਰਿਹਾ ਬਟ ਹਾਂ ਆਥੈਂਟੀਸਿਟੀ ਦੇ ਵਾਸਤੇ ਬਹੁਤ ਜੈਨੂਨ ਅੱਛੇ-ਅੱਛੇ ਬ੍ਰਾਂਡਸ ਹੈਗੇ ਨੇ ਯੂ ਕੈਨ ਚੂਜ਼ ਪਿਕ ਐਨੀ ਗੁੱਡ ਬ੍ਰਾਂਡ ਜਿਹੜੇ ਆਥੈਂਟਿਕ ਬ੍ਰਾਂਡ ਨੇ ਔਰ ਉਹਦਾ ਜਿਹੜਾ ਵੇ ਆਈਸੋ ਹੈ ਜਾਂ ਵੇ ਹਾਈਡਰੋਲਾਈਜ਼ਡ ਪ੍ਰੋਟੀਨ ਹੈ ਥੈਟ ਵਨ ਇਜ਼ ਅ ਬੈਸਟ ਪ੍ਰੋਟੀਨ ਬ ਰੋ ਆ ਗਿਆ ਉਹ ਫਿਰ ਜੋ ਮਰਜ਼ੀ ਤੁਸੀਂ ਲਈ ਜਾਓ ਮੈਨੂੰ ਇਹਨਾਂ ਚੰਗਾ ਲੱਗ ਰਿਹਾ ਨਾ 올ਡ ਸਕੂਲ ਕੋਲੋਂ ਮੈਂ ਨੌਲੇ ਲੈ ਰਿਹਾ ਨਹੀਂ ਤਾਂ ਇੰਨੀ ਬਰੀਕੀ ਨਾਲ ਮੈਂ ਕੋਈ ਪੋਡਕਾਸਟ ਆਪਣਾ ਰਿਕਾਰਡ ਨਹੀਂ ਕਰਦਾ ਕਿਉਂਕਿ ਕਿਉਂਕਿ ਮੈਂ ਤੁਹਾਨੂੰ ਆਪਣੀ ਅੱਖਾਂ ਦੇ ਮੂਹਰੇ ਚੜਦੇ ਦੇਖਿਆ ਔਰ ਕੰਸਿਸਟੈਂਸਲੀ ਤੁਸੀਂ ਅੱਜ ਵੀ ਮੇਨਟੇਨ ਕੀਤਾ ਹੈ ਜਿਵੇਂ ਮੈਂ ਰੋਨੀ ਕਾਲਮਨ ਤੇ ਜੇਕਟਲਰ ਦੀ ਐਗਜ਼ਾਮਪਲ ਦਿੱਤੀ ਕਿ ਤੁਸੀਂ ਸਾਡੇ ਜੇਕਟਲਰੋਂ yeah j is my best and favorite athlete because ov ਜਦੋਂ ਆਇਆ ਤਾਂ ਉਸ ਵੇਲੇ ਉਹਨੇ ਵੀ ਇੱਕ ਡਿਫਰੈਂਟ ਟ੍ਰੈਂਡ ਸੈੱਟ ਕੀਤਾ ਔਰ ਬੜੀ ਡਿਫਰੈਂਟ ਕਾਈਂਡ ਆਫ ਬੋਡੀ ਬਿਲਡਿੰਗ ਉਹਨੇ ਕੀਤੀ ਸ਼ਾਰਟ ਟਾਈਮ ਦੇ ਵਿੱਚ ਚਾਰ ਵਾਰੀ ਮਿਸਟਰ 올ੰਪੀਆ ਬਣਿਆ ਬਟ ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਚੈਂਪੀਅਨ ਬਣਨ ਤੋਂ ਬਾਅਦ ਹਾਂ ਤੁਸੀਂ ਆਪਣੇ ਆਪ ਦੀ ਮਾਰਕੀਟਿੰਗ ਕਰਕੇ ਜਾਂ ਆਪਣਾ ਆਪ ਨੇ ਕਿੰਨੀ ਛਾਪ ਛੱਡ ਕੇ ਪਿੱਛੇ ਲੋਕਾਂ ਤੇ ਜਾਂਦੇ ਹੋ ਲੋਕ ਤੁਹਾਨੂੰ ਕਿਸ ਤਰੀਕੇ ਨਾਲ ਅੱਜ ਦੇ ਸਬ ਤੋਂ ਵੱਧ ਫੋਲੋਇੰਗ ਦੇਖੀ ਜਾਏ ਤਾਂ ਬਰੋਨਿਕ ਕਾਲਮਨ ਇਜ਼ ਅ ਹਿਊਜ ਬੀਸਟ ਜਿਨੇ ਵੇਟ ਨੂੰ ਉਡਾਇਆ ਹਵਾਵਾਂ ਗੁੜਾਇਆ ਬਟ ਜੇ ਅਸੀਂ ਮਾਰਕੀਟ ਵਿੱਚ ਦੇਖੀਏ ਤਾਂ ਜੇ ਕਲਰ ਇਜ਼ bigger brand ਹਾਲੇ ਕਿ ਉਹ 7 ਵਾਰੀ ਮਿਸਟੋ ਲੰਪੀਆ ਬਣੇ ਆ ਉਹ 4 ਵਾਰੀ ਬਣਿਆ ਬਟ ਗੱਲ ਉਹੀ ਆ ਜਾਂਦੀ ਹੈ ਗਰੂਮਿੰਗ ਸਟ੍ਰੈਟਜੀ ਐਂਡ ਮਾਰਕETING ਐਂਡ ਵਿਦ ਦਾ ਟਾਈਮ ਬਿਕੋਜ਼ ਉਹਨਾਂ 올ਡ ਸਕੂਲ ਦੋਨੀ ਹੁਣੀ ਸੀਗੇ ਉਹਦੇ ਇੰਟਰਨੈਟ ਸੋਸ਼ਲ ਮੀਡੀਆ ਇੰਨਾ ਨਹੀਂ ਸੀਗਾ ਤੇ ਅੱਜ ਬਹੁਤ ਸਾਰੇ ਮੀਡੀਅਮਸ ਹੋ ਰਹਿ ਗਏ ਜਿੰਨਾ ਥਰੂ ਤੁਸੀਂ ਹੋਰ ਬੈਟਰ ਕਰ ਸਕਦੇ ਹੋ ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਬਟ ਹਾਂ ਮੈਂ ਸ਼ਾਇਦ ਉਸ ਵੇਲੇ ਅਸੀਂ ਆਪਣੇ ਆਪ ਨੂੰ ਇਹਨਾਂ ਕੈਪਚਰ ਨਹੀਂ ਕਰਦੇ ਸੀ ਇਹਨੀਆਂ ਫੋਟੋਆਂ ਨਹੀਂ ਖਿੱਚਦੇ ਸੀ ਕਿਉਂਕਿ ਹੁੰਦਾ ਹੀ ਨਹੀਂ ਸੀਗਾ ਹਾਂ ਬਿਲਕੁਲ ਸਾਨੂੰ ਕੋਈ ਪੋਸਟ ਕਰਨ ਦੀ ਜ਼ਰੂਰਤ ਨਹੀਂ ਸੀ ਉਸ ਟਾਈਮ ਵਿੱਚ ਇਹ ਵੀ ਚੀਜ਼ ਹੋਣੀ ਹੈ ਬਟ ਯਾ ਇਟਸ ਟਾਈਮ ਬਸ ਤਾਂ ਜਗਾ ਪਾਇਆ ਹੋਇਆ ਹੈ ਭਾਈ ਲਾਈਫ ਇਜ਼ ਚੇਂਜ ਜਿਹੜਾ ਦੁਨੀਆ ਦੇ ਵਿੱਚ ਹਮੇਸ਼ਾ ਟੈਕਨੋਲੋਜੀ ਅੱਗੇ-ਅਗੇ ਵੱਧ ਰਹੀ ਹੈ ਹੋਰ ਚੀਜ਼ਾਂ ਵੀ ਆਉਣੀਆਂ ਨੇ ਸੋ ਆਪਣੇ ਆਪ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਚੀਜ਼ ਹੈ ਖੁਸ਼ ਹੋ ਭਾਈ ਜ਼ਿੰਦਗੀ ਚ ਯਾ ਆਮ ਗੁੱਡ ਹੇਅਰ ਫੈਮਿਲੀ ਵਿੱਚ ਕੁਝ ਜਜ਼ਾਸਸ ਹੋਏ ਪਰਿਵਾਰਕ ਤੌਰ ਤੇ ਸੋ ਲੋਸਸ ਇਸ ਦਾ ਉਹ ਕਦੇ ਪੂਰੇ ਨਹੀਂ ਹੋ ਸਕਦੇ ਸੋ ਕਿਤੇ 2-4 ਸਾਲ ਉਹਨਾਂ ਦੀ ਵਜ੍ਹਾ ਕਰਕੇ ਵੀ ਮੇਰੀ ਬ੍ਰੇਕ ਲੱਗ ਗਈ ਨਹੀਂ ਤਾਂ ਮੈਂ ਸ਼ਾਇਦ ਬਹੁਤ ਨੈਕਸਟ ਲੈਵਲ ਤੇ ਚਲਾ ਜਾਂਦਾ ਹੁਣ ਤੱਕ ਬਟ ਉਹ ਅਸੀਂ ਹਿੰਦੂਸਤਾਨੀ ਲੋਕ ਆ ਅਸੀਂ ਪੰਜਾਬੀ ਆ ਅਸੀਂ ਪਰਿਵਾਰ ਲਈ ਜਉਂਦੇ ਆ ਪਰਿਵਾਰ ਲਈ ਮਰਦੇ ਆ ਤੇ ਉਹ ਜਿਹੜੀ ਟਾਈਮ ਹੈ ਉਹ ਫਿਰ ਕੋਈ ਤੁਹਾਡੀ ਉੱਪਰ ਭਾਈ ਨਹੀਂ ਕਰ ਸਕਦਾ ਉਸ ਇਸ ਨੂੰ ਬਾਕੀ ਠੀਕ ਹੈ ਪ੍ਰਮਾਤਮਾ ਨੇ ਤੁਹਾਡੇ ਵਰਗੇ ਸੱਜਣ ਮਿੱਤਰ ਐਡਮਾਇਰ ਕਰਨ ਵਾਸਤੇ ਇੰਨੀ ਤਾਕਤ ਬਜਰੰਗਬਲੀ ਨੇ ਦਿੱਤੀ ਹੈ ਤੇ ਕਿਉਂ ਨਹੀਂ ਖੁਸ਼ ਹੋਣਾ ਚਾਹੀਦਾ ਲਾਈਫ ਤੇ ਬਜਰੰਗਬਲੀ ਜੀ ਦਾ ਕੀ ਰੋਲ ਹੈ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੈ ਦੇਖੋ ਬਜਰੰਗਬਲੀ ਮੈਂ ਗੁਰਸਿੱਖ ਪਰਿਵਾਰ ਨੂੰ ਕਈ ਲੋਕ ਕਮੈਂਟ ਕਰਨ ਲੱਪੈਂਦੇ ਨੇ ਯਾਰ ਵੀ ਤੂੰ ਸਨਾਤਨ ਦੀਆਂ ਉਹ ਗੱਲ ਕਰ ਲੈਣਾ ਨਾ ਕਿਸੇ ਵੇਲੇ ਮੈਂ ਹਰੀਦੁਆਰ ਜਾਣਾ ਇਸ਼ਨਾਨ ਕਰਦਾ ਹਾਂ ਉਹਦੇ ਪਿੱਛੇ ਦੋ ਰੀਜ਼ਨਸ ਨੇ ਕਿ ਜਦੋਂ ਅਸੀਂ ਟੀਵੀ ਦੇਖਦੇ ਸੀ ਨਾ ਤਾਂ ਉਸ ਵੇਲੇ ਹਨੂਮਾਨ ਜੀ ਜਾਂ ਰਮਾਇਣ ਬਹੁਤ ਪ੍ਰਚਲਿਤ ਸੀ ਸਾਰੇ ਲੋਕਾਂ ਨੇ ਦੇਖਿਆ ਦਾਰਾ ਸਿੰਘ ਜੀ ਨੂੰ ਦੇਖਿਆ ਔਰ ਉਸ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਅਸੀਂ ਬੋਡੀ ਬਿਲਡਿੰਗ ਤੇ ਪਹਿਲਵਾਨੀ ਸ਼ੁਰੂ ਕੀਤੀ ਨਾ ਅਖਾੜੇ ਚ ਜਾਂਦਾ ਮੌਕਾ ਮਿਲਿਆ ਉੱਥੇ ਸਭ ਤੋਂ ਪਹਿਲਾਂ ਪ੍ਰਤੀਮਾ ਲੱਗੀ ਹੁੰਦੀ ਸੀ ਬਜਰੰਗਬਲੀ ਜੀ ਦੀ ਲਾਲ ਸੰਦੂਰ ਵਾਲੀ ਹਾਂਜੀ ਹਾਂਜੀ ਕਿਉਂਕਿ ਹੀ ਇਜ਼ ਅ ਲੋਟ ਆਫ ਸਟਰੈਂਥ ਸਾਨੂੰ ਇਦਾਂ ਦਾ ਸਹਾਰਾ ਜਾਂਦਾ ਸੀਗਾ ਕਿ ਹੀ ਇਜ਼ ਅ ਲੋਟ ਆਫ ਸਟਰੈਂਥ ਜੇ ਤਾਕਤ ਮੰਗਣੀ ਹੈ ਤਾਂ ਬਜਰੰਗਬਲੀ ਤੋਂ ਮੰਗੋ ਔਰ ਉਹ ਜਿਹੜਾ ਬਚਪਨ ਚ ਤੁਹਾਡਾ ਕਨੈਕਸ਼ਨ ਬਣ ਜਾਂਦਾ ਨਾ ਉੱਥੇ ਤੁਹਾਡੇ ਧਰਮ ਦਾ ਕੋਈ ਇਦਾਂ ਅਸਰ ਨਹੀਂ ਹੁੰਦਾ ਕਿ ਤੂੰ ਸਿੱਖ ਹੈ ਜਾਂ ਹਿੰਦੂ ਹੈ ਜਾਂ ਮੁਸਲਮਾਨ ਹੈ ਉੱਥ ਕਿ ਮੈਂ ਟੀਵੀ ਦੇਖਿਆ ਮੇਰੇ ਸਾਰਿਆਂ ਨੇ ਕਿ ਆ ਬਾਕੀ ਮੰਥਾ ਦੇਖ ਰਹੇ ਨੇ ਬਜਰੰਗਵਲੀ ਤਾਕਤ ਦੇਗਾ ਤੇ ਦੇਗਾ ਉਹ ਬਚਪਨ ਦਾ ਕਲੀਨ ਸੂਲ ਦਾ ਬਣਿਆ ਹੋਇਆ ਕਨੈਕਸ਼ਨ ਹੈ ਉਹ ਅੱਜ ਤੱਕ ਬਣਿਆ ਹੋਇਆ ਹੈ ਕਿਉਂਕਿ ਬਜਰੰਗਬਲੀ ਜੀ ਨੂੰ ਪੂਜਨਾ ਮੰਨਣਾ ਉਹਨਾਂ ਦੀ ਤਾਕਤ ਉਹਨਾਂ ਦੀ ਸ਼ਕਤੀ ਉਹ ਵੀ ਗॉड ਨੇ ਸਾਡੇ ਗੁਰੂ ਵੀ ਗॉड ਨੇ ਬਿਲਕੁਲ ਫਰਕ ਕੋਈ ਨਹੀਂ ਆਪਣੇ ਆਪਣੇ ਦੇਖਣ ਦੀ ਗੱਲ ਆ ਬਾਕੀ ਆਸਥਾ ਦੀ ਗੱਲ ਹੁੰਦੀ ਹੈ ਸੋ ਇਸੇ ਤਰੀਕੇ ਨਾਲ ਮੈਨੂੰ ਬਜਰੰਗ ਬਲੀ ਦਾ ਰੋਲ ਵੀ ਪਲੇ ਕਰਨ ਦਾ ਮੌਕਾ ਮਿਲਿਆ ਮੈਂ ਪਿੱਛੇ ਜੇ ਇੱਕ ਇਵੈਂਟ ਕੀਤਾ ਸੀਗਾ ਉਥੇ ਭੀਮ ਸੇਨ ਦੇ ਮੈਂ ਹਨੂਮਾਨ ਪਲੇ ਕਰਦਾ ਸੀਗਾ ਵਾਹ ਔਰ ਤੂੰ ਬਲੀਵ ਨਹੀਂ ਕਰੇਗਾ ਜਦੋਂ ਇਵੈਂਟ ਖਤਮ ਹੁੰਦਾ ਸੀ ਨਾ ਲੋਕ ਮੈਨੂੰ ਤਾਂ ਕੁਰਸੀ ਤੇ ਬਿਠਾ ਲੈਂਦੇ ਸੀ ਸਾਨੂੰ ਮਾਂਜੀ ਦੇ ਸਰੂਪ ਵਿੱਚ ਇੱਥੇ ਗਦਾ ਫੜੀ ਹੋਣੀ ਐਂਰ ਉਹਨਾਂ ਨੇ ਪ੍ਰੋਪਰ ਮੇਰੀ ਆਰਤੀ ਕਰਨੀ ਆਗੀ ਮੇਰੇ ਮੱਥੇ ਟਿਕਨੇ ਪੈਰਾਂ 'ਚ ਪੈਣਾ ਕਿਉਂਕਿ ਉਹ ਐਕਚੁਅਲੀ ਮੈਨੂੰ ਨਹੀਂ ਮੱਥਾ ਟੇਕ ਰਿਹਾ ਹੁੰਦਾ ਸੀ ਉਸ ਵੇਲੇ ਜੋ ਬਜਰੰਗਬਲੀ ਦਾ ਸਰੂਪ ਮੈਂ ਧਾਰਨ ਕੀਤਾ ਹੋਇਆ ਸੀ ਨਾ ਉਹਨੂੰ ਮੱਥਾ ਟੇਕਦੇ ਸੀ ਫਿਰ ਮੈਂ ਆਪਣੇ ਨੂੰ ਬੜਾ ਬles ਸਫੀਲ ਕਰਦਾ ਸੀਗਾ ਕਿ ਪ੍ਰਮਾਤਮਾ ਵੀ ਤੁਹਾਡੀ ਗ੍ਰੇਸ ਹੈ ਮੇਰੇ ਤੇ ਕਿ ਆਫਟਰ ਦਾਰਾ ਸਿੰਘ ਜੇ ਕਿਸੇ ਨੂੰ ਮੌਕਾ ਮਿਲਿਆ ਤੇ ਮੈਨੂੰ ਮੌਕਾ ਮਿਲਿਆ ਹੁਣ ਵੀ ਬੜੀ ਛੇਤੀ ਤੁਸੀਂ ਬਹੁਤ ਵੱਡੇ ਇੱਕ ਪਲੇਟਫਾਰਮ ਤੇ ਹਨੂਮਾਨ ਦੇ ਰੂਪ ਚ ਦੇਖੋਗੇ ਵਾਹ ਜੀ ਵਾਹ ਐਕਸਕਲੂਸਿਵ ਬਾਈ ਕਲਾਸੇ ਕਰ ਰਹੇ ਨੇ ਕਿ ਟਾਕ ਸ਼ੋਅ ਦੇ ਮੈਂ ਕਹਿਣਾ ਸੀ ਕੋਈ ਐਕਸਕਲੂਸਿਵ ਕੰਟੈਂਟ ਦਿਓ ਪਰ ਬਾਈ ਸਾਰਾ ਹੀ ਦੇ ਰਹੇ ਨੇ ਐਕਸਟੋ ਬ ਨੇ ਬਹੁਤ ਸਾਰੀਆਂ ਫੇਵਰਿਟਸ ਹੁੰਦੀਆਂ ਨੇ ਉਹਦੇ ਵਿੱਚ ਅਲੱਗ-ਅਲੱਗ ਤੁਸੀਂ ਜਿਵੇਂ-ਜਿਵੇਂ ਆਪਣੀ ਬਾਡੀ ਨੂੰ ਬਣਾਈ ਜਾਂਦੇ ਹੋ ਫਿਰ ਤੁਹਾਡੀ ਸ਼ੇਪਿੰਗ ਕਿਹੜਾ ਮਸਲ ਵੀਕ ਹੈ ਉਹਨੂੰ ਕਿਦਾਂ ਟ੍ਰੇਨ ਕਰਨਾ ਹੈ ਕਿਹੜਾ ਪਾਰਟ ਪਲੱਸ ਹੈ ਉਹਨੂੰ ਡਿਫਾਈਨ ਕਿਦਾਂ ਕਰਨਾ ਹੈ ਬਟ 바ਰ ਕਰਲਸ ਜਿਹੜੇ 바ਰਬਲ ਕਰਲ ਸਾਰੇ ਕਰਦੇ ਨੇ ਨਾ ਬੇਸਿਕ ਰੋਡ ਤੇ ਖੜੇ ਹੋ ਕੇ ਡੋਲੇ ਬਾਈਸੈਪਸ ਦੇ ਸੈਟ ਲਾਉਣੇ ਉਹ ਮੇਰੇ ਅੱਜ ਵੀ ਫੇਵਰਿਟ ਹੈ ਉਹ ਕਿੰਨੇ ਸੈਟ ਬਾਈ ਕਿੰਨੇ ਰੈਪਸ ਉਹ ਮੈਨੂੰ ਇਦਾਂ ਦਾ ਵੀ ਜਦੋਂ ਤੱਕ ਮਸਲ ਨਹੀਂ ਕਹਿਣਾ ਨਾ ਉਹ ਅੱਗ ਨਿਕਲ ਗਈ ਪੂਰੀ ਟ੍ਰੇਨ ਟੂ ਫੇਲਿਅਰ ਹਾਂ ਮਤਲਬ ਕਿ 12 15 ਰੈਪ ਤਾਂ ਲਾਉਣੇ weight ਇੰਨਾ ਕੁ ਪਾ ਲੈਣਾ ਫਿਰ ਰੈਪ ਸੈਟਸ ਨਹੀਂ ਫਿਰ ਕਾਊਂਟ ਕਰਨੇ 2 4 6 8 10 ਜਿੰਨੇ ਲੱਗੇ ਜਦੋਂ ਅੱਗ ਨਿਕਲ ਗਈ ਪੂਰੀ ਵੇ ਛੱਡ ਦੇਣਾ ਜਮਾ 올ਡ ਸਕੂਲ ਫਿਰ ਹੱਥ ਐ ਨਹੀਂ ਨਾ ਹੋਣਾ ਮਤਲਬ ਮੁਰ ਗਿਆ ਮੁਰਦਾ ਨਹੀਂ ਪਾ ਇਹ ਛੱਡ ਦੇਣਾ ਅੱਜ ਕੱਲ ਤਾਂ ਭਾਈ AC ਵਾਲੇ ਜਿਮ ਹੋ ਗਏ ਤੁਸੀਂ ਅੱਜ ਵੀ ਮੈਂ ਦੇਖਿਆ ਆਪਣੇ ਪੁਰਾਣੇ ਜਿਮ ਚੀ ਮਤਲਬ ਪੂਰਾ 올ਡ ਸਕੂਲ ਲਾਣੇ ਹੂੰ ਚਲੋ ਜੀ ਸੀਧਾ ਹੁਣ ਮੈਂ ਵੀ ਲਾਇਆ ਕਿਉਂਕਿ ਐਕਚੁਅਲੀ ਗਲੋਬਲ ਵਾਰਮਿੰਗ ਕਰਕੇ ਨਾ ਸਾਡਾ ਬਾਹਰ ਦਾ এনवायरमेंट ਬਹੁਤ ਬਦਲ ਗਿਆ ਹਰ ਘਰ ਚ ਏਸੀ ਹੈ ਹਰ ਬੰਦੇ ਦੇ ਰੂਮ ਚ ਏਸੀ ਹੈ ਸੋ ਇੰਨੀ ਜ਼ਿਆਦਾ ਗਰਮੀ ਬਾਹਰ ਤਪਸ਼ ਹੋਣ ਲੱਗ ਪਈ ਕਿ ਹਿਊਮਿਡਿਟੀ ਹੋਣ ਲੱਗ ਪਈ ਇੱਕ ਵੈਸੇ ਵੀ ਸਾਡਾ এনवायरमेंट ਜਿਹੜਾ ਗਰਮ ਹੈ ਥੋੜਾ ਜਿਹਾ ਨਾ ਬਾਕੀ ਕੰਟਰੀਜ਼ ਨਾਲੋਂ ਤੇ ਏਸੀ ਦੀ ਲੋੜ ਤਾਂ ਪੈਂਦੀ ਹੈ ਬਟ ਜਦੋਂ ਅਸੀਂ ਪਹਿਲਾਂ ਕਰਦੇ ਸੀਗੇ ਉਸ ਵੇਲੇ ਕੋਈ ਏਸੀ ਨਹੀਂ ਹੁੰਦਾ ਸੀਗਾ ਅਸੀਂ ਇੱਦਾਂ ਹੀ ਰਹਿੰਦੇ ਸੀ ਨਾ ਤਾਂ ਜ਼ਹੀਦਾ ਹੁੰਦਾ ਸਵੇਟਿੰਗ ਚਾਹੀਦੀ ਆ ਪਰ ਜਿੰਮ ਟ ਤਾਂ ਅੱਜ ਕੱਲ ਸਵੇਟਿੰਗ ਹੀ ਨਹੀਂ ਹੁੰਦੀ ਨਹੀਂ ਹੁੰਦੀ ਆ ਪਰ ਜੇ ਤੁਸੀਂ ਉਸ ਲੈਵਲ ਤੱਕ weight ਨੂੰ ਜਾ ਕੇ ਹਿੱਟ ਕਰਦੇ ਹੋ ਹਾਂ ਇੱਕ ਤੁਸੀਂ ਤਰੀਕੇ ਨਾਲ ਇੱਕ ਰੂਮ ਦਾ ਟੈਂਪਰੇਚਰ ਸੈੱਟ ਕਰ ਲਿਆ ਤੁਸੀਂ AC ਚ ਲਾਇਆ ਅੱਧਾ ਘੰਟਾ ਉਸ ਤੋਂ ਬਾਅਦ ਥੋੜਾ 쿨ਿੰਗ ਹੋ ਗਈ ਉਹ ਫਿਰ ਪਰਫੈਕਟ ਹੈ ਉਸ ਤੋਂ ਬਾਅਦ AC ਬੰਦ ਕਰ ਦਿਓ ਫਿਰ ਤੁਸੀਂ ਟ੍ਰੇਨ ਕਰੋ ਪਰ ਤਾਂ ਇੱਕ ਪਾਸੇ AC ਠੰਡੀ ਹਵਾ ਚਿੱਲਡ ਸਿੱਟੀ ਜਾ ਰਿਹਾ ਹੈ ਇਹਦੇ ਤੁਸੀਂ ਵਰਕਆਊਟ ਕਰ ਰਹੇ ਹੋ ਉਹ ਨਾ ਤਾਂ ਉਹਦਾ ਟੈਂਪਰੇਚਰ ਤੁਹਾਡੀ ਬੋਡੀ ਤੇ ਅਸਰ ਕਰ ਰਿਹਾ ਹੈ ਨਾ ਹੀਦਰੋ ਪ੍ਰੋਪਰ ਬੋਡੀ ਵਾਰਮ ਅਪ ਹੋ ਰਹੀ ਹੈ ਫਿਰ ਨਾ ਪੰਪਿੰਗ ਪ੍ਰੋਪਰ ਹੁੰਦੀ ਹੈ ਨਾ ਬਲੱਡ ਫਲੋ ਕਰਦਾ ਫਿਰ ਇੰਜਰੀਜ਼ ਹੁੰਦੀਆਂ ਸੋ ਥੋੜੀਆਂ ਜਿਹੀਆਂ ਚੀਜ਼ਾਂ ਸਿੱਖਣੀਆਂ ਚੀਜ਼ਾਂ। ਬਿਲਕੁਲ। ਇਹੀ ਸੀ ਭਈ ਅੱਜ ਦਾ ਪੌਡਕਾਸਟ। ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ। ਤੁਸੀਂ ਆਏ ਸਾਡੇ ਸਟੂਡੀਓ ਤੇ ਤੁਹਾਨੂੰ ਥੀਏਟਰ 'ਚ ਬਹਿ ਕੇ ਦੇਖਿਆ ਸੀਗਾ। ਹੁਣ ਅਸਲੀ ਬਹਿ ਕੇ ਦੇਖਿਆ ਤੇ ਬੜਾ ਚੰਗਾ ਲੱਗਿਆ। ਥੈਂਕ ਯੂ। ਤੁਸੀਂ ਸਮਾਂ ਕੱਢਿਆ। ਥੈਂਕ ਯੂ ਨਮੋਲ। ਜਿਹੜਾ ਕੰਮ ਤੂੰ ਕਰ ਰਹਿਆ ਸਮਾਜ ਦੀ ਸੇਵਾ ਕਰਨੀ ਬਹੁਤ ਵੱਡੀ ਡਿਊਟੀ ਹੈ ਤੇਰੀ। ਥੈਂਕ ਯੂ ਭਾਈ। ਸੋ ਸਾਰੇ ਲੋਕ ਮਿਲ ਕੇ ਹੀ ਆਪਣਾ ਆਪਣਾ ਹਿੱਸਾ ਪਾਉਂਦੇ ਨੇ। ਅਸੀਂ ਸਪੋਰਟਸ ਦੇ ਮਾਧਿਅਮ ਰਾਈ ਤੁਸੀਂ ਸੇਵਾ ਕਰ ਰਹੇ ਹੋ, ਐਂਟਰਟੇਨਮੈਂਟ ਕਰਨ ਵਾਲੇ ਐ ਤੇ ਅਸੀਂ ਵਿੱਚ ਥੋੜਾ ਬੋੜਾ ਕੰਟਰੀਬਿਊਟ ਕੀਤਾ ਪਰ ਤੇਰਾ ਕੰਟਰੀਬਿਊਸ਼ਨ ਵੱਡਾ ਹੈ ਨਹੀਂ ਨਹੀਂ ਬਾਈ ਸਾਰੇ ਇਕੱਠੇ ਆ ਦੇ ਤਕਲੀਫ ਦੁੱਖ ਦਾ ਇਲਾਜ ਕਰਨਾ ਬਹੁਤ ਵੱਡੀ ਚੀਜ਼ ਹੈ ਥੈਂਕ ਯੂ ਬਾਈ ਧੰਨਵਾਦ ਮਾਤਾ ਮਾਤਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਗੋਡ ਬlesਸ ਯੂ ਬਰੋ ਸ਼ੁਕਰ ਹੈ ਭਾਜੀ ਡਬਲ ਬਾਈਸਪ ਪੋਜ਼ ਮਾਰੋ ਭਾਜੀ ਦੇਖੋ ਕੈਮਰੇ ਜਾਂਦਾ ਭਾਜੀ ਕੈਮਰੇ ਚ ਦੇਖਿਓ ਪੂਰਾ ਆਇਆ ਬਾਈ ਦੇ ਕਿ ਨਹੀਂ ਕੀ ਬਾਤ ਹੈ ਬਾਈ ਤੁਹਾਡੇ ਡੋਲੇ ਐਂ ਫੜਕਦੇ ਰਹਿਣ ਤੇ ਤੁਸੀਂ ਐਂ ਸਾਡਾ ਪੰਜਾਬੀਆਂ ਦਾ ਨਾਮ ਤੇ ਸਾਨੂੰ ਮੋਟੀਵੇਟ ਕਰਦੇ ਰਹੋ ਕਿ ਅਸੀਂ ਬਾਈ ਦੀ 41 ਏਜ ਹੈ ਤੇ ਮੇਰੀ 27 ਮੈਂ ਇਹ ਵੀ ਇੱਕ ਚੀਜ਼ ਲੋਕਾਂ ਨੂੰ ਕਹਿਣਾ ਚਾਹਣਾ ਲਾਸਟ ਇੱਕ ਮੈਸੇਜ ਹੈ ਕਿਉਂਕਿ ਜਿਹੜੀ ਫਿਜ਼ੀਕਲ ਸਟਰੈਂਥ ਹੈ ਨਾ ਇਹ ਕਦੀ ਵੀ ਸਦਾਬ ਨਹੀਂ ਰਹਿਣੀ ਅੱਜ ਹੈਗੀ ਹੈ ਮੇਬੀ ਹੋਰ 10 ਸਾਲ ਹੋਏਗੀ ਔਰ ਉਸ ਤੋਂ ਬਾਅਦ ਨਹੀਂ ਵੀ ਹੋਏਗੀ ਮਸਲ ਮਾਸ ਵੀ ਚਲਾ ਜਾਂਦਾ ਵਿਦ ਆ ਟਾਈਮ ਸਟਰੈਂਥ ਵੀ ਚਲੀ ਜਾਂਦੀ ਹੈ ਬਟ ਹਾਂ ਜਿਹੜੀ ਤੁਹਾਡੀ ਪੋਜ਼ਿਟਿਵ ਅਪਰੋਚ ਤੁਹਾਡੀ ਮੈਂਟਲ ਹੈਲਥ ਤੁਹਾਡਾ ਇੱਕ ਦੁਨੀਆ ਨੂੰ ਦੇਖਣ ਦਾ ਇੱਕ ਪੋਜ਼ਿਟਿਵ ਨਜ਼ਰੀਆ ਉਹ ਹਮੇਸ਼ਾ ਰਹਿਣਾ ਚਾਹੀਦਾ ਆਦਰਵਾਇਜ਼ ਬਾਡੀ ਬੂਡੀ ਕੋਈ ਵੀ ਚੀਜ਼ ਸਦਾ ਨਹੀਂ ਰਹਿੰਦੀ ਹੁੰਦੀ ਨਾ ਇਹ ਤਾਕਤ ਚਾਹੇ ਉਹ ਕੁਰਸੀ ਦੀ ਤਾਕਤ ਹੈ ਚਾਹੇ ਉਹ ਬਾਹਾਂ ਦੀ ਤਾਕਤ ਹੈ ਡੋਲੇ ਦੀ ਤਾਕਤ ਹੈ ਇਹ ਤਾਂ ਆਣੀਆ ਜਾਣੀ ਹੈ ਨਾ ਕੁਝ ਵੀ ਪਰਮਾਨੈਂਟ ਨਹੀਂ ਇਸ ਵਰਲਡ ਵਿੱਚ ਪਰਮਾਨੈਂਟ ਬਟ ਸਾਡੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਸੋਸਾਇਟੀ ਲਈ ਇੱਕ ਦੂਜੇ ਲਈ ਉਹ ਰਹਿਣੀ ਬਹੁਤ ਜ਼ਰੂਰੀ ਹੈ ਸੋ ਥਿਸ ਇਜ਼ ਮਾਈ ਲਾਸਟ ਮੈਸੇਜ ਗਾਇਜ਼ ਮੰਤਾ ਮੇਰਾ ਸੀਗਾ ਬਾਈ ਨੇ ਮੈਂ 2-3 ਘੰਟੇ ਟਿਕਾ ਕੇ ਲਾਵਾਂ ਪਰ ਐਕਚੁਅਲੀ ਅਸੀਂ ਇਹ ਬੜੇ ਦਿਨਾਂ ਬਾਅਦ ਬਾਈ ਰਾਤ ਨੂੰ ਪੋਡਕਾਸਟ ਸ਼ੂਟ ਕਰ ਰਹੇ ਆ ਰੇਟ ਨਾਈਟ ਕਰ ਰਹੇ ਆ ਅਸੀਂ ਲਾਸਟ ਈਅਰ ਪਲਾਨ ਕੀਤਾ ਸੀਗਾ ਬੜੇ ਇੱਕ ਸਾਲ ਬਾਅਦ ਫਾਈਨਲ ਹੋਇਆ ਉਤੋਂ ਬਾਈ ਦਾ ਮੈਸੇਜ ਖੜੇ ਪਿਆ ਰਾਇਆ ਮੈਨੂੰ ਸੀਗਾ ਹੁਣ ਮੈਂ ਕੀ ਬਾਈ ਨੂੰ ਸਿਚੁਏਸ਼ਨ ਸਮਝਾਵਾਂ ਆਪਣੀ ਕਿ ਹਾਂ ਕਰਦਾ ਫਿਰ ਮੈਂ ਹਾਂ ਕਰਤੀ ਸੋ ਕਿ ਆਪਾਂ ਲੇਟ ਨਾਈਟ ਹੀ ਕਰਾਂਗੇ ਬਹੁਤ ਵਧੀਆ ਲੱਗਿਆ ਬੋਰਮੀ ਸੋਰ ਕਰਕੇ ਜਾਓ ਕਿ ਤੁਸੀਂ ਬੰਬੇਉਂ ਆਂਦੇ ਸਾਡੇ ਨਾਲ ਇੱਕ ਸ਼ੂਟ ਹੋਰ ਕਰੋਗੇ ਸੋ दैट ਜਿਹੜੇ ਲੋਕਾਂ ਦੇ ਅਸਲੀ ਸਵਾਲ ਨੇ ਤਾਂ ਮੈਂ ਸਾਰੇ ਆਪਣੀ ਰਿਸਰਚ ਤੇ ਮੇਰੇ ਸਵਾਲ ਕਰ ਲੇ ਪਰ ਜੋ ਲੋਕ ਅਸਲ ਬੋਡੀ ਬਿਲਡਿੰਗ ਨੂੰ ਲੈ ਕੇ ਫਿਟਨੈਸ ਨੂੰ ਲੈ ਕੇ ਸਵਾਲ ਪੁੱਛਣਾ ਚਾਹੁੰਦੇ ਨੇ ਜੇ ਉਹਨਾਂ ਦੇ ਕਮੈਂਟਸ ਆਏ ਤਾਂ ਤੁਸੀਂ ਸਮਝੋ ਅਸੀਂ ਲੋਕਾਂ ਦੇ ਛੱਡ ਦਿੰਨੇ ਆ ਜਿੰਨੇ ਕੁ ਬਾਅਦ ਉਹ ਕਮੈਂਟਸ ਕਰਨਗੇ ਜਿੰਨੇ ਕੁ ਬਾਅਦ ਸਵਾਲ ਹੋਣਗੇ ਤੇ ਜੇ ਉਹਨਾਂ ਨੇ ਕਿਹਾ ਵੀ ਇੱਕ ਹੋਰ ਕਰੋ ਫਿਰ ਡੈਫੀਨਿਟਲੀ ਕਰਾਂਗੇ ਮੈਂ ਪ੍ਰੋਮਿਸ ਕਰਤੀ ਜਾਨਾ ਚਲੋ ਇਹ ਵੱਡੀ ਗੱਲ ਹੈ ਆਪਣੇ ਸਵਾਲ ਜ਼ਰੂਰ ਰੱਖਿਓ ਵੀਰੇ ਨੂੰ ਲੈ ਕੇ ਤੇ ਐਦਾਂ ਹੀ ਮੈਂ ਜਾਨਾ ਰੌਕ ਕਨਵਰਸੇਸ਼ਨ ਹੋਵੇ ਬੜੀ ਰੂਹ ਨਾਲ ਤੇ ਬੜੀ ਦਿਲੋਂ ਗੱਲਾਂ ਬਾਤਾਂ ਹੋਈਆਂ ਔਰ ਬਾਈ ਨੇ ਰੂਹ ਨਾਲ ਹੀ ਜਵਾਬ ਦਿੱਤੇ ਨੇ ਤਾਂ ਤੁਸੀਂ ਆਪਣੇ ਸਵਾਲ ਜ਼ਰੂਰ ਰੱਖਿਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਹੀ ਇਜ਼ ਦਾ ਰਾਈਟ ਸੋਰਸ ਫਾਰ ਦਾ ਇਨਫੋਰਮੇਸ਼ਨ ਅੱਜਕੱਲ ਬਹੁਤ ਕੁਝ ਹੋ ਰਿਹਾ ਹੈ ਮੈਂ ਦੇਖਦਾ ਅੱਜ ਕੱਲ ਇਟ ਚੱਕੋ ਚਾਰ ਫਿਟਨੈਸ ਟ੍ਰੇਨਰ ਨੇ ਚਾਰ ਨਿਊਟ੍ਰੀਸ਼ਨਲ ਵਾਲੇ ਨੇ ਪਰ ਇੱਕ ਸਹੀ ਜਿਨੇ ਆਪਣੇ ਤਨ ਤੇ ਹੰਡਾਤੀ ਬੋਡੀ ਬਿਲਡਿੰਗ ਸਾਰੀ ਕਿ ਹਣਾ ਸਾਰੀ ਲਾਈਫ 25 ਸਾਲ ਆਪਣੇ ਕੈਰੀਅਰ ਦੇ ਬੋਡੀ ਬਿਲਡਿੰਗ ਚ ਲਾ ਕੇ ਕੋਈ ਸਟੇਜ ਨਹੀਂ ਛੱਡਿਆ ਕੋਈ ਪ੍ਰੋਟੀਨ ਦੀ ਸ਼ੈ ਨਹੀਂ ਛੱਡੀ ਔਰ ਬਾਡੀ ਇਹਨਾਂ ਦੀ ਤੁਹਾਡੇ ਮੂਰੇ ਹੈ ਇਸ ਤੋਂ ਵਧੀਆ ਸੋਰਸ ਕੋਈ ਹੋਰ ਹੋ ਨਹੀਂ ਸਕਦਾ ਨੌਲੇਜ ਦਾ ਔਰ ਜ਼ਰੂਰ ਪੁੱਛਿਓ ਥੈਂਕ ਯੂ ਭਾਈ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ